ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂ ਐੱਸ ਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਲੋ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ ਸੋ ਅਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਅੱਜ 30 ਜੂਨ ਦਿਨ ਸ਼ੁੱਕਰਵਾਰ ਅਤੇ ਆਪਣੇ ਨਾਲ ਸਵੇਰ ਦੇ ਖਬਰ ਅਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ अहम खबरां सुर्खियां आ उहनां दी गहराई तक जावांगे खबर ते नजर मारांगे फिर उस तों बाद जिद्दां अनाउंस करांगे उस तों बाद फिर तुसीं कॉल्स जिहड़ियां कर सकोगे ते प्रोग्राम नूं शुरू करन तों पहलों साडे अज दे स्पोंसर्स उहनां दा धन्नवाद करना चाहुंदे आ खालसा इंश्योरेंस एजेंसी वाले जिन्हां दे कोलों तुसीं हर एक तरीके दी इंश्योरेंस करवा सकदे हो इंश्योरेंस बारे पता करन लई कॉल करो नंबर 408-272-2500 इस दे नाल नाल कृष्ण तनोता जी यूनिवर्सिटी तों अमरजीत सिंह दसांझ यूनिवर्सिटी तों सुचा सिंह जी फ्रेजनो तों गुरविंदर सिंह अवतार सिंह चांदी आरनो एक्सप्रैस वाले कोचैला तों जस्सी गिल प्लंबिंग वाले बेकरसफील्ड तों लाली सिद्धू जी बेकरसफील्ड तों प्रीतम सिंह तलविंदर सिंह गिल बेकरसफील्ड तों गुरपाल सोहल जी क्लोविस तों इन्हां सारिआं दा बहुत बहुत धन्नवाद जेकर तुसीं या कोई होर कारोबार भी इस प्रोग्राम नूं स्पोंसर करना चाहुंदे होवो संपर्क करो नंबर 408-722-7698 दे उत्ते मिंटू गुरूसरिया जी गल्लबात दा सिलसिला आपां शुरू करदे हां कल जिहड़े प्रधानमंत्री नरेंद्र मोदी ने कहा सीगा भी हिंसा नूं बर्दाश्त नहीं कीता जाएगा पर लगता नहीं भी नरेंद्र मोदी के बयान का कोई असर होया है भीड़ ने तीन होर कतल कर दिते इदां दे हालात हो सकते हैं जिथे माहौल हो गया बन जाए कोई हिंदू कोई मुस्लिम कोई ईसाई है सब ने इंसान ना बनने की कसम खाई है जिथे सारे ने बंदा बन दी ना बन दी कसम ही खाई है तो फिर उत्थे की होगा देखो ਜਿਹੜੀਆਂ ਚੀਜ਼ਾਂ ਦਾ ਆਪਾਂ ਰਾਤੀ ਸੰਸਾ ਕੀਤਾ ਸੀਗਾ ਸ਼ੰਕਾ ਕੀਤਾ ਸੀਗਾ ਉਹੀ ਚੀਜ਼ਾਂ ਵਾਪਰੀਆਂ ਨੇ ਕਿਉਂਕਿ ਆਪਾਂ ਇਹੀ ਨੁਕਤਾ ਚੁੱਕਿਆ ਸੀਗਾ ਹਾਲਾਂਕਿ ਨਰਿੰਦਰ ਮੋਦੀ ਸਾਹਿਬ ਨਾਲ ਕੋਈ ਸਾਡੀ ਨਿੱਜੀ ਖੇਡ ਨਹੀਂ ਹੈ ਇਹੋ ਸਵਾਲ ਚੁੱਕਿਆ ਸੀਗਾ ਕਿ ਕੀ ਇਹ ਸ਼ਬਦ ਸ਼ਬਦ ਹੀ ਰਹਿ ਜਾਣਗੇ ਜਾਂ ਇਹ ਸ਼ਬਦ ਧਰਾਤਲ ਤੇ ਜਾ ਕੇ ਅਸਰਕਾਰਕ ਵੀ ਸਾਬਤ ਹੋਣਗੇ ਤਾਂ ਮੇਰੇ ਖਿਆਲ ਦੇ ਨਾਲ ਉਹ ਹਾਲ ਦੀ ਘੜੀ ਤੇ ਜੋ ਉਮੀਦ ਸੀਗੀ ਉਹ ਗਰੀਬ ਹੀ ਨਜ਼ਰ ਆਈ ਹੈ ਕਿਉਂਕਿ ਦੇਖੋ ਝਾਰਖੰਡ ਦੇ ਵਿੱਚ ਇੱਕ ਕਤਲ ਹੋ ਗਿਆ ਰਾਮਗੜ੍ਹ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਬੰਦੇ ਨੂੰ ਕੁੱਟਿਆ ਗਿਆ ਉਹਦੀ ਵੈਨ ਤਾੜ ਦਿੱਤੀ ਗਈ ਵੈਨ ਚੋਂ ਕੱਢ ਕੇ ਉਹਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਉਹਦਾ ਕਸੂਰ ਸਿਰਫ ਇਹੋ ਹੀ ਦੱਸਿਆ ਜਾ ਰਿਹਾ ਕਿ ਉਹ ਆ ਰਿਹਾ ਸੀਗਾ ਭੀੜ ਨੇ ਬੀਫ ਦੇ ਸ਼ੱਕ ਦੇ ਵਿੱਚ ਉਹਨੂੰ ਲਾਇਆ ਹਾਲਾਂਕਿ ਇਹ ਵੀ ਗੱਲ ਸੁਣਨ ਨੂੰ ਆਈ ਹੈ ਕਿ ਜਿਹੜਾ ਲੋਕਾਂ ਨੇ ਇਹ ਪਹਿਲ ਕੀਤੀ ਹੈ ਜਿਹਨਾਂ ਨੇ ਇਹਨੂੰ ਕੁੱਟਣ ਦੀ ਉਹ ਪਹਿਲਾਂ ਵੀ ਇਹਦੇ ਨਾਲ ਕਿਤੇ ਕਿੜ ਰੱਖਦੇ ਸਨ ਰੰਜ ਰੱਖਦੇ ਸਨ ਪਰ ਬਾਵਜੂਦ ਇਸ ਤੇ ਕਤਲ ਤੇ ਭੀੜ ਨੇ ਕੀਤਾ ਇਸ ਤਰ੍ਹਾਂ ਦੀ ਇੱਕ ਘਟਨਾ ਹੋਰ ਵਾਪਰੀ ਹੈ ਜਿਹਦੇ ਚ ਦੋ ਭਰਾਵਾਂ ਨੂੰ ਮਾਰ ਦਿੱਤਾ ਗਿਆ ਇਹ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੀ ਘਟਨਾ ਇਹਦੇ ਚ ਦੋ ਸਕੇ ਭਰਾਵਾਂ ਨੂੰ ਭੀੜ ਨੇ ਕੁੱਟ ਦਿੱਤਾ ਕੁੱਟਿਆ ਇੰਨਾ ਜ਼ਿਆਦਾ ਕਿ ਦੋਨਾਂ ਦੀ ਮੌਤ ਹੋ ਗਈ ਸਿਰਫ ਤੇ ਸਿਰਫ ਇਹ ਦੋਸ਼ ਲੱਗੇ ਕਿ ਸ਼ੱਕ ਹੈ ਕਿ ਇਹ ਚੋਰੀ ਕਰਨ ਆਏ ਸਨ ਪਤਾ ਨੀ ਕਿੰਨਾ ਹਾਲਤਾਂ ਦੇ ਵਿੱਚ ਉਹ ਫੜੇ ਗਏ ਇਸ ਮੌਕੇ ਫੜੇ ਗਏ ਕਿਸ ਤਰ੍ਹਾਂ ਉਸ ਸਮੇਂ ਉੱਤੇ ਮਾਹੌਲ ਸੀ ਜਿੱਥੇ ਉਹਨਾਂ ਨੂੰ ਫੜਿਆ ਗਿਆ ਭੀੜ ਵੱਲੋਂ ਪਰ ਬਾਅਦ ਦੇ ਵਿੱਚ ਇੰਨਾ ਕੁੱਟਿਆ ਗਿਆ ਕਿ ਦੋਨਾਂ ਦੀ ਮੌਤ ਹੋ ਗਈ ਹੁਣ ਦੇਖੋ ਕੱਲ ਪ੍ਰਧਾਨ ਮੰਤਰੀ ਨੇ ਇਹੋ ਗੱਲ ਕਹੀ ਸੀਗੀ ਨਾ ਕਿ ਜਿਸ ਰਸਤੇ ਤੇ ਭੀੜ ਜਾ ਰਹੀ ਹੈ ਹਿੰਸਕ ਹੋ ਕੇ ਉਹ ਬੜਾ ਖਤਰਨਾਕ ਸੰਕੇਤ ਆ ਤੇ ਬਿਲਕੁਲ ਵਾਕਿਆ ਉਹਨਾਂ ਦੀ ਇਸ ਗੱਲ ਦੇ ਵਿੱਚ ਬਹੁਤ ਦਮ ਆ ਕਿ ਜਿਸ ਦਿਸ਼ਾ ਨੂੰ ਇਹ ਦੇਸ਼ ਜਾ ਰਿਹਾ ਔਰ ਖਾਸ ਤੌਰ ਤੇ ਹਿੰਸਕ ਭੀੜ ਜਿਸ ਦਿਸ਼ਾ ਨੂੰ ਇਸ ਦੇਸ਼ ਨੂੰ ਲਿਜਾ ਰਹੀ ਹੈ ਉਸਦੇ ਵਿੱਚ ਤੇ ਫਿਰ ਉਹ ਫਰਕ ਮਿਟਦਾ ਨਜ਼ਰ ਆਉਂਦਾ ਹੈ ਜਦੋਂ ਅਸੀਂ ਤਾਲਿਬਾਨਾਂ ਦੀਆਂ ਇਸ ਤਰ੍ਹਾਂ ਦੀਆਂ ਫੋਟੋਜ ਦੇਖਦੇ ਹੁੰਦੇ ਸੀਗੇ ਕਿ ਉਹ ਬੰਦੇ ਨੂੰ ਲਿਆਉਂਦੇ ਆ ਚੌਂਕ ਦੇ ਵਿੱਚ ਔਰ ਸਜ਼ਾ ਜਿਹੜੀ ਉਹ ਜਨਤਾ ਦਿੰਦੀ ਹੈ ਜਨਤਾ ਦੇ ਵਿੱਚ ਤੇ ਮਾਰੋ ਪੱਥਰ ਇਹਦੇ ਮਾਰੋ ਕੋੜੇ ਇਹਦੇ ਸਿਰ ਕਰੋ ਕਲਮ ਇਹਨੂੰ ਕਰੇਨ ਦੇ ਨਾਲ ਸਾਰੇ ਟੰਗ ਦੇ ਉਸ ਤਰ੍ਹਾਂ ਦੇ ਵਿਜ਼ੂਅਲ ਉੱਥੋਂ ਆਉਂਦੇ ਹੁੰਦੇ ਸਨ ਫਿਰ ISI ਵਾਲੇ ਉਸ ਤੋਂ ਪਹਿਲਾਂ ਅਸੀਂ ਪੜ੍ਹਦੇ ਰਹੇ ਕਿਤਾਬਾਂ ਚ ਕਿ ਮੱਧ ਕਾਲ ਦੇ ਵਿੱਚ ਕਿਸ ਤਰ੍ਹਾਂ ਕੋਈ ਵਿਦਰੋਹੀ ਹੁੰਦਾ ਸੀ ਕਿਸ ਤਰ੍ਹਾਂ ਕੋਈ ਬਾਗੀ ਹੁੰਦਾ ਸੀ ਜਾਂ ਕਿਸ ਤਰ੍ਹਾਂ ਕੋਈ ਗੁਨਾਹਗਰ ਹੁੰਦਾ ਸੀ ਤੇ ਉਹਨੂੰ ਹਾਥੀ ਦੇ ਪੈਰ ਥੱਲੇ ਕੁਚਲ ਦਿੰਦੇ ਸੀਗੇ ਉਹਨੂੰ ਜਿਉਂਦੇ ਨੂੰ ਅੱਗ ਲਾ ਦਿੰਦੇ ਸੀਗੇ ਇਸ ਤਰ੍ਹਾਂ ਦੇ ਜਿਹੜੇ ਉਹ
ਖਤਰਨਾਕ ਵਰਤਾਰੇ ਗੈਰ ਮਨੁੱਖੀ ਵਰਤਾਰੇ ਅਸੀਂ ਪੜ੍ਹਦੇ ਰਹੇ ਸੁਣਦੇ ਰਹੇ ਜਾਂ ਵੱਖ ਵੱਖ ਦੇਸ਼ਾਂ ਚੋਂ ਅਸੀਂ ਫੁਟੇਜ ਦੇ ਰੂਪ ਵਿੱਚ ਦੇਖ ਕੇ ਕੰਬਦੇ ਰਹੇ ਉਹ ਸਭ ਕੁਛ ਇੱਥੇ ਚੱਲ ਪਿਆ। ਜਦੋਂ ਇੱਥੇ ਚੱਲ ਪਿਆ ਤਾਂ ਫਿਰ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਹ ਬਿਲਕੁਲ ਇੰਨ ਭਿੰਨ ਸਹੀ ਸਾਬਤ ਹੁੰਦਾ, ਪਰ ਉਹਦੇ ਕਹਿਣ ਦਾ ਅਸਰ ਕੀ ਹੋਇਆ ਉਹ ਸਭ ਤੋਂ ਵੱਡਾ ਸਵਾਲ ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਰਾਜਕਰਨਵੀਰ ਜੀ ਕਿ ਜਦੋਂ ਇਹੋ ਜਿਹੇ ਨਰਮਾਈ ਵਾਲੇ ਵਤੀਰੇ ਅਖਤਿਆਰ ਕਰਨੇ ਆ ਕਿ ਦੇਖੋ ਇਸ ਕਾਰਜਕਾਲ ਦੇ ਦੌਰਾਨ ਆ ਜਿਹੜਾ ਨਰਿੰਦਰ ਮੋਦੀ ਸਾਹਿਬ ਦਾ 3 ਸਾਲ ਦਾ ਕਾਰਜਕਾਲ ਆ ਇਹਦੇ ਚ ਆਲਰੇਡੀ 60 ਦੇ ਕਰੀਬ ਘਟਨਾਵਾਂ ਵਾਪਰ ਚੁੱਕੀਆਂ। 60 ਦੇ ਵਿੱਚ ਤੁਸੀਂ ਇੱਕ ਦੇ ਵਿੱਚ ਵੀ ਅਜੇ ਤੱਕ 3 ਸਾਲਾਂ ਚ ਕੋਈ ਸਜ਼ਾ ਸੁਣੀ ਹੈ ਕਿ ਫਲਾਣੇ ਕੇਸ ਦੇ ਵਿੱਚ ਕਿਸੇ ਨੂੰ ਸਜ਼ਾ ਸੁਣਾਈ ਗਈ ਆ ਤੇ ਤੁਸੀਂ ਮੈਨੂੰ ਸੁਣਾ ਦਿਓ, ਤੁਸੀਂ ਮੈਨੂੰ ਦੱਸ ਦਿਓ ਕਿਸੇ ਵੀ ਘਟਨਾ ਦਾ ਜ਼ਿਕਰ ਸੁਣਾ ਦਿਓ ਕਿ ਹਾਂਜੀ ਫਲਾਣੇ ਕੇਸ ਦਾ ਨਿਪਟਾਰਾ ਹੋ ਗਿਆ। ਸੋ ਜਦੋਂ ਕਿਸੇ ਕ੍ਰਾਈਮ ਨੂੰ ਠੱਲ ਪਾਉਣੀ ਹੋਵੇ ਫਿਰ ਤੁਹਾਨੂੰ ਨਜ਼ੀਰਾਂ ਪੇਸ਼ ਕਰਨੀਆਂ ਪੈਂਦੀਆਂ, ਮਿਸਾਲਾਂ ਪੇਸ਼ ਕਰਨੀਆਂ ਪੈਂਦੀਆਂ। ਸੋ ਇਹਦਾ ਹੱਲ ਇਹੋ ਹੀ ਨਜ਼ਰ ਆਉਂਦਾ ਕਿ ਅਪੀਲ ਦਲੀਲ ਹੁਣ ਪਾਸੇ ਰਹਿ ਗਈ ਆ, ਸਖਤਾਈ ਕਰਨ ਦੀ ਜ਼ਰੂਰਤ ਆ। ਸਖਤਾਈ ਮੈਂ ਇਹ ਨਹੀਂ ਕਹਿੰਦਾ ਕਿ ਦੋਸ਼ੀਆਂ ਦੀਆਂ ਗਰਦਨਾਂ ਲਾ ਦਿੱਤੀਆਂ ਜਾਣ, ਦੋਸ਼ੀਆਂ ਨੂੰ ਫਾਸਟ ਟ੍ਰੈਕ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ, ਉੱਥੇ ਉਹਨਾਂ ਦਾ ਟ੍ਰਾਇਲ ਚਲਾਇਆ ਜਾਵੇ, 6 ਮਹੀਨੇ ਸਾਲ ਦੇ ਵਿੱਚ ਮੁਕੱਦਮੇ ਦੀ ਸੁਣਵਾਈ ਪੂਰੀ ਹੋ ਜਾਵੇ, ਜਿਹੜਾ ਦੋਸ਼ੀ ਆ ਉਹਨੂੰ ਸਖ਼ਤ ਸਜ਼ਾ ਕੀਤੀ ਜਾਵੇ ਤਾਂ ਕਿ ਦੂਜੇ ਦੇ ਮਨ 'ਚ ਡਰ ਪੈਦਾ ਹੋਵੇ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ, ਅੱਜ ਅੱਧੀ ਰਾਤ ਸੰਸਦ 'ਚ ਵੱਜੇਗਾ ਘੰਟਾ ਅਤੇ ਭਾਰਤ ਵਿੱਚ ਲਾਗੂ ਹੋ ਜਾਵੇਗਾ GST। ਸ਼ੁਕਰ ਕਰੋ ਘੰਟਾ ਕਿਤੇ ਬੈਂਡ ਨਹੀਂ ਵੱਜਣਾ। ਵਪਾਰੀਆਂ ਕਹਿਣਾ ਸੀ ਰੋਈਏ ਮਾਰ ਕੇ ਪੱਟਾਂ ਤੇ ਹੈਂਡ ਜੀ ਕਾਹਦੇ ਵੱਜੇ 12 ਮਿੱਤਰਾਂ ਦਾ ਵੱਜ ਗਿਆ ਬੈਂਡ ਜੀ ਕੀ ਬੈਂਡ ਵੱਜ ਜਾਣਾ ਨਾ। ਵਪਾਰੀ ਤੇ ਬਹੁਤ ਦੁਖੀ ਹੋਏ ਪਏ ਆ, GST ਤੋਂ ਕਾਫੀ ਵਿਰੋਧ ਹੋ ਰਿਹਾ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਕਰੜਾ ਵਿਰੋਧ ਚੱਲਦਾ ਪਿਆ। ਪਰ ਕਮਾਲ ਦੀ ਗੱਲ ਹੈ ਕਿ ਸਾਡੇ ਦੇਸ਼ ਦਾ ਖਜ਼ਾਨਾ ਮੰਤਰੀ ਕਹਿੰਦਾ ਕਿ ਇਹ ਰੈਵੋਲੂਸ਼ਨਰੀ ਫੈਸਲਾ ਹੈ, ਕ੍ਰਾਂਤੀਕਾਰੀ ਫੈਸਲਾ ਹੈ, ਪਰ ਲੋਕ ਪਤਾ ਨਹੀਂ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ ਜਾਂ ਲੋਕ ਕਿਸੇ ਭੈ ਤੋਂ ਜਿਹੜਾ ਅਦ੍ਰਿਸ਼ ਭੈ ਆ ਉਹਦੇ ਤੋਂ ਖੌਫ ਖਾਧੀ ਬੈਠੇ ਆ, ਜਾਂ ਵਪਾਰੀ ਉਹ ਜਿਹੜੇ ਵਪਾਰੀ ਜਿਹਨਾਂ ਨੂੰ ਅੱਗੇ ਖੁੱਲ੍ਹਾ ਸੀ ਉਹ ਡਰਦੇ ਆ ਕਿ ਹੁਣ ਅਸੀਂ ਸਿਕੰਜੇ 'ਚ ਆ ਜਾਵਾਂਗੇ, ਕੁਛ ਨਾ ਕੁਛ ਤੇ ਹੈ। ਔਰ ਇਸ ਮਾਮਲੇ ਦੇ ਵਿੱਚ ਕਾਫੀ ਅੱਜ ਵੀ ਬਹਿਸ ਹੁੰਦੀ ਰਹੀ ਹੈ, ਜਿਵੇਂ ਰਾਹੁਲ ਗਾਂਧੀ ਹੈ ਦੇਖੋ ਉਹ ਪਹਿਲਾਂ ਬਹੁਤ ਬਹੁਤ ਸ਼ਿੱਦਤ ਦੇ ਨਾਲ ਲੱਗੇ ਰਹੇ ਕਿ GST ਨੂੰ ਲਿਆਂਦਾ ਜਾਵੇ, ਭਾਰਤੀ ਜਨਤਾ ਪਾਰਟੀ ਨੇ ਵਿਰੋਧ ਕੀਤਾ ਸੀ, ਪਰ ਅੱਜ ਉਹਨਾਂ ਨੇ ਕਿਹਾ ਕਿ ਨੋਟਬੰਦੀ ਵਾਂਗ ਇਹ ਵੀ ਕਾਹਲੀ 'ਚ ਫੈਸਲਾ ਲਿਆ ਜਾ ਰਿਹਾ। ਅਸਦੁਦੀਨ ਓਵੈਸੀ ਹੈ ਜਿਹੜਾ ਉਹ ਵੀ ਕਹਿੰਦਾ ਕਿ ਇਹਦੇ ਨਾਲ ਆਰਥਿਕ ਅਵਿਵਸਥਾ ਫੈਲੇਗੀ, ਇਹ ਵਿਵਸਥਾ ਨੂੰ ਗਲਤ ਕਰੇਗਾ। ਸੋ ਦੂਜੇ ਪਾਸੇ ਉਹ ਇਸ ਫੈਸਲੇ ਨੂੰ ਬਹੁਤ ਵੱਡਾ ਤੇ ਬਹੁਤ ਕ੍ਰਾਂਤੀਕਾਰੀ ਫੈਸਲਾ ਦੱਸਦੇ ਪਿਆ। ਪਰ ਕਮਾਲ ਦੀ ਗੱਲ ਇੱਕ ਇਹ ਵੀ ਆ, ਰਾਜਕਰਨਵੀਰ ਜੀ, ਸਾਰੇ ਦੇਸ਼ ਦੇ ਵਿੱਚ GST ਲਾਗੂ ਹੋ ਰਿਹਾ, ਪਰ ਜਿੱਥੇ ਜੰਮੂ ਕਸ਼ਮੀਰ 'ਚ ਇਹਨਾਂ ਦੀ ਸਾਂਝੀ ਸਰਕਾਰ ਆ ਸਿਰਫ ਉਸ ਪ੍ਰਦੇਸ਼ ਦੇ ਵਿੱਚ GST ਲਾਗੂ ਨਹੀਂ ਹੋ ਰਿਹਾ, ਉੱਥੇ ਲਾਗੂ ਨਹੀਂ ਹੋ ਰਿਹਾ, ਉੱਥੇ ਕੀ ਬਣੇਗਾ? ਇਹ ਸੋਚ ਕੇ ਮਨ ਘਬਰਾਉਂਦਾ ਹੈ, ਕਿਉਂਕਿ ਇੱਕ ਤੇ ਕਸ਼ਮੀਰ ਪਹਿਲਾਂ ਹੀ ਬਲਦੀ ਦੇ ਬੂਥੇ ਪਿਆ ਖਲੋਤਾ, ਦੂਜਾ ਇਹ ਕਿ ਹੁਣ ਉਹਨੂੰ ਦੂਰਾ ਟੈਕਸ ਹੋਏਗਾ ਕਿਉਂਕਿ GST ਇੱਕ ਲੱਗ ਕੇ ਜਾਣਾ ਹੀ ਜਾਣਾ, ਦੂਸਰਾ ਜਦੋਂ ਕੋਈ ਵੀ ਉਤਪਾਦ ਉਸ ਬਾਰਡਰ ਤੋਂ ਪਾਰ ਜਾਏਗਾ ਕਸ਼ਮੀਰ ਦੇ ਵਿੱਚ ਜਾਏਗਾ ਸਟੇਟ ਦਾ ਟੈਕਸ ਲੱਗ ਜਾਣਾ, ਹੁਣ ਦੂਹਰਾ ਟੈਕਸ ਔਰ ਬਹੁਤ ਵੱਡਾ ਟੈਕਸ, ਉੱਥੋਂ ਦੇ ਲੋਕ ਕਿਸ ਤਰ੍ਹਾਂ ਖਰੀਦੋ ਫਰੋਖਤ ਕਰਨਗੇ? ਜੇ ਉਹਨਾਂ ਦਾ ਉਤਪਾਦ ਬਾਹਰ ਆਏਗਾ ਇੰਡੀਆ ਦੇ ਵਿੱਚ ਕਿਸੇ ਪ੍ਰਦੇਸ਼ 'ਚ ਆਏਗਾ ਤੇ ਉਹਦੇ ਤੇ ਵੀ ਦੂਹਰਾ ਟੈਕਸ ਲੱਗ ਜਾਣਾ। ਸੋ ਉੱਥੇ ਬਹੁਤ ਗੁੰਝਲਦਾਰ ਸਥਿਤੀ ਬਣ ਗਈ ਹੈ ਔਰ ਇਹ ਇੱਕ ਬੜੀ ਵੱਡੀ ਨਾਕਾਮਯਾਬੀ ਇਹਨਾਂ ਦੇ ਲਈ ਕਿ ਜੰਮੂ ਕਸ਼ਮੀਰ 'ਚ ਲਾਗੂ ਨਹੀਂ ਕਰਾ ਸਕੇ। ਹਾਲਾਂਕਿ ਉੱਥੇ ਪੇਚ ਵੀ ਫਸਦਾ ਹੈ ਕਿਉਂਕਿ ਉਹਨਾਂ ਦੇ ਕੋਲ ਵਿਸ਼ੇਸ਼ ਰਾਜ ਦਾ ਦਰਜਾ। ਦੂਜੇ ਪਾਸੇ ਇਹ ਗੱਲ ਕਰੀਏ ਕਿ ਇਸ GST ਦੇ ਵਿੱਚ ਇੰਨੀਆਂ ਕੁ ਤਰੁੱਟੀਆਂ ਛੱਡੀਆਂ ਗਈਆਂ ਜਿਹੜੀਆਂ ਕਿ ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਐਨ ਮੌਕੇ ਤੱਕ ਵੀ ਸੁਧਾਰੀਆਂ ਜਾ ਰਹੀਆਂ। ਦੋ ਐਗਜ਼ਾਮਪਲਾਂ ਤੁਹਾਨੂੰ ਦਿੰਦਾ ਮੈਂ। ਪਹਿਲੀ ਇਹ ਆ ਕਿ ਫਰਟੀਲਾਈਜ਼ਰ ਤੇ ਜਿਹੜੀ ਇਹਨਾਂ ਨੇ 12% ਵਾਲੀ ਸਲੈਬ ਰੱਖੀ ਸੀਗੀ, ਮਤਲਬ ਕਿ ਜਿਹੜੀ ਆਪਾਂ ਆਪਣੇ ਖੇਤਾਂ 'ਚ ਯੂਰੀਆ ਪੈਂਦੀ ਹੈ ਫਰਟੀਲਾਈਜ਼ਰ ਜਿਹੜੀ ਹੈ ਇਹਦੇ 'ਚ 12% ਵਾਲੀ ਸਲੈਬ ਜਿਹੜੀ ਲਾਗੂ ਕੀਤੀ ਸੀ ਆ ਹੁਣ 3-4 ਘੰਟੇ ਪਹਿਲਾਂ GST ਲਾਗੂ ਹੋਣ ਤੋਂ ਪਹਿਲਾਂ ਉਹ ਘਟਾ ਕੇ 5% ਕਰ ਦਿੱਤੀ ਗਈ ਹੈ। ਯਾਨੀ ਦੇਖੋ ਖੇਤੀ ਨਾਲ ਜੁੜੀ ਚੀਜ਼ ਇਹਨਾਂ ਨੇ ਪਹਿਲਾਂ ਵਸਾਰੀ ਰੱਖੀ, ਐਨ ਮੌਕੇ ਤੇ ਇਹ ਕਿਸਾਨਾਂ ਤੇ ਬੋਝ ਪਵੇਗਾ, ਇਹਨਾਂ ਨੇ ਘਟਾ ਕੇ 5% ਤੇ ਕੀਤੀ ਹੈ। ਟਰੈਕਟਰ ਪਾਰਟਸ ਹੈ ਜਿਹੜੇ, ਦੇਖੋ ਇਹ ਵੀ ਬੇਸਿਕ ਚੀਜ਼ ਆ ਕਿਸਾਨੀ ਨਾਲ ਜੁੜੀ, ਇਸ ਦਰ ਨੂੰ ਪਹਿਲਾਂ ਰੱਖਿਆ ਗਿਆ 28% ਤੇ, ਯਾਨੀ ਸਭ ਤੋਂ ਉੱਚੀ ਦਰ 28% ਵਾਲੀ ਸਲੈਬ 'ਚ ਰੱਖਿਆ ਗਿਆ।
ਟਰੈਕਟਰ ਦੇ ਕਲਪੁਰਜਿਆਂ ਨੂੰ, ਪਰ ਹੁਣ ਘਟਾ ਕੇ ਇਹਨਾਂ ਨੂੰ 18% ਵਾਲੀ ਫਲੈਟ ਲਿਆਂਦਾ ਗਿਆ। ਯਾਨੀ ਬਹੁਤ ਕੁਛ ਹੈ ਜਿਹੜਾ ਉਹ ਕਾਹਲੀ ਕਾਹਲੀ ਚ ਤਿਆਰ ਕੀਤਾ ਗਿਆ। ਇਸੇ ਕਰਕੇ ਛੋਟਾ ਵਪਾਰੀ ਹੈ ਜਿਹੜਾ ਉਹ ਵੀ ਡਰਦਾ ਕਿਤੇ ਨੋਟਬੰਦੀ ਵਾਲਾ ਹਸ਼ਰ ਨਾ ਹੋਵੇ। ਇਸੇ ਕਰਕੇ ਨੇਤਾ ਵੀ ਕੁਛ ਡਰਦੇ ਆ, ਹਾਲਾਂਕਿ ਖੁੱਲੇ ਰੂਪ ਦੇ ਵਿੱਚ ਕੋਈ ਸਵਾਲ ਨਹੀਂ ਕਰਦਾ, ਕਿਉਂਕਿ ਇਹ ਬਹੁਤ ਵੱਡਾ ਟੈਕਸ ਰਿਫੋਰਮ ਪ੍ਰਚਾਰਿਆ ਜਾ ਰਿਹਾ ਕਿ ਇਹਦੇ ਨਾਲ ਦੇਸ਼ ਦੀ ਆਰਥਿਕਤਾ ਜਿਹੜੀ ਬਹੁਤ ਜ਼ਿਆਦਾ ਮੋਕਲੇ ਹੋ ਜਾਵੇਗੀ, ਬਹੁਤ ਜ਼ਿਆਦਾ ਟੈਕਸਾਂ ਦਾ ਦਾਇਰਾ ਵੱਧ ਜਾਵੇਗਾ, ਬਹੁਤ ਹੱਦ ਤੱਕ ਪਾਰਦਰਸ਼ਤਾ ਆ ਜਾਏਗੀ। ਚਲੋ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਵਿਵਸਥਾ ਜਿਹੜੀ ਆਜ਼ਾਦ ਹੋ ਜਾਵੇ, ਜਿਹਦੇ ਚ ਟੈਕਸ ਹੈ ਜਿਹੜੇ ਉਹ ਵੱਧ ਜਾਣ, ਉਹਨਾਂ ਦਾ ਘੇਰਾ ਮੋਕਲਾ ਹੋ ਜਾਵੇ, ਟੈਕਸ ਭਰਨ ਵਾਲਿਆਂ ਨੂੰ ਵੀ ਸੌਖ ਹੋ ਜਾਵੇ। ਪਰ ਹਾਲ ਦੀ ਘੜੀ ਬਹੁਤ ਔਖਾ ਲੱਗਦਾ, ਕਿਉਂਕਿ ਇੱਕ ਤੇ ਜਿਹੜਾ ਇਹਨਾਂ ਨੇ ਇਹਦੇ ਲਈ ਸਿਸਟਮ ਆਜ਼ਾਦ ਕੀਤਾ ਉਹ ਵੀ ਪੂਰੀ ਤਰ੍ਹਾਂ ਚੱਲਣ ਦੇ ਵਿੱਚ ਨਹੀਂ ਆਇਆ, ਹਾਲੇ ਉਹਨੂੰ ਵੀ 2 ਮਹੀਨੇ ਲੱਗ ਜਾਣੇ। ਵੈਸੇ ਇਹਨਾਂ 2 ਮਹੀਨਿਆਂ ਦਾ ਸਮਾਂ ਦਿੱਤਾ ਹੋਇਆ ਆਲਰੇਡੀ ਛੋਟੇ ਕਾਰੋਬਾਰੀਆਂ ਨੂੰ, ਵੱਡੇ ਕਾਰੋਬਾਰੀਆਂ ਨੂੰ ਵੀ। ਇੱਕ ਚੀਜ਼ ਹੋਰ ਆ ਕਿ ਦੇਖੋ, ਪੈਟਰੋਲੀਅਮ ਬਾਹਰ ਰੱਖ ਦਿੱਤਾ ਇਹਨਾਂ ਨੇ GST ਤੋਂ, ਇਸ ਤੋਂ ਇਲਾਵਾ ਸ਼ਰਾਬ ਬਾਹਰ ਰੱਖ ਦਿੱਤੀ। ਸ਼ਰਾਬ ਦਾ ਤੁਹਾਨੂੰ ਪਤਾ ਕਿ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਟੈਕਸ ਇਕੱਠਾ ਕੀਤਾ ਜਾਂਦਾ ਹੈ ਸ਼ਰਾਬ ਤੋਂ, ਬੜੇ ਸੈਸ ਲਾਏ ਜਾਂਦੇ, ਬੜੇ ਟੈਕਸ ਲਾਏ ਜਾਂਦੇ ਆ, ਉਹ ਪੰਗਾ ਉਹ ਉੱਥੇ ਦਾ ਉੱਥੇ। ਪੈਟਰੋਲ ਡੀਜ਼ਲ ਦਾ ਵੀ ਇਹੋ ਹਾਲ ਆ ਕਿ ਬਹੁਤ ਸਾਰੇ ਟੈਕਸ ਥੋਪੇ ਜਾਂਦੇ ਆ, ਕੇਂਦਰ ਵੱਲੋਂ ਵੀ, ਰਾਜ ਸਰਕਾਰਾਂ ਵੱਲੋਂ ਵੀ, ਉਹ ਵੀ ਉੱਥੇ ਦਾ ਉੱਥੇ। ਸਭ ਤੋਂ ਜ਼ਿਆਦਾ ਪੈਸਾ ਬਲੈਕ ਮਨੀ ਦਾ ਲੱਗਦਾ ਰੀਅਲ ਅਸਟੇਟ 'ਚ, ਔਰ ਰੀਅਲ ਅਸਟੇਟ ਨੂੰ ਇਹਨਾਂ ਨੇ GST ਦੀ ਜਗ੍ਹਾ ਤੋਂ ਬਾਹਰ ਰੱਖਿਆ। ਸੋ ਇਹ ਕੁਛ ਸਵਾਲ ਹੈ ਜਿਹੜੇ ਉਹ ਸਾਰਿਆਂ ਦੇ ਮਨ ਦੇ ਵਿੱਚ ਆ। ਇੱਕ ਸਵਾਲ ਹੋਰ ਵੀ ਆ ਮੇਰੇ ਮਨ ਦੇ ਵਿੱਚ, ਤੇ ਹੈ ਹੀ ਹੈ ਕਿ ਦੇਖੋ ਇਹਨਾਂ ਨੂੰ ਕਿੰਨਾ ਜ਼ਿਆਦਾ ਆਪਣੇ ਆਪ ਤੇ ਯਕੀਨ ਆ, ਔਰ ਇੰਨਾ ਜ਼ਿਆਦਾ ਯਕੀਨ ਆ ਕਿ ਦੇਖੋ ਅਸੀਂ ਮੰਨ ਸਕਦੇ ਹਾਂ ਕਿ ਇਹਨਾਂ ਨੂੰ ਬੜਾ ਚਾਹ ਆ ਕਿ ਅਸੀਂ ਕ੍ਰਾਂਤੀਕਾਰੀ ਫੈਸਲਾ ਲੈਣ ਜਾ ਰਹੇ ਹਾਂ। ਪਰ ਤੁਸੀਂ ਘੱਟੋ ਘੱਟ ਇੰਤਜ਼ਾਰ ਤੇ ਕਰ ਲਓ ਕਿ ਤੁਹਾਡਾ ਜਿਹੜਾ ਇਹ ਫੈਸਲਾ ਹੈ ਉਹ ਕਿੰਨਾ ਕੁ ਕਾਰਗਰ ਸਾਬਤ ਹੁੰਦਾ ਹੈ, ਕਿੰਨਾ ਕੁ ਕਾਮਯਾਬ ਰਹਿੰਦਾ। ਨੋਟਬੰਦੀ ਵੇਲੇ ਵੀ ਇਹੋ ਹੋਇਆ ਸੀ ਕਰਨਵੀਰ ਜੀ, 8 ਵਜੇ ਆਏ ਸਨ ਪ੍ਰਧਾਨ ਮੰਤਰੀ, ਰਾਤ ਨੂੰ 8 ਵਜੇ ਆਏ ਸਨ, ਟੈਲੀਵਿਜ਼ਨ ਸਾਰੀਆਂ ਖਬਰਾਂ ਖੁਬਰਾਂ ਬੰਦ ਹੋ ਗਈਆਂ, ਯਕਦਮ ਉਹਨਾਂ ਨੇ ਉਂਗਲ ਫੜੀ ਦੇਸ਼ ਦੀ ਤੇ ਉਹ ਦੂਜੇ ਜਹਾਨ ਦੇ ਵਿੱਚ ਲੈ ਕੇ, ਦੂਜੀ ਦੁਨੀਆਂ ਚ ਲੈ ਗਏ। ਪਹਿਲਾਂ ਲੋਕਾਂ ਨੇ ਬੜਾ ਸਵਾਗਤ ਕੀਤਾ ਕਿ ਸ਼ਾਇਦ ਸਾਡੇ ਦਿਨ ਹੀ ਫਿਰ ਗਏ, ਸਾਡੀਆਂ ਤਕਦੀਰਾਂ, ਸਾਡੀਆਂ ਤਸਵੀਰਾਂ, ਸਭ ਕੁਛ ਬਦਲ ਜਾਊਗਾ। ਅੰਤ ਦੇ ਵਿੱਚ ਕੀ ਹੋਇਆ, ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਸੀ ਕਿ 50 ਦਿਨ ਦੇ ਦਿਓ, ਉਸ ਤੋਂ ਬਾਅਦ ਭਾਵੇਂ ਚਰਾਏ ਚ ਟੰਗ ਦਿਓ, ਮੁੜ ਕੇ 50 ਦਿਨ ਦੇ 100 ਵੀ ਲੰਘੇ, 150 ਵੀ ਲੰਘੇ ਸੀ, ਪ੍ਰਧਾਨ ਮੰਤਰੀ ਸਾਹਿਬ ਬੋਲਦੇ ਨਹੀਂ ਸੀ, ਟੰਗਣਾ ਕਿੰਨੇ ਸੀ ਤੇ ਟੰਗਣ ਲਈ ਸਮਾਂ ਕਿੰਨੇ ਮੰਗਣਾ ਸੀ, ਸਭ ਕੁਛ ਫਿਨਿਸ਼ ਹੋ ਗਿਆ ਸੀ। ਇੱਕ ਵਾਰੀ ਤੁਰੀ ਜਾਂਦੀ ਗੱਡੀ, ਫੁੱਲ ਸਪੀਡਾਂ ਚ ਤੁਰੀ ਜਾਂਦੀ ਗੱਡੀ ਨਰਿੰਦਰ ਮੋਦੀ ਸਾਹਿਬ ਨੇ ਪੈਂਚਰ ਕਰ ਕਰੀ ਸੀ, ਉਸ ਚੀਜ਼ ਦਾ ਲੋਕਾਂ ਨੂੰ ਕਿਤੇ ਨਾ ਕਿਤੇ ਤੈਅ ਹੈ ਕਿ ਜੇ ਉਸ ਤਰ੍ਹਾਂ ਦੀ ਗੱਲ ਵਾਪਰ ਗਈ ਫਿਰ ਕਿਧਰ ਨੂੰ ਜਾਵਾਂਗੇ। ਪਰ ਇਹ ਲੋਕ ਕੌਨਫੀਡੈਂਟ ਆ, ਇਹ ਅੱਜ ਹੀ ਜਸ਼ਨ ਮਨਾ ਰਹੇ ਆ, ਔਰ ਕਮਾਲ ਦੀ ਗੱਲ ਆ ਕਿ ਇਹ ਠੀਕ ਉਸ ਤਰ੍ਹਾਂ ਦਾ ਫੈਸਲਾ ਹੈ ਜਿੱਦਾਂ ਕੋਈ ਛੜਾ ਬੰਦਾ ਮੈਰਿਜ ਐਨਵਰਸਰੀ ਰੱਖ ਬੈਠੇ ਤੇ ਰੱਖੇ ਵੀ ਕਿ ਇਹੋ ਜੀ ਕਿ ਸਾਰਾ ਪਿੰਡ ਮੈਂ ਸੱਦਣਾ, ਕਿਉਂਕਿ ਵਿਆਹ ਹੋਇਆ ਨੀ, ਉਹ ਐਨਵਰਸਰੀ ਰੱਖ ਲਵੇ ਕਿ ਮੈਂ ਐਨਵਰਸਰੀ ਮਨਾਉਣੀ ਹੈ, ਤੇ ਐਨਵਰਸਰੀ ਵੀ ਮੈਂ ਇਕੱਲੇ ਨੇ ਨੀ ਮਨਾਉਣੀ, ਸਾਰਾ ਪਿੰਡ ਸੱਦਣਾ। ਸੋ ਅੱਜ ਸੰਸਦ ਦੇ ਵਿੱਚ ਇਹੋ ਜਿਹਾ ਹੀ ਮਾਹੌਲ ਬਣੇਗਾ। 12 ਵਜੇ ਜਿਵੇਂ ਤੁਸੀਂ ਕਿਹਾ ਘੰਟਾ ਖੜਕੇਗਾ, ਉਸ ਤੋਂ ਬਾਅਦ GST ਲਾਗੂ ਹੋਏਗੀ, ਪਰ ਜਸ਼ਨ ਨਾਲ ਦੀ ਨਾਲ ਮੰਨ ਜਾਣੇ ਆ, ਨਤੀਜਾ ਬਾਅਦ ਚ ਆ ਹੀ ਜਾਊਗਾ, ਨਤੀਜਾ ਬਾਅਦ ਦੇ ਵਿੱਚ ਉੱਤਿਆ ਜਾਊਗਾ, ਫਿਰ ਵੇਖੀ ਜਾਊਗੀ ਜਿਹੜੀ ਹੋਊਗੀ ਦੁਕਾਨੇ ਪੁੱਤਾਂ ਨਾਲ। ਜੀ ਜੀ ਬਿਲਕੁਲ। ਅਤੇ ਅਗਲੀ ਮਿੰਟੂ ਗੁਰਸਰੀ ਜੀ ਆਪਾਂ ਗੱਲ ਕਰੀਏ, ਪਾਕਿਸਤਾਨ ਦੀ ਜਿੱਤ ਤੇ ਜਸ਼ਨ ਮਨਾਉਣ ਦੇ ਦੋਸ਼ ਹੇਠ ਫੜੇ ਗਏ ਵਿਅਕਤੀਆਂ ਨੂੰ ਸੁਣਾਈ ਦਰਦ ਭਰੀ, ਉਹਨਾਂ ਨੇ ਸੁਣਾਈ ਜਿਹੜੀ ਦਰਦ ਭਰੀ ਗਾਥਾ। ਮਨਵਰ ਰਾਣਾ ਨੇ ਲਿਖਿਆ ਸੀਗਾ ਕਿ ਬਸ ਇਤਨੀ ਸੀ ਬਾਤ, ਪਰ ਉਸਨੇ ਬਲਵਾਈ ਲਿਖਾ ਹੈ। ਬਲਵਾਈ ਕਹਿੰਦੇ ਆ ਦੰਗਾਈ ਨੂੰ, ਜਿਹੜਾ ਦੰਗਾ ਕਰਦਾ। ਉਹਨੇ ਕਿਹਾ ਸੀਗਾ ਕਿ ਬਸ ਇਤਨੀ ਸੀ ਬਾਤ, ਪਰ ਉਸਨੇ ਬਲਵਾਈ ਲਿਖਾ ਹੈ, ਹਮਾਰੇ ਘਰ ਕੇ ਬਰਤਨ ਪੇ ISI ਲਿਖਾ ਹੈ। ਕਈ ਵਾਰੀ ਇਹੋ ਜਿਹਾ ਮਾਹੌਲ ਵੀ ਬਣ ਜਾਂਦਾ ਕਿ ISI ਤਾਂ ਪ੍ਰਮਾਣਿਤ ਹੁੰਦਾ ਕਿ ਚੀਜ਼ ਅਸਲੀ ਹੈ, ਪਰ ਉਹ ISI ਦੂਜੀ ਬਣ ਜਾਂਦੀ ਹੈ। ਕਈ ਵਾਰੀ ਉਹ ਜਿਵੇਂ ਮਾੜੀ ਕਿਸਮਤ ਤੋਂ ਕਹਿੰਦੇ ਨਾ, ਊਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ, ਤੇ ਜਾਂ ਕਹਿੰਦੇ ਖਾਲੀ ਵੀ ਚੱਲ ਜਾਂਦੀ ਆ, ਇਹੋ ਜਿਹਾ ਕੁਛ ਇਹਨਾਂ ਦੇ ਨਾਲ ਵਾਪਰਿਆ। ਇਹ ਉਦੋਂ ਰਗੜੇ ਗਿਆ ਜਿੱਦਣ ਭਾਰਤ ਫਾਈਨਲ ਹਾਰਿਆ ਸੀਗਾ। ਅਸਲ ਦੇ ਵਿੱਚ ਗੱਲ ਕੀ ਵਾਪਰੀ ਕਿ ਇਹਨਾਂ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਗ੍ਰਿਫ਼ਤਾਰ ਕਰਕੇ ਇਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇਹ ਘਟਨਾ ਮੱਧ ਪ੍ਰਦੇਸ਼ ਦੀ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਤੇ ਜਿਹੜਾ ਮੁਕੱਦਮਾ ਦਰਜ ਹੋਇਆ, ਜਿਹਦੀ ਸ਼ਿਕਾਇਤ ਤੇ ਦਰਜ ਕੀਤਾ ਵਿਖਾਇਆ ਸੀ, ਉਹ ਟੈਲੀਵਿਜ਼ਨ ਚੈਨਲਾਂ ਦੇ ਸਾਹਮਣੇ ਆ ਗਿਆ।
ਉਹ ਕਹਿੰਦਾ ਜੀ ਕਿ ਮੈਂ ਤੇ ਆਪ ਇੱਕ ਬੰਦੇ ਨੂੰ ਛਡਾਉਣ ਲਈ ਥਾਣੇ ਗਿਆ ਸੀ, ਉੱਥੋਂ ਮੈਨੂੰ ਨਾਲੇ ਗਾਲਾਂ ਕੱਢੀਆਂ ਨਾਲੇ ਚਾਟੇ ਮਾਰੇ, ਮੁੜ ਕੇ ਮੇਰੇ ਟੈਲੀਫੋਨ ਤੋਂ ਕਿਸੇ ਨੇ ਉੱਥੇ 100 ਨੰਬਰ ਤੇ ਡਾਇਲ ਕਰਕੇ ਉਹ ਸ਼ਿਕਾਇਤ ਦਰਜ ਕਰਵਾ ਦਿੱਤੀ। ਉਹਨੇ ਖੁਦ ਆ ਕੇ ਮੰਨਿਆ ਉਹਦਾ ਨਾਂ ਸੁਭਾਸ਼ ਕੋਹਲੀ ਸੀ ਜੀ। ਉਸ ਤੋਂ ਬਾਅਦ ਜਦੋਂ ਪੋਲ ਖੁੱਲਦੀ ਨਜ਼ਰ ਆਈ ਦੂਜੇ ਦਿਨ ਇਹਨਾਂ ਨੇ ਦੇਸ਼ ਧਰੋਹ ਦਾ ਮੁਕੱਦਮਾ ਵਾਪਸ ਲੈ ਲਿਆ। ਹੁਣ ਦੇਸ਼ ਧਰੋਹ ਦਾ ਮੁਕੱਦਮਾ ਇੱਥੇ ਚਾਹ ਦਾ ਕੱਪ ਬਣ ਗਿਆ। ਚਾਹ ਲਾ ਜਾਂਦਾ, ਅਗਲਾ ਕਹਿੰਦਾ ਜੀ ਨਹੀਂ ਮੈਂ ਨੀ ਪੀਣੀ, ਹੁਣ ਮੈਂ ਚੱਲਿਆ ਮੈਂ ਕਾਹਲੀ ਆ, ਤੇ ਚਾਹ ਦਾ ਕੱਪ ਵਾਪਸ ਹੋ ਜਾਂਦਾ, ਪੈਸੇ ਵੀ ਨੀ ਕਈ ਵਾਰ ਲੈ ਜਾਂਦੇ। ਸੋ ਇਹੋ ਜਿਹਾ ਮਾਹੌਲ ਬਣ ਗਿਆ, ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ, ਦੂਜੇ ਦਿਨ ਵਾਪਸ ਲੈ ਲਿਆ। ਫਿਰ ਉਹਨਾਂ ਨੂੰ ਛੱਡਿਆ ਨਹੀਂ, ਬਾਅਦ ਦੇ ਵਿੱਚ ਇਹ ਲਿਖ ਦਿੱਤਾ ਕਿ ਜੀ ਇਹ ਦੋ ਕਮਿਊਨਿਟੀਜ਼ ਨੂੰ, ਦੋ ਫਿਰਕਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਪਏ ਸਨ। ਦੋਸ਼ ਇਹਨਾਂ ਤੇ ਇਹੋ ਲੱਗਾ ਕਿ ਜਦੋਂ ਮੈਚ ਖਤਮ ਹੋ ਗਿਆ, ਪਾਕਿਸਤਾਨ ਜਿੱਤ ਗਿਆ ਚੈਂਪੀਅਨਸ ਟਰਾਫੀ ਦਾ, ਉਹ ਚੈਂਪੀਅਨ ਬਣ ਗਿਆ, ਇਹਨਾਂ ਨੇ ਪਟਾਕੇ ਫੋੜੇ, ਪਟਾਕੇ ਚਲਾਏ, ਫੁੱਲਝੜੀਆਂ ਚਲਾਈਆਂ, ਲਲਕਰੇ ਮਾਰੇ, ਪਾਕਿਸਤਾਨ ਜ਼ਿੰਦਾਬਾਦ ਕਿਹਾ। ਜਦਕਿ ਉਹ ਇਨਕਾਰ ਕਰਦੇ, ਇਹਨਾਂ ਦੇ ਵਿੱਚੋਂ ਇੱਕ ਮੁੰਡਾ MSc ਕੀਤਾ ਹੀ ਉਹਨੇ, ਔਰ ਉਹਦੀ ਮਾਂ ਦੱਸਦੀ ਆ ਕਿ ਜਿਸ ਵੇਲੇ ਇਹਨੂੰ ਰਾਤ 12:30 ਆ ਕੇ ਘਰੋਂ ਚੁੱਕਿਆ ਗਿਆ, ਉਸ ਸਮੇਂ ਕਿਉਂਕਿ ਬੇਰੁਜ਼ਗਾਰ ਸੀਗਾ, ਆਪਣੇ ਘਰੇ ਰੱਖੀ ਸਿਲਾਈ ਮਸ਼ੀਨ ਤੇ ਦਰਜੀ ਸੀਗਾ, ਸਿਲਾਈ ਮਸ਼ੀਨ ਤੇ ਕੱਪੜੇ ਸਿਉ ਰਿਹਾ ਸੀ, ਉਹਨੂੰ ਪਤਾ ਹੀ ਨੀ ਬਾਹਰ ਕੀ ਹੋ ਰਿਹਾ, ਉਹਨੂੰ ਵੀ ਚੁੱਕਿਆ ਗਿਆ। ਹੁਣ ਇਹ ਬੰਦੇ ਰਿਹਾ ਹੋ ਕੇ ਆਏ ਆ, 15 ਜਣੇ ਜਿਹੜੇ ਆ ਉਹ 10-12 ਦਿਨਾਂ ਬਾਅਦ ਆਪਣੇ ਘਰੇ ਮੁੜ ਕੇ, ਪਹਿਲਾਂ ਤੇ ਡਰਦੇ ਬੋਲੇ ਨੇ ਪਰ ਹੁਣ ਮੀਡੀਆ ਦੇ ਮੁਖਾਤਬ ਹੋਏ ਆ। ਇਹਨਾਂ ਨੇ ਜੋ ਕਹਾਣੀ ਦੱਸੀ ਆ ਉਹ ਬੜੀ ਦਿਲ ਨੂੰ ਦਹਿਲਾਉਂਦੀ ਆ। ਉਹ ਕਹਿੰਦੇ ਕਿ ਸਾਨੂੰ ਬਹੁਤ ਕੁੱਟਿਆ ਗਿਆ, ਪਹਿਲਾਂ ਤਾਂ ਥਾਣੇ ਦੇ ਵਿੱਚ, ਬਾਅਦ ਦੇ ਵਿੱਚ ਜੇਲ੍ਹ 'ਚ ਜਦੋਂ ਅਸੀਂ ਗਏ ਸਾਨੂੰ ਕੈਦੀਆਂ ਨੇ ਬਹੁਤ ਗੰਦੀਆਂ ਗਾਲਾਂ ਕੱਢੀਆਂ, ਇੱਥੋਂ ਤੱਕ ਕੈਦੀਆਂ ਨੇ ਸਾਡੇ ਥੱਪੜੇ ਮਾਰੇ। ਉਹ ਕਹਿੰਦੇ ਕਿ ਹੱਦ ਤੇ ਉਦੋਂ ਹੋ ਗਈ ਜਦੋਂ ਸਾਥੋਂ ਉੱਥੇ ਪਖਾਨੇ ਸਾਫ਼ ਕਰਾਏ ਗਏ, ਨਾਲੀਆਂ ਸਾਫ਼ ਕਰਵਾਈਆਂ ਗਈਆਂ, ਔਰ ਸਾਡੇ ਨਾਲ ਬਹੁਤ ਬੁਰਾ ਵਿਹਾਰ ਕੀਤਾ ਗਿਆ, ਇੱਥੋਂ ਤੱਕ ਕਿਹਾ ਗਿਆ ਕਿ ਤੁਸੀਂ ਲੋਕ ਗਦਾਰ ਹੋ, ਤੁਸੀਂ ਇਸ ਦੇਸ਼ ਦੇ ਦੁਸ਼ਮਣ ਹੋ। ਉਹ ਕਹਿੰਦੇ ਜਦੋਂ ਕਿ ਇੱਕ ਤੇ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਸਾਡਾ ਕੋਈ ਕਸੂਰ ਹੀ ਨਹੀਂ। ਉਹ ਪਿੰਡ ਵਾਲੇ ਵੀ ਦੱਸਦੇ ਹੋ, ਕਹਿੰਦੇ ਕਿ ਉਸ ਦਿਨ ਪਟਾਕੇ ਪਟੂਕੇ ਤੇ ਪਤਾ ਨਹੀਂ ਕਿਸੇ ਨੇ ਕੋਈ 2-4 ਚਲਾਤੇ ਹੋਣ, ਪਰ ਪੁਲਿਸ ਨੇ ਉਦੋਂ ਪਟਾਕੇ ਬੜੇ ਪਵਾਏ ਆ, 2-3 ਪਿੰਡਾਂ ਚ ਪੁਲਿਸ ਤੁਰੀ ਫਿਰਦੀ ਸੀ ਰਾਤ ਨੂੰ, ਅੰਨੇ ਹੋ ਕੇ ਜਿਹੜਾ ਵੀ ਬੰਦਾ ਮੂਹਰੇ ਆਉਂਦਾ ਸੀ ਉਹਨੂੰ ਚੱਕ ਲੈਂਦੇ ਸੀ। ਪਤਾ ਨੀ ਪੁਲਿਸ ਵਾਲੇ ਸ਼ਾਇਦ ਕ੍ਰਿਕਟ ਦੇ ਸ਼ੌਕੀਨ ਸੀ, ਦਿਲ ਟੁੱਟਾ ਹੋਇਆ ਸੀ ਉਹਨਾਂ ਦਾ, ਜਿਹੜਾ ਵੀ ਅੱਗੇ ਆਉਂਦਾ ਸੀ ਚੁੱਕ ਲੈਂਦੇ ਸੀ। ਉਹ ਉੱਥੋਂ ਦੇ ਪਿੰਡ ਵਾਲੇ ਇਹ ਗੱਲ ਦੱਸਦੇ ਆ। ਇਹ ਹੁਣ ਜਿਹੜੇ ਮੁੜ ਕੇ ਆਏ ਇਹਨਾਂ ਨੇ ਜੇਲ੍ਹ ਦੀ ਨਵੀਂ ਕਹਾਣੀ ਦੱਸ ਦਿੱਤੀ ਆ। ਰਾਜਕਰਨਵੀਰ ਜੀ ਉੱਥੇ ਦੇਖੋ ਜੇਲ੍ਹ ਦਾ ਜਿਹੜਾ ਮਾਹੌਲ ਆ, ਜੇਲ੍ਹ ਦਾ ਮਾਹੌਲ ਇਹੋ ਜਿਹਾ ਹੁੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਕੈਦੀ ਆ, ਭਾਵੇਂ ਉਹ ਜਾਇਜ਼ ਨੇ ਭਾਵੇਂ ਨਜਾਇਜ਼ ਨੇ, ਉਹਨਾਂ ਨੂੰ ਸਿੱਧਾ ਆਮ ਕੈਦੀਆਂ 'ਚ ਨਹੀਂ ਛੱਡਿਆ ਜਾਂਦਾ, ਕਿਉਂਕਿ ਮਸਲਾ ਬੜਾ ਸੈਂਸਿਟਿਵ ਹੈ, ਮਸਲਾ ਜਜ਼ਬਾਤੀ ਹੈ, ਮਸਲਾ ਫਿਰਕੂ ਹੈ। ਤਾਂ ਇਹ ਪਹਿਲੀ ਗਲਤੀ ਹੈ ਕਿ ਇਹਨਾਂ ਨੂੰ ਆਮ ਕੈਦੀਆਂ 'ਚ ਛੱਡਿਆ ਗਿਆ। ਫਿਰ ਦੂਜੀ ਗੱਲ ਇਹ ਕਿ ਇਹਨਾਂ ਨੂੰ ਪਖਾਨੇ ਸਾਫ਼ ਕਰਨ ਲਾਇਆ ਗਿਆ, ਜਦਕਿ ਜੇਲ੍ਹ ਮੈਨੂਅਲ ਦੇ ਅਨੁਸਾਰ ਜਿਹੜਾ ਬੰਦਾ ਅੰਡਰ ਟ੍ਰਾਇਲ ਆ, ਯਾਨੀ ਜਿਹਦੇ 'ਤੇ ਕੇਸ ਚੱਲਦਾ ਪਿਆ, ਜਿਹੜਾ ਕੱਚਾ ਨਜ਼ਰਬੰਦੀ ਹੈ, ਜਿਹੜਾ ਕੱਚਾ ਕੈਦੀ ਹੈ, ਉਹਦੇ ਤੋਂ ਕੰਮ ਨਹੀਂ ਕਰਵਾਇਆ ਜਾ ਸਕਦਾ। ਉਤਰਾ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਪਖਾਨੇ ਉੱਥੇ ਕੈਦੀ ਹੀ ਸਾਫ਼ ਕਰਦੇ ਆ, ਇਹ ਨਹੀਂ ਹੈ ਕਿ ਉੱਥੇ ਕਪਿਲ ਸ਼ਰਮਾ ਦੇ ਸ਼ੋਅ 'ਚ ਕੋਈ ਆ ਕੇ ਕਰ ਜਾਂਦਾ ਹੋਊਗਾ ਜਾਂ ਕੋਈ ਬਹੁਤ ਵੱਡੀ ਸੈਲੀਬ੍ਰਿਟੀ ਹੈ ਉਹ ਆ ਕੇ ਉੱਥੇ ਕੋਈ ਸੇਵਾ ਨਿਭਾਉਂਦਾ ਹੋਊ, ਕੈਦੀ ਹੀ ਸਾਰਾ ਕੰਮ ਕਰਦੇ ਆ। ਜੇਲ੍ਹ ਦੇ ਵਿੱਚ ਰੋਟੀ ਪਕਾਉਣ ਤੋਂ ਲੈ ਕੇ ਜੇਲ੍ਹ ਦਾ ਲਿਖਾ ਪੜ੍ਹੀ ਵਾਲਾ ਕੰਮ ਸਾਰਾ ਕੈਦੀ ਉਹ ਭੁਗਤਾਉਂਦੇ ਆ। ਪਰ ਇਹ ਬੜਾ ਅਟਪਟਾ ਜਿਹਾ ਲੱਗਾ ਸੁਣਨੋ ਕਿ ਇਹਨਾਂ ਤੋਂ ਪਖਾਨੇ ਸਾਫ਼ ਕਰਾਏ ਗਏ, ਇਹ ਫਿਰ ਕਿਤੇ ਨਾ ਕਿਤੇ ਨਫ਼ਰਤੀ ਭਾਵਨਾ ਦੇ ਨਾਲ ਕੀਤਾ ਗਿਆ। ਸੋ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕੀ ਇਹ ਕੰਮ ਨਫ਼ਰਤੀ ਭਾਵਨਾ ਨਾਲ ਕੀਤਾ ਗਿਆ। ਜੇ ਨਫ਼ਰਤੀ ਭਾਵਨਾ ਨਾਲ ਕੀਤਾ ਗਿਆ ਤੇ ਇਹ ਓਨਾ ਹੀ ਗਲਤ ਆ ਜਿੰਨਾ ਕਿਸੇ ਭੀੜ ਵੱਲੋਂ ਕਤਲ ਕਰਨ ਲਈ ਅਸੀਂ ਕਹਿ ਦਿੰਦੇ ਕਿ ਇਹ ਬਹੁਤ ਗਲਤ ਹੋਇਆ। ਜੇ ਇਹਨਾਂ ਦੇ ਨਾਲ ਫਿਰਕੂ ਭਾਵਨਾ ਤਹਿਤ ਇਸ ਤਰ੍ਹਾਂ ਕੀਤਾ ਗਿਆ ਜਾਂ ਇਹਨਾਂ ਤੋਂ ਕਰਾਇਆ ਗਿਆ ਤਾਂ ਫਿਰ ਇਹ ਓਨਾ ਹੀ ਗਲਤ ਹੈ, ਓਨਾ ਹੀ ਗੁਨਾਹ ਆ। ਇਹਦੇ ਲਈ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਪਰ ਜਾਂਚ ਪੜਤਾਲ ਇਹਨਾਂ ਭੋਲਿਆਂ ਦੀ ਕਰਨੀ ਕਿੰਨੇ ਆ? ਜੇ ਜਾਂਚ ਪੜਤਾਲ ਯੋਗੇ ਹੀ ਹੁੰਦੇ, ਕਾਬਲ ਹੀ ਹੁੰਦੇ, ਤੇ ਇਹ ਉੱਥੇ ਗੇੜਾ ਘੱਟੋ ਘੱਟ ਕੇ ਆਉਂਦੇ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਗੁਰੂਸਰੀ ਜੀ ਗੱਲ ਕਰਦੇ ਹਾਂ ਵੀ ਮਾਸੂਮ ਜਿੰਦਾਂ ਦੇ ਉੱਤੇ ਭਾਰੀ ਪਿਆ ਮੀਂਹ, 5 ਬੱਚਿਆਂ ਦੀ ਮੌਤ। ਕਿਸੇ ਨੇ ਆਖਿਆ ਸੀਗਾ ਕਿ ਮੁਲਕ ਮਾਹੀ ਦਾ ਵਸਦਾ ਹੈ, ਕੋਈ ਰੋਂਦਾ ਕੋਈ ਹੱਸਦਾ ਹੈ ਜੀ। ਜਦੋਂ ਮੀਂਹ ਪੈਂਦਾ ਕਿਸੇ ਲਈ ਮੌਸਮ ਸੁਹਾਣਾ ਹੈ, ਕਿਸੇ ਲਈ ਦਿੱਕਤਾਂ, ਕਿਸੇ ਲਈ ਰਾਹਤ, ਕਿਸੇ ਲਈ ਆਫ਼ਤ। ਇਹ ਜਿਹੜੀਆਂ ਦੋ ਘਟਨਾਵਾਂ ਵਾਪਰੀਆਂ, ਵੈਸੇ ਜੇ ਆਪਾਂ ਲਾਈਏ ਨਾ ਪੰਜਾਬ ਦੇ ਵਿੱਚ ਮੀਂਹ ਐਤਕੀ ਬਹੁਤ ਪੈ ਰਹੇ ਆ ਰਾਜਕਰਨ ਦੇ ਜੀ, ਔਰ ਬਹੁਤ ਬਹੁਤ ਚਿਰਾਂ ਬਾਅਦ ਝੜੀਆਂ ਲੱਗ ਰਹੀਆਂ, ਜਿੱਦਾਂ ਅਸੀਂ ਛੋਟੇ ਛੋਟੇ ਹੁੰਦੇ ਟੌਣ ਦੀਆਂ ਝੜੀਆਂ ਵਹਿੰਦੇ ਹੁੰਦੇ ਸਨ, ਉਸ ਟਾਈਪ ਦੀਆਂ ਝੜੀਆਂ ਲੱਗਦੀਆਂ ਪਈਆਂ ਐਤਕੀ।
ਪ੍ਰੀ ਮਾਨਸੂਨ ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਮਾਨਸਾ ਵੀ ਡੁੱਬ ਗਿਆ ਸੀ, ਬਹੁਤ ਜ਼ਿਆਦਾ ਮੀਂਹ ਪਿਆ ਜੀ ਮਾਨਸਾ ਦੇ ਵਿੱਚ। ਆ ਜਿਹੜੇ 3 ਦਿਨ ਬੀਤੇ 3 ਦਿਨ ਆ, ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰੀਆਂ। ਇੱਕ ਤੇ ਮਾਸੂਮ ਖੇਡਦਾ ਖੇਡਦਾ ਪਾਣੀ ਬਹੁਤ ਭਰਿਆ ਸੀ ਮਹੱਲੇ ਦੇ ਵਿੱਚ, ਖੰਭੇ ਨੂੰ ਹੱਥ ਲਾ ਬੈਠਾ, ਉੱਥੇ ਚੰਬੜ ਗਿਆ। 10 ਦੇ 12 ਮਿੰਟ ਉਹਦੇ ਤੱਕ ਬੰਦਾ ਹੀ ਨੀ ਕੋਈ ਪਹੁੰਚਿਆ ਕਿਉਂਕਿ ਪਾਣੀ ਇੰਨਾ ਖੜਾ ਸੀ, ਮਾਸੂਮ ਉੱਥੇ ਖਤਮ ਹੋ ਗਿਆ। ਇੱਕ ਮੋਗੇ ਇਸ ਤਰ੍ਹਾਂ ਦੀ ਘਟਨਾ ਵਾਪਰੀ, ਮਕਾਨ ਡਿੱਗ ਪਿਆ, ਉੱਥੇ ਜੀਆਂ ਦਾ ਨੁਕਸਾਨ ਹੋ ਗਿਆ। ਅੱਜ ਬਹੁਤ ਵੱਡਾ ਕਹਿਰ ਹੋਇਆ ਦੋ ਪਰਿਵਾਰਾਂ ਦੇ ਨਾਲ। ਪਹਿਲੀ ਘਟਨਾ ਵਾਪਰੀ ਗੁਰੂ ਹਰ ਸਾਹਿਬ ਦੇ ਕੋਲ ਪਿੰਡ ਬੋੜੀਆਂ, ਉੱਥੇ ਇੱਕ ਪਰਿਵਾਰ ਸੀਗਾ ਜਿਹੜਾ ਸੁੱਤਾ ਪਿਆ ਸੀਗਾ। ਦੱਸਦੇ ਆ ਕਿ ਛੱਤ ਡਿੱਗ ਪਈ, 2 ਬੱਚਿਆਂ ਦੀ ਮੌਤ ਹੋ ਗਈ। 2 ਬੱਚਿਆਂ ਦੀ ਮੌਤ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਦੀ ਛੋਟੀ ਭੈਣ ਸੀ ਉਹ ਜ਼ਖਮੀ ਹੈ, ਉਹਨਾਂ ਦੀ ਮਾਤਾ ਜ਼ਖਮੀ ਹੈ, ਕਾਫੀ ਕ੍ਰਿਟੀਕਲ ਹਾਲਤ ਹੈ ਉਹਨਾਂ ਦੀ। ਦੂਜੇ ਪਾਸੇ ਕਪੂਰਥਲਾ ਜ਼ਿਲ੍ਹੇ ਤੋਂ ਖਬਰ ਆਈ ਕਿ ਉੱਥੇ ਪਿੰਡ ਅਲੌਦੀਪੁਰ ਆ ਕੋਈ, ਉੱਥੇ ਇੱਟਾਂ ਦੇ ਭੱਠੇ ਤੇ ਜਿਹੜੇ ਮਜ਼ਦੂਰ ਬੈਠੇ ਹੁੰਦੇ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਕਿਤੇ ਝੋਨਾ ਲਾਉਣ ਗਿਆ ਸੀ। ਇਹ ਮਾਸੂਮ 3 ਬੱਚੇ, ਇਹ ਜਿਹੜੇ 3 ਬੱਚੇ ਸੀ ਮਗਰ ਰੋਟੀ ਲੈ ਕੇ ਗਏ ਸਨ। ਰੋਟੀ ਫੜਾ ਕੇ ਜਦੋਂ ਪਰਤ ਰਹੇ ਸੀ, ਕੋਈ ਟੋਆ ਸੀ ਜਿਹਨੂੰ ਆਪਾਂ ਟੋਭਾ ਕਹਿ ਦਿੰਦੇ ਹਾਂ, ਸੋ ਉਸ ਟੋਏ ਟੋਭੇ ਦੇ ਵਿੱਚ ਪਾਣੀ ਜਮਾ ਹੋਇਆ ਸੀਗਾ ਮੀਂਹ ਦਾ। ਪਤਾ ਨੀ ਕਿਸੇ ਦਾ ਪੈਰ ਤਿਲਕਿਆ ਜਾਂ ਤਿੰਨੇ ਤਿਲਕ ਕੇ ਚਲੇ ਗਏ ਆ। ਇਹ ਮਾਸੂਮ ਜਿਹਨਾਂ ਦੀ ਉਮਰ 3 ਤੋਂ 7 ਸਾਲ ਦੇ ਦਰਮਿਆਨ ਸੀ, ਇੱਕ ਥੋੜਾ ਜਿਹਾ ਵੱਡਾ ਸੀਗਾ, ਇਹ ਤਿੰਨੇ ਹੀ ਉੱਥੇ ਡੁੱਬ ਗਏ। ਇੱਕੋ ਪਰਿਵਾਰ ਦੇ 3 ਬੱਚੇ ਜਿਹੜੇ ਉੱਥੇ ਡੁੱਬ ਗਏ। 5 ਬੱਚਿਆਂ ਦੀ ਮੌਤ ਅੱਜ ਇੱਕੋ ਦਿਨ ਪੰਜਾਬ ਦੇ ਵਿੱਚ ਹੋਈ ਆ। ਬਹੁਤ ਮੰਦਭਾਗੀ ਗੱਲ ਆ ਇਸ ਪਰਿਵਾਰਾਂ ਦੇ ਲਈ, ਤੇ ਆਪਾਂ ਕਹਿ ਸਕਦੇ ਹਾਂ ਕਿ ਮੀਂਹ ਆ ਜਿਹੜਾ ਉਹ ਮੌਤ ਦੀ ਨੀਂਹ ਬਣ ਗਿਆ, ਜਿਹਦੇ ਵਿੱਚ 5 ਚਿਰਾਗ ਦਫ਼ਨ ਹੋ ਗਏ। ਸੋ ਕੁਛ ਕੀਤਾ ਨਹੀਂ ਜਾ ਸਕਦਾ ਕਿਉਂਕਿ ਕੁਦਰਤ ਦੀਆਂ ਮਾਰਾਂ ਆ, ਪਰ ਜੋ ਹੋਇਆ ਬਹੁਤ ਮੰਦਭਾਗਾ ਹੋਇਆ। ਹੁਣ ਸਵਾਲ ਇਹੀ ਉੱਠੇਗਾ ਕਿ ਜੇ ਪੰਜਾਬੀ ਪਰਿਵਾਰ ਆ ਤੇ ਸੁੱਖ ਨਾਲ ਜੇ ਉਹਦੇ ਕੋਲ ਵਾਹਵਾ ਵੋਟਾਂ ਹੁੰਦੀਆਂ, ਜਾਂ ਕੋਈ ਐਸਾ ਮੰਦਭਾਗਾ ਪਰਿਵਾਰ ਕੇ ਜਿਹਦਾ ਬੱਚਾ ਬਸ ਥੱਲੇ ਆ ਜੇ, ਉਹਨਾਂ ਨੂੰ ਤੇ ਮੁਆਵਜ਼ਾ ਦਿੱਤਾ ਜਾਂਦਾ ਦਿਲ ਖੋਲ ਕੇ। ਪਰ ਕੀ ਆ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਕਿ ਪੰਜਾਬੀਆਂ ਦਾ ਕੰਮ ਕਰਨ ਆਉਂਦੇ ਆ, ਜੇ ਇਹਨਾਂ ਦੇ ਨਾਲ ਇਸ ਤਰ੍ਹਾਂ ਦੀ ਹੋਣੀ ਵਾਪਰੀ ਆ, ਕਿ ਕੋਈ ਇਹਨਾਂ ਦੀ ਬਾਹ ਫੜੇਗਾ? ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਬਚ ਸਕਦੀ ਸੀ ਮੈਨੇਜਰ ਇੰਦਰ ਕੁਮਾਰ ਦੀ ਜਾਨ ਜੇ ਲੋਕ ਸੰਜੀਦਾ ਹੁੰਦੇ। ਦੇਖੋ ਇਹ ਜਿਹੜੀ ਘਟਨਾ ਵਾਪਰੀ ਸੀ ਰਾਜ ਕਰਨਵੀਰ ਜੀ ਅੰਮ੍ਰਿਤਸਰ ਦੇ ਵਿੱਚ, ਇਹਦੇ ਵਿੱਚ ਇਹ ਸੀਗਾ ਕਿ ਮਾਨਾ ਵਾਲਾ ਪੈਟਰੋਲ ਪੰਪ ਉੱਥੇ ਬਹੁਤ ਮਸ਼ਹੂਰ ਆ, ਉਹਦਾ ਮੈਨੇਜਰ 15 ਕੁ ਲੱਖ ਰੁਪਇਆ ਲੈ ਕੇ ਜਾ ਰਿਹਾ ਸੀਗਾ। ਜਦੋਂ ਤੁਰ ਲੱਗਾ ਤੇ 2 ਲੁਟੇਰੇ ਆ ਗਏ। 2 ਲੁਟੇਰਿਆਂ ਨੇ ਇਹਦੇ ਕੋਲੋਂ ਰਕਮ ਖੋਹਣ ਦੀ ਕੋਸ਼ਿਸ਼ ਕੀਤੀ। ਬੰਦਾ ਦਲੇਰ ਸੀ, ਇਹਨੇ ਵਿਰੋਧ ਕੀਤਾ। ਤੇ ਵੈਸੇ ਦਲੇਰੀ ਕਈ ਵਾਰੀ ਮਰਵਾ ਜਾਂਦੀ ਹੈ, ਜੇ ਚੰਗਾ ਹੁੰਦਾ ਤੇ ਕਹਿੰਦਾ ਲੈ ਜਾਓ, ਪਰ ਇਹਨੇ ਆਪਣੀ ਜਾਨ ਤੇ ਖੇਡ ਕੇ ਉਹ ਪੈਸਾ ਬਚਾਉਣ ਦੀ ਕੋਸ਼ਿਸ਼ ਕੀਤੀ। ਕੁਛ ਕੁ ਬਚੇ ਵੀ ਪੈਸੇ, ਥੋੜੇ ਜਿਹੇ ਕਾਹਲੀ ਚ ਛੱਡ ਗਏ ਲੁਟੇਰੇ। ਪਰ ਜਦੋਂ ਇਹਨੇ ਵਿਰੋਧ ਕੀਤਾ, ਉਹਨਾਂ ਚੋਂ ਇੱਕ ਨੇ ਇਹਦੀ ਢੌਣ ਤੇ ਗੋਲੀ ਮਾਰ ਦਿੱਤੀ ਜੀ। ਢੌਣ ਤੇ ਜਦੋਂ ਗੋਲੀ ਮਾਰ ਦਿੱਤੀ, ਰਾਜਕਰਨਵੀਰ ਜੀ ਦੇਖੋ ਬੰਦੇ ਦਾ ਹੌਸਲਾ ਕਮਾਲ ਦਾ, ਕਿ ਬੰਦਾ ਡੋਲਿਆ ਨੀ, ਕਾਰ ਦੇ ਵਿੱਚ ਪਿਆ ਪਿਆ ਹੀ ਆਪਣੇ ਫੋਨ ਕੱਢ ਕੇ ਤੇ ਟੈਲੀਫੋਨ ਮਿਲਾ ਕੇ ਗੱਲਾਂ ਕਰਦਾ ਰਿਹਾ ਕਿ ਮੈਨੂੰ ਫਲਾਣੀ ਥਾਂ ਤੇ ਗੋਲੀ ਵੱਜ ਗਈ ਆ, ਛੇਤੀ ਆਓ ਤੇ ਹਸਪਤਾਲ ਲੈ ਕੇ ਜਾਓ। ਇਹ ਸਿਲਸਿਲਾ 20 ਮਿੰਟ ਚੱਲਦਾ ਰਿਹਾ। ਭੀੜ ਇਕੱਠੀ ਹੋ ਗਈ, ਭੀੜ ਦੇ ਵਿੱਚੋਂ ਕਿਸੇ ਵੀ ਬੰਦੇ ਨੇ ਸਿਰ ਨਹੀਂ ਵਰਤਿਆ, ਇਹ ਨਹੀਂ ਆਖਿਆ ਕਿ ਇਹਨੂੰ ਛੇਤੀ ਛੇਤੀ ਹਸਪਤਾਲ ਲੈ ਚਲੀਏ, ਇਹਨੂੰ ਮੈਡੀਕਲ ਸਹਾਇਤਾ ਜਿਹੜੀ ਉਪਲਬਧ ਕਰਵਾਈਏ। ਹਾਂ, ਉਹਨਾਂ ਵਿੱਚੋਂ ਬਹੁਤਿਆਂ ਨੇ ਆਪਦੇ ਮੋਬਾਈਲ ਕੱਢੇ, ਉਹਨਾਂ ਦੇ ਕੈਮਰੇ ਆਨ ਕੀਤੇ, ਜੋ ਫਿਲਮ ਦਾ ਫਿਲਮਾਂਕਣ ਕਰਨ ਲੱਗ ਪਏ ਜੀ। ਸੋ ਇਹ ਬੜੀ ਗੈਰ ਸੰਜੀਦਗੀ ਵਾਲੀ ਗੱਲ ਸੀ। ਉੱਥੇ ਭੀੜ ਇਕੱਤਰ ਹੋ ਗਈ, ਪਰ ਕਿਸੇ ਨੇ ਹੱਥ ਨਹੀਂ ਪਾਇਆ, ਉਲਟਾ ਉਸ ਮਰਦੇ ਬੰਦੇ ਦੀਆਂ ਫੋਟੋਆਂ ਖਿੱਚਦੇ ਰਹੇ, ਵੀਡੀਓ ਬਣਾਉਂਦੇ ਰਹੇ। ਹੋ ਸਕਦਾ ਕਿਸੇ ਨੇ ਵੀ ਆਖਿਆ ਹੋਵੇ, ਥੋੜ੍ਹੀ ਜਿਹੀ ਧੌਣ ਇੱਧਰ ਨੂੰ ਕਰਦੇ ਆ, ਜਿਹਦੇ ਚ ਲਹੂ ਨਿਕਲਦਾ ਪਿਆ, ਮੇਰਾ ਸ਼ੌਟ ਸਹੀ ਆ ਜਾਏ, ਮੈਨੂੰ ਲਾਈਕ ਜ਼ਿਆਦਾ ਮਿਲ ਜਾਣ, ਮੇਰੇ ਸ਼ਹਿਰ ਸ਼ੇਅਰ ਜ਼ਿਆਦਾ ਹੋ ਜਾਣ। ਸੋ ਬਹੁਤ ਹੀ ਸ਼ਰਮਨਾਕ ਗੱਲ ਆ ਕਿ ਸਾਡੇ ਪੰਜਾਬ ਦੇ ਵਿੱਚ ਤੇ ਲੋਕ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਹਮਦਰਦੀ ਰੱਖਦੇ ਆ। ਸਾਡੇ ਤੇ ਸੜਕ ਤੇ ਕੋਈ ਓਦਾਂ ਹੀ ਡਿੱਗ ਪਵੇ, ਭਾਵੇਂ ਤੁਰਿਆ ਜਾਂਦਾ ਆਪਦੀ ਗਲਤੀ ਨਾਲ ਡਿੱਗ ਪਵੇ, ਤੇ 4 ਬੰਦੇ ਆ ਜਾਂਦੇ ਚੁੱਕਣ ਵਾਲੇ, ਸੱਟ ਤੇ ਨੀ ਲੱਗੀ। ਸਾਡੇ ਤੇ ਇੱਥੇ ਇਹੋ ਜਿਹਾ ਮਾਹੌਲ ਵੀ ਹੈ, ਸ਼ਹਿਰਾਂ ਦੇ ਵਿੱਚ ਦੇ ਲੋਕ ਲੜ ਪੈਂਦੇ ਆ, ਪਿੰਡਾਂ 'ਚ ਸਾਈਕਲ ਤੇ ਸਕੂਟਰ ਆਪਸ ਦੇ ਵਿੱਚ ਟਕਰਾ ਜਾਂਦੇ ਤੇ ਉੱਠ ਕੇ ਉਹ ਉਹਨੂੰ ਕਹਿੰਦਾ ਸੰਤਾ ਸਿੰਘ ਕਿਤੇ ਵੱਜੀ ਤੇ ਨਹੀਂ, ਉਹ ਕਹਿੰਦਾ ਬੰਤਾ ਸਿੰਘ ਤੂੰ ਦੱਸ ਕਿ ਪਹਿਲਾਂ ਤੂੰ ਦੱਸ। ਸੋ ਇਸ ਤਰ੍ਹਾਂ ਦਾ ਮਾਹੌਲ ਆ,
ਉਸ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੀ ਸ਼ਰਮਨਾਕ ਘਟਨਾ ਦਾ ਵਾਪਰਨਾ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਆ। ਪਰ ਇਹ ਅੱਜ ਕੱਲ ਆਮ ਹੋਣ ਲੱਗ ਪਿਆ ਰਾਜਕਰਨ ਵੀਰ ਜੀ, ਕੋਈ ਤੜਫਦੇ ਨੂੰ ਪਾਣੀ ਨਹੀਂ ਫੜਾਉਂਦਾ, ਪਹਿਲਾਂ ਆਪਦੇ ਲਾਈਕਸ ਦਾ, ਪਹਿਲਾਂ ਆਪਦੇ ਸ਼ੇਅਰ ਦਾ, ਸ਼ੇਅਰਿੰਗ ਦਾ ਇੰਤਜ਼ਾਮ ਕਰਦਾ ਕਿ ਮੇਰੀ ਪੋਸਟ ਵੱਧ ਤੋਂ ਵੱਧ ਸ਼ੇਅਰ ਹੋਵੇ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਇਨਸਾਨ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਅੱਜ ਜਿਹੜਾ ਬੰਦਾ ਤੁਹਾਡੇ ਕੈਮਰੇ ਦੇ ਸਾਹਮਣੇ ਤੜਫਣ ਡਿਆ, ਕੋਈ ਸਮਾਂ ਐਸਾ ਵੀ ਆ ਸਕਦਾ ਕਿ ਉਹਦੀ ਜਗ੍ਹਾ ਤੁਸੀਂ ਪਏ ਹੋਵੋ, ਤੁਹਾਨੂੰ ਮਦਦ ਦੀ ਲੋੜ ਹੋਵੇ। ਤੇ ਹੋ ਸਕਦਾ ਅੱਜ ਜਿਹਦੀ ਤੁਸੀਂ ਮਦਦ ਕਰੋ, ਉਸ ਭੀੜ ਦੇ ਵਿੱਚੋਂ ਉਹ ਅੱਗੇ ਨਿਕਲ ਕੇ ਤੁਹਾਡੀ ਮਦਦ ਕਰ ਦੇਵੇ, ਇਹ ਸੋਚ ਕੇ ਚੱਲਣਾ ਚਾਹੀਦਾ। ਥੋੜਾ ਜਿਹਾ ਸਾਨੂੰ ਇਨਸਾਨ ਬਣਨ ਦੀ ਜ਼ਰੂਰਤ ਆ। ਵੈਸੇ ਬਹੁਤ ਜ਼ੋਰ ਲੱਗਦਾ, ਫਰਿਸ਼ਤੇ ਤਾਂ ਸਾਰੇ ਤੁਰੇ ਫਿਰਦੇ ਆ, ਪਰ ਇਹਨਾਂ ਦੇ ਵਿੱਚੋਂ ਬੰਦਾ ਕੋਈ ਕੋਈ ਆ, ਸਾਨੂੰ ਬੰਦਾ ਬਣਨ ਦੀ ਜ਼ਰੂਰਤ ਆ ਜੀ। ਮਿੱਟੀ ਜੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਜ਼ਮੀਰ ਦੇ ਵਿੱਚ ਬਹੁਤ ਨਿਘਾਰ ਆ ਗਿਆ ਲੋਕਾਂ ਦੇ। ਕੀ ਇਸ ਦੇ ਪਿੱਛੇ ਹੋਰ ਕਾਰਨ ਵੀ ਆ ਵੀ ਮੇਰੇ ਮੈਨੂੰ ਪੁਲਿਸ ਕੇਸ ਦੇ ਵਿੱਚ ਨਾ ਫਸਾ ਲਿਆ ਜਾਵੇ, ਜਾਂ ਵੀ ਮੈਨੂੰ ਨਜਾਇਜ਼ ਪੇਸ਼ੀਆਂ ਤੇ ਨਾ ਜਾਣਾ ਪੈ ਜਾਵੇ, ਇਹ ਵੀ ਕੋਈ ਡਰ ਰਹਿੰਦਾ? ਨਹੀਂ ਨਹੀਂ ਨਹੀਂ, ਇੱਥੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੈ ਰਾਜਕਰਨ ਵੀਰ ਜੀ ਜੀ, ਕਿ ਜੇ ਤੁਸੀਂ ਕਿਸੇ ਨੂੰ ਸੜਕ ਹਾਦਸੇ 'ਚ ਚੁੱਕਦੇ ਹੋ, ਚੁੱਕ ਕੇ ਲੈ ਜਾਂਦੇ ਹੋ, ਤੁਹਾਡੀ ਇੱਛਾ, ਜੇ ਤੁਸੀਂ ਉਸ ਕੇਸ ਦੇ ਵਿੱਚ ਗਵਾਹ ਬਣਨਾ, ਤੁਹਾਡੀ ਇੱਛਾ, ਜੇ ਤੁਸੀਂ ਲਿਖ ਕੇ ਦੇ ਕੇ ਜਾਣਾ ਚਾਹੁੰਦੇ ਹੋ ਕਿ ਨਹੀਂ ਮੈਂ ਗਵਾਹੀ ਨਹੀਂ ਦੇਣੀ, ਤਾਂ ਤੁਸੀਂ ਜਾ ਸਕਦੇ ਹੋ। ਕੋਈ ਇਹਦੇ 'ਚ, ਹਾਂ ਕੁਛ ਬੰਦੇ ਰਗੜੇ ਵੀ ਜਾਂਦੇ ਆ, ਉਹ ਰਾਤ ਬਰਾਤੇ ਦਾ, ਜਦੋਂ ਤੁਸੀਂ ਭੀੜ ਦੇ ਰੂਪ 'ਚ ਇਕੱਤਰ ਹੋ ਗਏ ਹੋ, ਇਹਦਾ ਮਤਲਬ ਤੁਸੀਂ 5, 10, 20, 25 ਜਾਣੇ ਹੋ, ਤਾਂ ਇੱਥੇ ਤੁਹਾਡੇ ਨਾਲ ਨਜਾਇਜ਼ ਨਹੀਂ ਹੋ ਸਕਦੀ ਜੀ। ਸੋ ਉੱਥੇ ਤੁਸੀਂ ਜਦੋਂ ਦੇਖੋ, ਜਦੋਂ ਤੁਸੀਂ ਫਸਣਾ, ਜੇ ਤੁਸੀਂ ਕੋਲ ਮਰਦੇ ਬੰਦੇ ਦੀ ਵੀਡੀਓ ਬਣਾਉਂਦੇ ਪਏ ਹੋ ਤੇ ਫਸਦੇ, ਤੁਸੀਂ ਤਾਂ ਵੀ ਜਾਣਾ। ਉਹਦੇ ਨਾਲੋਂ ਚੰਗਾ ਕਿ ਤੁਸੀਂ ਆਪਣਾ ਮਨੁੱਖੀ ਫਰਜ਼ ਨਿਭਾਓ। ਭੀੜ ਦਾ ਮਤਲਬ ਇਹ ਹੁੰਦਾ ਜਿੱਥੇ 10, 20, 25 ਬੰਦੇ ਇਕੱਠੇ ਹੋ ਜਾਣ, ਤੇ ਜੇ ਉਹ ਇਕੱਠੇ ਹੋ ਕੇ ਉਹਨੂੰ ਲੈ ਜਾਂਦੇ, ਕਿਉਂਕਿ ਉਹਨੂੰ 20 ਮਿੰਟ ਉੱਥੇ ਲੱਗ ਗਏ, ਉਹਦੇ ਨਾਲ ਦੇ ਆਏ, ਉਹ ਹਸਪਤਾਲ ਲੈ ਕੇ ਗਏ ਜਦ ਤੱਕ ਉਹਦਾ ਖੂਨ ਬਹੁਤ ਜ਼ਿਆਦਾ ਵੱਗ ਚੁੱਕਿਆ ਸੀ। ਜੇ ਇਹ ਹਿੰਮਤ ਕਰਦੇ, 4 ਬੰਦੇ ਚਲੇ ਜਾਂਦੇ, ਤਾਂ ਕੁਛ ਨਹੀਂ ਸੀ ਹੁੰਦਾ ਜੀ। ਜੀ ਬਿਲਕੁਲ। ਤੇ ਮਿੰਟੂ ਜੀ, ਇੱਥੇ ਆਪਾਂ ਇੱਕ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਆਪਾਂ, ਅਤੇ ਜਿਹੜੇ ਸਵਾਲ ਆਪਣੇ ਕੁਛ ਬਚੇ ਨੇ ਆਪਾਂ ਉਹਨਾਂ 'ਤੇ ਨਜ਼ਰ ਬਣਾਵਾਂਗੇ ਖਬਰਾਂ ਦੇ ਉੱਤੇ। ਅਤੇ ਇਸਰੋ 'ਤੇ ਖਬਰ 'ਤੇ ਨਜ਼ਰ ਪ੍ਰੋਗਰਾਮ ਇੱਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਸਾਰਿਆਂ ਨੂੰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM। ਵਿਜੇਸ ਗੇਅਰਸ ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਟ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ, ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰਸ, ਨੰਬਰ 916-372-3518, 916-372-3518, ਸੈਕਰਾਮੈਂਟੋ ਅਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਬੀਜੇ ਗੇਅਰਸ ਵਾਲਿਆਂ ਨੂੰ ਸੈਕਰਾਮੈਂਟੋ ਦੇ ਵਿੱਚ ਲੋਕਲ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 877-992-2567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ, ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਵੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500, 408-272-2500। ਮੈਂ ਕਹਿੰਦੀ
ਲਿਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ ਪਰ ਮੈਨੂੰ ਤਾਂ ਐਂ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਮੈਂਟੋ ਚ ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ ਉਹ ਸਾਰਾ ਕੁਛ ਹੀ ਦਿੰਦੇ ਆ ਚੱਕ ਫਲੇਮਿੰਗੋ ਪੈਲਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਣਿਆਂ ਵਾਂਗੂ ਆਓ ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ ਡੈਕੋਰੇਸ਼ਨ ਡੀਜੇ ਫੁੱਲ ਬਾਰ ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਪਾਲ 510-325-8433 510-325-8433 916-334-6916 ਮਨਜੀਤ ਜੀ ਬੜੀ ਅਪਸੈਟ ਲੱਗਦੇ ਹੋ ਬੜੀ ਪਰੇਸ਼ਾਨ ਹਾਂ ਵੀਰ ਜੀ ਲੱਤਾਂ ਸੁੱਜ ਜਾਂਦੀਆਂ ਨੇ ਦੁਖਦੀਆਂ ਨੇ ਥਕਾਵਟ ਖਾਰਸ਼ ਜਲਨ ਦਰਦ ਤਾਂ ਕਰਕੇ ਤਾਂ ਸ਼ਾਮ ਨੂੰ ਸੈਰ ਵੀ ਨਹੀਂ ਕਰ ਹੁੰਦੀ ਸਮਝ ਨਹੀਂ ਆਉਂਦੀ ਕੀ ਕਰਾਂ ਤੁਹਾਨੂੰ ਜਾਣਾ ਚਾਹੀਦਾ ਇੰਟਰਮੈਡ ਵੇਨ ਕਲੀਨਿਕ ਤੇ ਉਹ ਲੈਗਸ ਤੇ ਵੇਨਸ ਦਾ ਹੀ ਟ੍ਰੀਟਮੈਂਟ ਕਰਦੇ ਨੇ ਮੇਰੀ ਆਪਣੀ ਸਿਸਟਰ ਨੇ ਉਹਨਾਂ ਕੋਲੋਂ ਇਲਾਜ ਕਰਵਾਇਆ ਪਰ ਮੇਰੀ ਅੰਗਰੇਜ਼ੀ ਵਧੀਆ ਨਹੀਂ ਉਹ ਛੱਡੋ ਭੈਣ ਜੀ ਉਹ ਆਪ ਪੰਜਾਬੀ ਬੋਲਦੇ ਨੇ ਕੌਣ ਨੇ ਡਾਕਟਰ ਸਾਹਿਬ ਡਾਕਟਰ ਲਾਰੈਂਸ ਮਿਲਨੇ ਆ ਉਹਨਾਂ ਦਾ ਨਾਮ 25 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਵੇਨਸ ਦੇ ਟ੍ਰੀਟਮੈਂਟ ਚ ਤੇ ਉਹਨਾਂ ਦਾ ਟ੍ਰੀਟਮੈਂਟ ਬੜਾ ਹੀ ਇਫੈਕਟਿਵ ਤੇ ਪੇਨਲੈਸ ਹੈ ਤੇ ਉਹ ਚੰਦ ਕੋਨਾ ਡਾਕਟਰਸ ਦੇ ਵਿੱਚੋਂ ਨੇ ਜਿਹੜੇ ਵੇਨਸ ਦਾ ਟ੍ਰੀਟਮੈਂਟ ਬਿਨਾਂ ਸਰਜਰੀ ਦੇ ਕਰਦੇ ਨੇ ਇੰਸ਼ੋਰੈਂਸ ਦਾ ਕੀ ਸਾਰੀ ਤਰ੍ਹਾਂ ਦੀਆਂ ਪ੍ਰਾਈਵੇਟ ਇੰਸ਼ੋਰੈਂਸ ਐਕਸੈਪਟ ਕਰਦੇ ਨੇ ਜਿਵੇਂ ਮੈਡੀਕੇਅਰ ਕਵਰਡ ਕੈਲੀਫੋਰਨੀਆ ਮੈਡੀਕਲ ਹੋਰ ਬਹੁਤ ਸਾਰੀਆਂ ਤੇ ਤੁਹਾਡੀ ਸਿਸਟਰ ਦਾ ਕੀ ਹਾਲ ਹੈ ਹੁਣ ਇਲਾਜ ਤੋਂ ਬਾਅਦ ਓ ਬਹੁਤ ਵਧੀਆ ਉਹਦੀ ਪੇਨ ਤਾਂ ਬਿਲਕੁਲ ਹੀ ਖਤਮ ਹੋ ਗਈ ਮੈਂ ਤਾਂ ਤੁਹਾਨੂੰ ਵੀ ਤੇ ਬਾਕੀ ਸਭ ਨੂੰ ਇਹੀ ਸਲਾਹ ਦਿੰਦਾ ਕਿ ਜਿਹਨੂੰ ਵੀ ਲੱਤਾਂ 'ਚ ਦਰਦ ਹੈ ਵੈਰੀਕੋਸ ਵੇਨਸ ਨੇ ਅਲਸਰ ਹੈ ਕ੍ਰੈਂਪਸ ਨੇ ਅੱਜ ਹੀ ਕਾਲ ਕਰੋ ਇੰਟਰਮੈਡ ਵੇਨ ਕਲੀਨਿਕ ਤੇ 530-434-7777 ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਜੀਤ ਕੌਰ ਮੈਂ ਸੁਣਦੀ ਹਾਂ ਤੇ ਤੁਸੀਂ ਵੀ ਸੁਣਦੇ ਰਹੋ ਪੰਜਾਬੀ ਰੇਡੀਓ USA ਪਾਪਾ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤੇ ਨੇ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅਤੇ ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ ਮਿੰਟੂ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ ਰੋਡਵੇਜ ਨੂੰ ਨੁਕਰੇ ਲਾਉਣ ਦੀ ਰਾਹ ਤੇ ਹੀ ਆ ਜਿਹੜੀ ਰੋਡਵੇਜ ਸ਼ੁਰੂ ਹੋਈ ਸੀਗੀ ਨਾ 1948 ਚ 13 ਬੱਸਾਂ ਨਾਲ ਸ਼ੁਰੂ ਹੋਈ ਸੀ ਕਮਾਲ ਦੀ ਗੱਲ ਆ 1997-98 ਤੱਕ ਇਹਦੇ ਵਿਹੜੇ ਚ 2407 ਬੱਸ ਸੀ ਬਹੁਤ ਲੰਬਾ ਸਫ਼ਰ ਤੈਅ ਕੀਤਾ ਰੋਡਵੇਜ ਨੇ ਪਰ ਹੁਣ ਲੱਗਦਾ ਕਿ ਇਹਦੇ ਸਫ਼ਰ ਦਾ ਮੁਕਾਮ ਆ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਰਾਜ ਗੱਡੀ ਲਈ ਸੰਘਰਸ਼ ਕੀਤਾ ਕੰਪੇਨ ਦੇ ਵਿੱਚ ਸੀ ਤੇ ਜਿਹੜੇ ਮੁੱਦੇ ਚੁੱਕੇ ਉਹਨਾਂ ਦੇ ਵਿੱਚੋਂ ਇੱਕ ਪ੍ਰਮੁੱਖ ਇਹ ਵੀ ਸੀ ਟਰਾਂਸਪੋਰਟ ਮਾਫੀਆ ਨਾਲ ਜੁੜਿਆ ਉਹ ਕਿੱਧਰ ਨੂੰ ਤੁਰਿਆ ਜਾਂਦਾ ਇਹਦੀ ਇੱਕ ਵਨਗੀ ਵੇਖ ਲਓ ਕਿ 598 ਬੱਸਾਂ ਰੋਡਵੇਜ ਦੇ ਫਲੀਟ ਚੋਂ ਕੱਢ ਲੈਣ ਲੱਗੇ ਆ ਉਹਨਾਂ ਨੂੰ ਕੰਡਮ ਕਰਾਰ ਦੇ ਕੇ ਖੁੱਡੇ ਲੈਣ ਲਾ ਦੇਣ ਲੱਗੇ ਆ ਤੇ ਕਮਾਲ ਦੀ ਗੱਲ ਇਹ ਆ ਕਿ ਇਹ ਜਿਹੜੀਆਂ 598 ਬੱਸਾਂ ਇਹਨਾਂ ਦੀ 2019-20 ਚ ਪੁੱਗਣੀ ਆ ਜਾ ਕੇ ਮਤਲਬ ਕਿ 3 ਸਾਲ ਪਹਿਲਾਂ ਹੀ ਇਹਨਾਂ ਨੂੰ ਅਲਵਿਦਾ ਕਹਿ ਦਿੱਤਾ ਜਾ ਰਿਹਾ ਦੂਜੇ ਪਾਸੇ ਸੁਣਨ ਦੇ ਵਿੱਚ ਇਹ ਆ ਰਿਹਾ ਕਿ ਜਿਹੜੀਆਂ ਇਹਨਾਂ ਦੀ ਥਾਂ ਬੱਸਾਂ ਪੋਲੀਆਂ ਨੇ ਕਰੀਬ 600 ਉਹ ਲਗਭਗ 600 ਬੱਸ ਜਿਹੜੀ ਆ ਦੁਬਾਰਾ ਰੋਡਵੇਜ਼ ਚ ਨਹੀਂ ਪੈਣੀ ਉਹ ਅਸਲ ਦੇ ਵਿੱਚ ਇਹਨਾਂ ਨੇ ਪਨ ਬੱਸ ਦੇ ਵਿੱਚ ਪਾਉਣੀ ਆ ਪਨ ਬੱਸ ਦਾ ਮਤਲਬ ਉਹ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਉਹਨਾਂ ਦੇ ਵਿੱਚ ਨਾ ਤੇ ਇਹਨਾਂ ਦਾ ਕੁਛ ਹੁੰਦਾ ਬਸ ਨਾ ਹੀ ਹੈ ਬਾਕੀ ਸਾਰਾ ਕੁਛ ਉਹ ਨਿੱਜੀ ਟਰਾਂਸਪੋਰਟ ਵਿੱਚ ਕੇ ਲੈ ਜਾਂਦੇ ਆ ਉਹਦੇ ਸਗੋਂ ਨਿੱਜੀ ਟਰਾਂਸਪੋਰਟਾਂ ਦੀ ਇਹਨਾਂ ਨੇ ਬਣਾਈ ਹੋਈ ਹੈ ਉਹ ਕਹਿ ਸਕਦੇ ਹਾਂ ਕਿ ਸਰਕਾਰੀ ਲੋਕ ਹੈ ਜਿਹੜੀ ਨਿੱਜੀ ਹੱਥਾਂ ਦੇ ਵਿੱਚ ਕੀਤੀ ਜਾਂਦੀ ਹੈ ਉਹ ਕਮਾਲ ਦੀ ਗੱਲ ਇਹ ਹੈ ਕਿ ਤਰਕ ਦਿੰਦੇ ਆ ਕਿ ਦੇਖੋ ਜੀ ਅਸੀਂ ਰੋਡਵੇਜ਼ ਦੇ ਵਿੱਚ ਬੱਸਾਂ ਜਿਹੜੀਆਂ ਲਿਆਵਾਂਗੇ ਪਰ ਲਿਆਵਾਂਗੇ ਉਦੋਂ ਜਿਹੜੀ ਵੀ ਪਨ ਬੱਸ ਕਰਜ਼ਾ ਮੁਕਤ ਹੋ ਜਾਏਗੀ ਮਤਲਬ ਕਿ ਉਹ ਆਪਣੀਆਂ ਕਿਸ਼ਤਾਂ ਕਲੀਅਰ ਕਰ ਲਵੇਗੀ ਉਸ
ਜਿਹੜੀ ਵੀ ਬੱਸ ਕਰਜ਼ਾ ਮੁਕਤ ਹੋਏਗੀ ਉਸ ਬੱਸ ਨੂੰ ਅਸੀਂ ਰੋਡਵੇਜ਼ ਦੇ ਬਿੱਲ ਵਿੱਚ ਸ਼ਿਫਟ ਕਰ ਦਾਂਗੇ। ਇਹ ਕਮਾਲ ਦਾ ਫੰਡਾ ਨਾ। ਹੁਣ ਦੇਖੋ ਸਧਾਰਨ ਤੋਂ ਸਧਾਰਨ ਬੁੱਧੀ ਵਾਲਾ ਬੰਦਾ ਵੀ ਇਹ ਗੱਲ ਚੁੱਕ ਸਕਦਾ ਹੈ ਕਿ ਜਿਹੜੀਆਂ ਬੱਸਾਂ ਨੂੰ ਤੁਸੀਂ ਕੰਡਮ ਕਰਾਰ ਦੇ ਕੇ ਦੋ ਤਿੰਨ ਸਾਲ ਪਹਿਲਾਂ ਹੀ ਤੋੜਦੇ ਪਏ ਹੋ ਤੇ ਜਿਹੜੀਆਂ ਬੱਸਾਂ ਤੁਸੀਂ ਲਿਆਉਣ ਦੀ ਗੱਲ ਕਰ ਰਹੇ ਹੋ ਕਿ ਪਣ ਬੱਸ ਦੇ ਵਿੱਚੋਂ ਅਸੀਂ ਬੱਸਾਂ ਲਿਆਵਾਂਗੇ ਤੇ ਉਹ ਬੱਸਾਂ ਕਰਜ਼ਾ ਉਤਾਰ ਕੇ ਜਦੋਂ ਪੱਕ ਹੋ ਜਾਣਗੀਆਂ ਫ੍ਰੀ ਹੋ ਜਾਣਗੀਆਂ ਉਦੋਂ ਆਉਣਗੀਆਂ ਤੇ ਉਹ ਤੇ ਉਦੋਂ ਤੱਕ ਕੰਡਮ ਹੋ ਚੁੱਕੀਆਂ ਹੋਣਗੀਆਂ। ਪੰਜ ਸਾਲ ਸੱਤ ਸਾਲ ਉਹਨਾਂ ਨੂੰ ਲੱਗੇ ਤੇ ਉਦੋਂ ਤੱਕ ਤੇ ਉਹ ਕੰਡਮ ਹੋ ਚੁੱਕੀਆਂ ਹੋਣਗੀਆਂ। ਫਿਰ ਕੰਡਮ ਵੱਟੇ ਕੰਡਮ ਦਾ ਵਟਾਂਦਰਾ ਸਮਝ ਤੋਂ ਪਰੇ ਹੈ ਕਿਉਂ ਕੀਤਾ ਜਾ ਰਿਹਾ। ਦੂਜੀ ਗੱਲ ਆ ਕਿ ਰੋਡਵੇਜ਼ ਜਿਹੜੀ ਹੈ ਉਹ 14 ਵਰਗਾਂ ਨੂੰ ਮੁਫ਼ਤ ਜਾਂ ਰਿਆਇਤੀ ਸਫ਼ਰ ਦੀ ਸਹੂਲਤ ਦਿੰਦੀ ਹੈ, ਜਿੱਦਾਂ ਅੰਗਹੀਨ ਆ, ਸੀਨੀਅਰ ਸਿਟੀਜ਼ਨ ਆ, ਹੋਰ ਇਸ ਤਰ੍ਹਾਂ ਦੇ 14 ਵਰਗ ਆ ਜਿਹਨਾਂ ਨੂੰ ਫ੍ਰੀ ਜਾਂ ਰਿਆਇਤੀ ਸਫ਼ਰ ਦਿੰਦੀ ਹੈ। ਔਰ ਸਭ ਤੋਂ ਜ਼ਿਆਦਾ ਸਹੂਲਤ ਮਿਲਦੀ ਹੈ ਵਿਦਿਆਰਥੀਆਂ ਨੂੰ। ਵਿਦਿਆਰਥੀਆਂ ਦੇ ਪਾਸ ਬਣੇ ਹੁੰਦੇ ਆ, ਉਹ ਆਰਾਮ ਦੇ ਨਾਲ ਸਕੂਲਾਂ ਕਾਲਜਾਂ ਚ ਪਿੰਡਾਂ ਚੋਂ ਚੜ ਕੇ ਜਾਂਦੇ ਆ। ਸੋ ਜਦੋਂ ਤੱਕ ਇਹ ਬੱਸਾਂ ਵਾਪਸ ਇਸ ਵਿਹੜੇ ਚ ਨਹੀਂ ਆਉਂਦੀਆਂ ਕਿ ਉਦੋਂ ਤੱਕ ਵਿਦਿਆਰਥੀਆਂ ਨੂੰ ਕਿਹਾ ਜਾਊਗਾ ਤੁਸੀਂ ਆਪਣੀ ਪੜ੍ਹਾਈ ਤੇ ਬ੍ਰੇਕ ਲਾਓ ਤੇ ਜਦੋਂ ਬੱਸਾਂ ਪੂਰੀਆਂ ਹੋ ਜਾਣਗੀਆਂ ਉਦੋਂ ਤੁਸੀਂ ਸਿਖਾਈ ਦੁਬਾਰਾ ਸ਼ੁਰੂ ਕਰ ਲਓ। ਸੋ ਇਹ ਇੱਕ ਬੜਾ ਅਜੀਬੋ ਗਰੀਬ ਜਿਹਾ ਫੈਸਲਾ ਸਰਕਾਰ ਦਾ। ਇਹ ਕਹਿੰਦੇ ਸਨ ਕਿ ਅਸੀਂ ਨਵੀਂ ਟਰਾਂਸਪੋਰਟ ਪਾਲਿਸੀ ਲਿਆਉਣੀ ਹੈ ਤੇ ਮੈਨੂੰ ਲੱਗਦਾ ਨਵੀਂ ਦੀ ਲੋੜ ਹੀ ਨਹੀਂ ਪੈ, ਪੁਰਾਣੀ ਨਾਲ ਹੀ ਕੰਮ ਚੱਲ ਜਾਣਾ, ਪੁਰਾਣੀ ਨੇ ਸਭ ਕੁਛ ਸਾਫ਼ ਕਰ ਦੇਣਾ। ਉਹ ਦੇਖੋ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਜਨਤਕ ਸੇਵਾ ਜਿਹੜੀ ਉਹ ਬਿਲਕੁਲ ਖਤਮ ਕੀਤੀ ਜਾ ਰਹੀ ਹੈ। ਜਨਤਕ ਸੇਵਾ ਨੂੰ ਕੀ ਮੁਨਾਫ਼ੇਖੋਰ ਬਣਾਇਆ ਜਾ ਰਿਹਾ, ਕੀ ਜਨਤਕ ਸੇਵਾ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ। ਪਹਿਲੀ ਗੱਲ, ਜਨਤਕ ਸੇਵਾ ਜਿਹੜੀ ਰਾਜਕਰਨ ਵੀਰ ਜੀ ਉਹਦੇ ਚੋਂ ਮੁਨਾਫ਼ਾਖੋਰੀ ਦੀ ਸੱਖਣੀ ਨੀ ਚਾਹੀਦੀ, ਉਹ ਜਨਤਾ ਦੀ ਸੇਵਾ ਵਾਸਤੇ ਆ। ਅੱਜ ਇੱਕ ਸੱਜਣ ਨੇ ਮੈਨੂੰ ਦੱਸਿਆ ਕਿ ਇਟਲੀ ਦਾ ਇੱਕ ਪ੍ਰਾਂਤ ਸ਼ਾਇਦ ਲੈਜੀ, ਉਹਨੇ ਦੱਸਿਆ ਸੀ ਲੈਜੀ ਉਹਦੇ ਵਿੱਚ ਉਹ ਕਹਿੰਦਾ ਕਿ ਉੱਥੋਂ ਦੀ ਜਿਹੜੀ ਜਨਤਕ ਬੱਸ ਉਹ ਘਾਟੇ ਚ ਆ ਔਰ ਮਿਲੀਅਨ ਯੂਰੋ ਦੇ ਘਾਟੇ ਚ ਆ, ਪਰ ਬਾਵਜੂਦ ਇਸਦੇ ਬਹੁਤ ਸ਼ਾਨਦਾਰ ਸੇਵਾ ਲੋਕਾਂ ਨੂੰ ਦੇ ਰਹੀ ਆ, ਇੱਕ ਜਨਤਕ ਸੇਵਾ ਸੇਵਾ। ਜੇ ਉਸ ਚੀਜ਼ ਨੂੰ ਅਸੀਂ ਦੇਖੀਏ ਇੱਕ ਜਨਤਕ ਸੇਵਾ ਜਿਹੜੀ ਕਿ ਬਹੁਤ ਵੱਡੇ ਵੱਡੇ ਘਾਟੇ ਚੱਲਦੇ ਆ, ਬਹੁਤ ਲੋਕਾਂ ਦਾ ਬੋਝ ਚੱਲਦੀ ਹੈ, ਖਾਸ ਤੌਰ ਤੇ ਮੁਫ਼ਤ ਖੋਰਾਂ ਦਾ। ਇਹਨਾਂ ਦੇ ਤੀਰਥ ਯਾਤਰਾ ਤੇ ਵੀ ਤੋੜ ਦਿੱਤੀ ਸੀ ਰੋਕਦੇ ਸੀ, ਹਾਲੇ ਤੱਕ ਉਹਨਾਂ ਦਾ ਮੇਰੇ ਖਿਆਲ ਜਿਹੜਾ 18 ਕਰੋੜ ਰੁਪਇਆ ਰਿਹਾ ਪਿਆ ਕਿ ਦਿੰਦੇ ਨੀ ਪਏ, ਇਹਦਾ ਕੋਈ ਕਸੂਰ ਨੀ। ਰੋਡਵੇਜ਼ ਜਨਤਕ ਬੱਸ ਸੇਵਾ ਸੀ, ਜਨਤਾ ਦੀ ਸੇਵਾ ਕਰਦੀ ਆਈ ਹੈ, ਕਰਦੀ ਰਹੀ ਹੈ। ਬੇਸ਼ੱਕ ਵਿਚਾਰੀ ਦੇ ਦਿਨ ਮਾੜੇ ਆ ਗਏ, ਪਰ ਜਵਾਬ ਹਾਲੇ ਵੀ ਉਹ ਲੋਕਾਂ ਨੂੰ ਨਹੀਂ ਦਿੰਦੀ। ਹੁਣ ਜੇ ਤੁਸੀਂ ਜਨਤਕ ਸੇਵਾ ਨੂੰ ਦਰੁਸਤ ਕਰਦੇ ਹੋ, ਉਹਦੇ ਤੋਂ ਮੁਨਾਫ਼ਾ ਲੈਂਦੇ ਹੋ, ਤੁਹਾਡਾ ਬੋਨਸ ਆ। ਪਰ ਜੇ ਤੁਸੀਂ ਉਹਦੇ ਚੋਂ ਇਹ ਆਸ ਰੱਖਦੇ ਹੋ ਕਿ ਇਹਦੇ ਚ ਮਾਸਾ ਮੋਟਾ ਵੀ ਘਾਟਾ ਨਾ, ਸਾਨੂੰ ਕੁਛ ਵੀ ਨਾ ਪਾਉਣਾ ਪਵੇ ਤੇ ਲੋਕਾਂ ਦੀ ਵੀ ਸੇਵਾ ਕਰੇ, ਇਹ ਨਹੀਂ ਹੁੰਦਾ। ਦੂਜੀ ਗੱਲ, ਜੇ ਕਰਨਾ ਵੀ ਹੋਵੇ ਕੁਛ, ਰਾਜਕਰਨ ਵੀਰ ਦੀ ਵਿਲੱਖਣੀ ਨੀਤ ਹੋਵੇ, ਨੀਤੀ ਹੋਵੇ, ਸਭ ਕੁਛ ਹੋ ਜਾਂਦਾ। ਇਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਆਖੀ ਸੀ ਕਿ ਅਸੀਂ ਕੈਜ ਬੱਸ ਚੱਲਣੀ ਕੋਈ ਨੀ ਦੇਣੀ, ਤੇ ਵਿਜੀਲੈਂਸ ਵਾਲੇ ਹਰੇਕ ਸ਼ਹਿਰ ਦੇ ਚੌਂਕ ਚ ਖਿਲਾਰ ਦਿੱਤੇ ਸਨ। ਤੁਸੀਂ ਕਮਾਲ ਮੰਨੋਗੇ, 18 ਡੀਪੂ ਆ ਰੋਡਵੇਜ਼ ਤੇ, ਹਰੇਕ ਡੀਪੂ ਦੀ 2 ਲੱਖ ਆਮਦਨ ਵੱਧ ਗਈ ਇੱਕ ਦਿਨ ਦੀ, ਹਰੇਕ ਡੀਪੂ ਦੀ ਕਿੰਨਾ ਮੁਨਾਫ਼ਾ ਵੱਧ ਗਿਆ, 36 ਲੱਖ ਰੁਪਇਆ। ਜੇ ਇੱਕ ਦਿਨ ਚ ਏਦਾਂ ਦੀ ਸਖਤ ਆਈ, 36 ਲੱਖ ਰੁਪਇਆ 18 ਡੀਪੂਆਂ ਦੀ ਬੁਕਿੰਗ ਵਧਾ ਸਕਦੀ ਹੈ, ਤੇ ਜੇ ਤੁਸੀਂ ਉਹਨਾਂ ਸਾਰੀਆਂ ਬੱਸਾਂ ਜਿਹੜਾ ਕਿ ਇਹਨਾਂ ਦਾ ਮੁਨਾਫ਼ਾ ਖਾ ਰਹੀਆਂ ਨੇ, ਉਹਨਾਂ ਸਾਰੀਆਂ ਬੱਸਾਂ ਦਾ ਚੱਕਾ ਜਾਮ ਕਰ ਦਿਓ, ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਪੈਣੀ, ਨਾ ਤੁਹਾਨੂੰ ਕਰਜ਼ਾ ਚੁੱਕਣ ਦੀ ਲੋੜ ਪੈਣੀ ਹੈ, ਨਾ ਤੁਹਾਨੂੰ ਰੋਡ ਵਿੱਚ ਖਤਮ ਦੀ ਲੋੜ ਪੈਣੀ ਹੈ। ਪਰ ਇਹਨਾਂ ਦੀ ਨੀਤ ਤੇ ਨੀਤੀ ਹੈ ਜਿਹੜੀ ਉਹ ਸਹੀ ਨਹੀਂ, ਜੇ ਦਰੁਸਤ ਹੁੰਦੀ ਤੇ ਨੌਬਤ ਨਾ ਆਉਂਦੀ। ਪਰ ਕੀ ਕਰੀਏ, ਜਿਹੜੀ ਰੋਡਵੇਜ਼ ਰਾਣੀ ਹੈ ਉਹ ਕਿਸਮਤ ਦੇ ਵਿੱਚ ਤੱਕੀ ਹੈ, ਕਦੇ ਉਹ ਸਵਾਰੀਆਂ ਤੋਂ ਧੱਕੇ ਖਾਂਦੀ ਸਟਾਰਟ ਹੋਣ ਲਈ, ਕਦੇ ਸਟਾਰਟਾਂ ਧੱਕਾ ਮਾਰਦੀਆਂ ਉਹਨੂੰ ਬੰਦ ਕਰ ਲਈ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰੀਏ, ਇਹ ਤਾਂ ਆਪਾਂ ਗੱਲ ਕਰ ਲਈ ਆ ਬੱਸਾਂ ਦੀ, ਰੋਡਵੇਜ਼ ਦੀ। ਰੇਤ ਦੀਆਂ ਖੱਡਾਂ ਦੇ ਵਿੱਚ ਕਹਿੰਦੇ ਲੁੱਟ ਸ਼ੁਰੂ ਵੀ ਹੋ ਗਈ ਆ ਹੁਣ। ਜਿਨ੍ਹਾਂ ਨੇ ਇੰਨੀਆਂ ਚੜ ਚੜ ਕੇ ਬੋਲੀਆਂ ਲਈਆਂ, ਉਹਨੂੰ ਤੇ ਬੋਲੀਆਂ ਪਾਉਣਗੇ ਪਾਉਣਗੇ ਨਾ, ਜਦੋਂ ਉਹਨਾਂ ਨੂੰ ਮੌਕਾ ਮਿਲ ਗਿਆ, ਮੌਕੇ ਤੇ ਚੌਂਕਾ ਤੇ ਲਾਉਣਗੇ ਲਾਉਣਗੇ। ਇਹ 2 ਖੱਡਾਂ ਤੱਕ ਇੱਕ ਕੌਮੀ ਅਖਬਾਰ ਦੇ ਪੱਤਰਕਾਰਾਂ ਦੀ ਟੀਮ ਪਹੁੰਚੀ ਹੈ। ਇਹ 2 ਖੱਡਾਂ ਕਿਹੜੀਆਂ? ਇਹ 2 ਖੱਡਾਂ ਬੜੀਆਂ ਦਿਲਚਸਪ ਆ ਔਰ ਇਹਨਾਂ ਦੀ ਬੋਲੀ ਵੀ ਬੜੀ ਚੜ ਕੇ ਹੋਈ ਹੈ। ਅਸਲ ਦੇ ਵਿੱਚ ਦੱਸਦੇ ਆ ਕਿ ਇਹ ਪਹਾੜਾਂ ਦੇ ਥੱਲੇ ਆ, ਹਿਮਾਚਲ ਦੇ ਜਿਹੜੇ ਸਾਡਾ ਪਹਾੜ ਆ ਔਰ ਸ਼ਿਵਾਲਕ ਦੀਆਂ ਪਹਾੜੀਆਂ ਜਿਹਨਾਂ ਨੂੰ ਕਹਿ ਦਿੰਦੇ ਆ, ਉਹਨਾਂ ਪਹਾੜੀਆਂ ਦੇ ਥੱਲੇ ਆ ਤੇ ਉੱਤੋਂ ਰੇਤ ਰੁੜ ਕੇ ਜਿਹੜੀ ਆਉਂਦੀ ਆ
ਬਹੁਤ ਉੱਚ ਕੁਆਲਿਟੀ ਦੀ ਹੈ, ਬਹੁਤ ਮਾੜੀ ਰੇਤਾ ਹੁੰਦੀ ਹੈ, ਹੱਥੋਂ ਹੱਥੀ ਵਿਕਦੀ ਹੈ, ਔਰ ਉਹ ਦੋ ਖਤਾਨਾ ਕਹਿ ਲਓ, ਖੱਡਾ ਕਹਿ ਲਓ, ਉਹ ਜਿਹੜੀਆਂ ਤਾਰ ਚੜ ਕੇ ਜਾਂਦੀਆਂ, ਹਮੇਸ਼ਾ ਚੜ ਕੇ ਜਾਂਦੀਆਂ, ਉਹਨਾਂ ਦੇ ਵਿੱਚ ਇੱਕ ਤੇ ਹੈਗੀ ਆ ਮੇਰੀ ਹਾਰਾ, ਦੂਸਰੀ ਹੈਗੀ ਆ ਹਰਸ਼ਾ ਬੀਲਾ। ਇਹ ਪੱਤਰਕਾਰਾਂ ਦੀ ਟੀਮ ਜਦੋਂ ਉੱਥੇ ਪਹੁੰਚੀ ਤੇ ਉਹਨਾਂ ਨੇ ਜਾਂਦਿਆਂ ਨੂੰ ਮਸ਼ੀਨਾਂ ਜਿਹੜੀਆਂ ਬੰਦ ਕਰ ਦਿੱਤੀਆਂ, ਕਿਉਂਕਿ ਇਹਨਾਂ ਦੇ ਕੋਲ ਪੈਮਾਇਸ਼ ਸੀ, ਇਹਨਾਂ ਦੇ ਕੋਲ ਸਾਰੇ ਕਾਗਜ਼ ਪੱਤਰਾਂ ਦਾ ਦਸਤੀ ਸਬੂਤ ਸੀਗਾ ਕਿ ਕਿੰਨੀ ਅਲਾਟਮੈਂਟ ਹੋਈ ਹੈ, ਕਿ ਇੱਕ ਬੋਲੀ ਕਰਤਾ ਨੇ ਖਤਾਨ ਦੇ ਵਿੱਚ ਕਿੰਨੀ ਰੇਤਾ ਕੱਢਣੀ ਹੈ। ਸੋ ਜਦੋਂ ਇਹਨਾਂ ਨੇ ਜਾ ਕੇ ਦੇਖਿਆ, ਜਿਹੜੀ ਤੈਅ ਸੀਮਾ ਰਾਜਕਰਨ ਵੀਰ ਜੀ ਉਹਦੇ ਤੋਂ ਪੰਜ ਤੋਂ ਜ਼ਿਆਦਾ ਰੇਤਾ ਕੱਢ ਵੀ ਲਈ ਇਹਨਾਂ ਨੇ ਜੀ। ਹੁਣ ਤੁਸੀਂ ਵੇਖੋ, ਹਲੇ ਹਫ਼ਤੇ ਚਾਰ ਪੰਜ ਹੋਏ ਆ ਨਾ ਖੱਡਾ ਚੜੀਆਂ ਨੂੰ, ਚਾਰ ਪੰਜ ਹਫ਼ਤਿਆਂ ਦੇ ਵਿੱਚ ਹੀ ਉਹ ਪੰਜ ਗੁਣਾ ਵੱਧ ਰੇਤਾ ਚਟਮ ਕਰ ਗਏ ਆ। ਤੇ ਸਾਲ ਕਿੱਥੇ ਆਉਣਾ, ਸਾਲ ਦਾ ਤੇ ਫਿਰ ਇਹ ਅੰਦਾਜ਼ਾ ਲਾ ਕੇ ਚੱਲੀਏ ਕਿ 50 ਗੁਣਾ ਵੀ ਬਣ ਸਕਦਾ, ਕਿ ਜੋ ਉਹਨਾਂ ਨੂੰ ਅਲਾਟਮੈਂਟ ਹੋਈ ਹੈ, ਜਿਹੜੀ ਰੇਤਾ ਜਿੰਨੀ ਤੈਅ ਸੀਮਾ ਦੇ ਵਿੱਚ ਅਲੋਟ ਹੋਈ ਹੈ, ਉੱਥੋਂ ਤੇ ਉਹ ਕਈ ਗੁਣਾ ਵੱਧ ਜਾਣਗੇ। ਇਹ ਬਹੁਤ ਵੱਡਾ ਸਵਾਲ ਹੈ ਕਿ ਇਹ ਦੋਵਾਂ ਰੇਤਾਂ ਦੀਆਂ ਖੱਡਾਂ ਦੇ ਵਿੱਚ ਹੀ ਇਸ ਤਰ੍ਹਾਂ ਹੋਣ ਡਿਆ, ਜਾਂ ਪੰਜਾਬ ਦੀਆਂ ਸਾਰੀਆਂ ਖੱਡਾਂ ਦੇ ਵਿੱਚ ਹੀ ਇਹ ਖੇਡ ਖੇਡੀ ਜਾ ਰਹੀ ਹੈ। ਇਹ ਖੁਸ਼ ਹੋ ਰਹੇ ਹਨ ਕਿ ਜੀ ਅਸੀਂ ਇੰਨੇ ਚ ਬੋਲੀ ਕਰਤੀ, ਇੰਨੇ ਚ ਬੋਲੀ ਕਰਤੀ, ਕਾਹਲੀ ਖਾ ਗਏ। ਲੋਕ ਇਹ ਸੋਚੇ ਪਏ ਸਨ ਕਿ ਜੇ ਇਹ ਬੋਲੀ ਇੰਨੇ ਚ ਲਈ ਹੈ ਬੋਲੀ ਕਰਤਾ ਨੇ, ਪਰ ਇਹਦੇ ਚ ਇੰਨੀ ਉਹਨਾਂ ਨੇ ਰੇਤਾ ਕੱਢਣੀ ਹੈ, ਤੇ ਫਿਰ ਤੇ ਉਹ ਟਰੱਕ 35-35-40-40 ਹਜ਼ਾਰ ਦਾ ਵਿੱਚ ਡਾਲ ਗੱਡੀ ਚੱਲਣੀ ਹੈ, ਕਿਉਂਕਿ ਉਹਨਾਂ ਨੂੰ ਜਿੰਨੀ ਤੁਸੀਂ ਰੇਤਾ ਲੌਟ ਕੀਤੀ ਹੈ ਉਹਦੇ ਤੇ ਪੈਸੇ ਉਹਨਾਂ ਦੇ ਹੱਥ ਨਹੀਂ ਹੋਣੇ ਜਿਹੜੇ ਤੁਸੀਂ ਤੈਅ ਕਰਕੇ ਦਿੰਦੇ ਹੋ। ਜਾਂ ਫਿਰ ਉਹ ਦਾਨੀ ਬਹੁਤ ਵੱਡੇ ਨੇ, ਦਾਨੇ ਬਹੁਤ ਵੱਡੇ, ਉਹ ਤੁਹਾਨੂੰ ਦਾਨ ਕਰ ਰਹੇ ਆ, ਤੇ ਜਾਂ ਉਹ ਖਿਡਾਰੀ ਬਹੁਤ ਵੱਡੇ ਨੇ ਕਿ ਇੱਕ ਵਾਰੀ ਉਹ ਕਹਿੰਦੇ ਆ ਕਿ ਕੋਈ ਗੱਲ ਨੀ, ਲੈਣੇ ਆ ਬਾਅਦ ਵਿੱਚ ਪੂਰੇ ਅਸੀਂ ਤੁਹਾਨੂੰ ਕਰ ਹੀ ਲੈਣੇ ਆ। ਸੋ ਇਹ ਖੇਡ ਜਿਹੜੀ ਖੇਡੀ ਜਾ ਰਹੀ ਹੈ, ਇਹਦੇ ਚ ਧਿਆਨ ਦੇਣਾ ਚਾਹੀਦਾ, ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਮਲੇ ਵਾਲੇ ਆਖੋ ਧਿਆਨ ਉਠਾ ਕੇ ਇਸ ਉਜਾੜ ਵੱਲ ਧਿਆਨ ਦੇਣ ਦੀ ਜ਼ਰੂਰਤ ਆ। ਇੱਥੇ ਕੀ ਹੋਣ ਡਿਆ, ਇੱਕ ਚੀਜ਼ ਹੋਰ ਵੀ ਆ ਰਾਜਕਰਨ ਜੀ, ਦੇਖੋ ਅਸੀਂ ਸਾਰਾ ਕੁਛ ਨਿੱਜੀਕਰਨ ਵੱਲ ਤੋਰ ਦਿੱਤਾ, ਸਾਰਾ ਕੁਛ ਨਿੱਜੀ ਹੱਥਾਂ ਚ ਦੇ ਦਿੱਤਾ। ਆਹ ਜਿਹੜਾ ਰੇਤੇ ਵਾਲਾ ਕੰਮ ਆ, ਇਹ ਤਾਂ ਕੋਈ ਬਹੁਤ ਔਖਾ ਨਹੀਂ, ਜੇ ਸਰਕਾਰ ਚਾਹੇ ਇਹ ਰੇਤਾ ਖੁਦ ਵੇਚ ਸਕਦੀ ਹੈ, ਉਹਦੇ ਚ ਨਾਲੇ ਤੇ ਰੇਤੇ ਚ ਬਰਕਤ ਪਊਗੀ, ਨਾਲੇ ਇਹਨਾਂ ਚ ਬਰਕਤ ਪਊਗੀ, ਨਾਲੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ। ਇਹ ਕਿਉਂ ਨੀ ਕਰਦੇ, ਇਹ ਹੋਣਾ ਚਾਹੀਦਾ, ਪਰ ਇਹ ਕਦੇ ਕਰਨਗੇ ਨਹੀਂ, ਕਿਉਂਕਿ ਇਸ ਧੰਦੇ ਦੇ ਵਿੱਚ ਜਿੰਨੇ ਵੀ ਪ੍ਰਿਤ ਪਾਲਕ ਆ ਉਹ ਸਾਰੇ ਹੀ ਸਿਆਸਤਦਾਨ ਆ, ਇਸ ਧੰਦੇ ਦੇ ਪ੍ਰਿਤ ਜਿੰਨੇ ਆ ਉਹ ਸਾਰੇ ਸਿਆਸਤਦਾਨ ਆ, ਚਾਹੇ ਕੋਈ ਕਿਸੇ ਪਾਰਟੀ ਨਾਲ ਹੈ, ਚਾਹੇ ਕੋਈ ਕਿਸੇ ਪਾਰਟੀ ਨਾਲ। ਸੋ ਇਸ ਕਰਕੇ ਇਸ ਧੰਦੇ ਦਾ ਨਿੱਜੀਕਰਨ ਹੋਇਆ, ਨਿੱਜੀਕਰਨ ਹੋਇਆ, ਮੁੜ ਕੇ ਮੋਨੋਪੋਲੀ ਦੀ ਮਾਰ ਹੇਠ ਹੈ, ਮਾਫੀਆ ਕ੍ਰੀਏਟ ਹੋਇਆ। ਹੁਣ ਇਸੇ ਕਰਕੇ ਜਿਹੜਾ ਰੇਤਾ ਹੈ ਉਹ ਤਾਂ ਨਹੀਂ ਤੁਰਿਆ ਜਾਂਦਾ, ਸਾਨੂੰ ਨਹੀਂ ਆਉਂਦਾ। ਦੂਜੇ ਪਾਸੇ ਵੀ ਅਸੀਂ ਦੇਖੀਏ ਕੈਪਟਨ ਅਮਰਿੰਦਰ ਸਿੰਘ ਦੀ ਨੀਤੀ ਹੁਣ ਤੱਕ ਇੰਪਲੀਮੈਂਟ ਹੋਈ ਹੈ, ਇੱਕ ਦੋ ਸਫਲਤਾਪੂਰਵਕ ਚੀਜ਼ਾਂ ਨੂੰ ਛੱਡ ਕੇ ਬਾਕੀ ਸਾਰੀਆਂ ਨੀਤੀਆਂ ਜਿਹੜੀਆਂ ਉਹ ਸਵਾਲਾਂ ਦੇ ਘੇਰੇ ਚ ਹੈ। ਅੱਜ ਬਿਜਲੀ ਵਾਲਾ ਵੀ ਆ ਗਿਆ, ਦੇਖੋ ਆਪਣੇ ਥਰਮਲ ਬੰਦ ਕਰਕੇ, ਬਠਿੰਡੇ ਵਾਲਾ ਗੁਰੂ ਨਾਨਕ ਥਰਮਲ ਬੰਦ ਕਰਕੇ ਇਹ ਰਾਤੀ ਇੱਕ ਕੰਪਨੀ ਤੋਂ ਬਿਜਲੀ ਖਰੀਦਣ ਤੁਰ ਪਏ ਆ, ਤੇ ਆਪੇ ਖੜਾ ਮਾਰਨ ਡਏ ਸੀ ਅਦੋ ਪਹਿਲੇ, ਬਿਜਲੀ ਲੈ ਲਓ, ਬਿਜਲੀ ਲੈ ਲਓ। ਤੇ ਹੁਣ ਲੋਕੀ ਪੁੱਛਦੇ ਆ ਕਿ ਬਿਜਲੀ ਕਿੱਧਰ ਗਈ, ਆਪਦੇ ਥਰਮਲ ਬੰਦ ਕਰਕੇ ਗੁਜਰਾਤ ਤੋਂ ਬਿਜਲੀ ਖਰੀਦਣ ਤੁਰ ਪਏ। ਸੋ ਸਾਰੀਆਂ ਪੋਲਿਸੀਆਂ ਜਿਹੜੀਆਂ ਉਹ ਸਵਾਲਾਂ ਦੇ ਘੇਰੇ ਚ ਆ। ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਹੁਣ ਪ੍ਰਭਾਵ ਬਣਦਾ ਜਾ ਰਿਹਾ, ਮੈਂ ਦੱਸਦਾ ਜਿਸ ਨਹੀਂ ਆ ਕਿ ਕੈਪਟਨ ਹੈ ਜਿਹੜਾ 2002 ਤੋਂ 2007 ਤੱਕ ਰਿਹਾ, ਉਹ ਕੈਪਟਨ ਕਿਤੇ ਨਾ ਕਿਤੇ ਹੁਣ ਨਜ਼ਰ ਨਹੀਂ ਆਉਂਦਾ। ਹੁਣ ਤੇ ਉਹ ਬਜ਼ੁਰਗ ਨਜ਼ਰ ਆਉਂਦਾ ਜਿਹੜਾ ਕਰਨਾ ਬਹੁਤ ਕੁਛ ਚਾਹੁੰਦਾ, ਪਰ ਉਹਦਾ ਨਾ ਤੇ ਗੋਡਾ ਸਾਥ ਦੇ ਰਿਹਾ, ਨਾ ਗੋਡਾ ਸਾਥ ਦੇ ਰਿਹਾ, ਤੇ ਨਾ ਪੁੱਤਰ ਜੋਗਾ ਸਾਥ ਦੇ ਰਿਹਾ, ਕੋਈ ਵੀ ਉਹਦਾ ਸਾਥ ਨਹੀਂ ਦੇ ਰਿਹਾ। ਇਸ ਕਰਕੇ ਥੱਕਿਆ ਜਿਹਾ, ਹਾਰਿਆ ਜਿਹਾ, ਮਯੂਸ ਜਿਹਾ, ਜਿਵੇਂ ਡੰਗ ਟੱਪ ਟੱਪ ਪਈ ਜਾਂਦਾ, ਬਾਕੀ ਕੋਈ ਤਰੋ ਤਾਜ਼ਗੀ ਨਜ਼ਰ ਨਹੀਂ ਆਉਂਦੀ। ਜੀ ਜੀ ਜੀ, ਤੇ ਮਿੰਟੂ ਗੁਰਸਰੇ ਜੀ, ਜੇ ਆਪਾਂ ਅਗਲੀ ਗੱਲ ਕਰੀਏ ਵੀ ਇੰਦਰਜੀਤ ਦੇ ਮਾਮਲੇ ਤੋਂ ਬਾਅਦ ਮਾਲਖਾਨਿਆਂ ਦੀ ਚੈਕਿੰਗ ਦੇ ਹੁਕਮ। ਦੇਖੋ ਇੰਦਰਜੀਤ ਦੇ ਜਿਹੜੇ ਮਾਲਖਾਨੇ ਵਾਲੇ ਮਾਲ ਦੇ ਚਰਚੇ ਆ, ਉਹ ਅਸਲ ਦੇ ਵਿੱਚ ਇਹ ਹੈ ਕਿ ਜਿਹੜੀਆਂ 2147 ਮਿਲੀਆਂ ਸਨ, ਹੁਣ ਰਿਪੋਰਟ ਇਹ ਮਿਲੀ ਹੈ ਕਿ ਕਰਤਾਰਪੁਰ ਥਾਣਾ ਜਿਹੜਾ ਇੰਦਰ ਦੇ ਲਾਗੇ, ਉਸ ਕਰਤਾਰਪੁਰਾ ਥਾਣੇ ਦੇ ਵਿੱਚ 2147 ਹੋਰ ਵੀ ਚੋਰੀ ਹੋਈਆਂ।
ਕਿਉਂਕਿ ਜਿਹੜੀਆਂ ਇੰਦਰਜੀਤ ਕੋਲੋਂ ਦੋ AK-47 ਮਿਲੀਆਂ ਉਹ AK-47 ਨਹੀਂ ਜਿਹੜੀਆਂ ਗੁਰਦਾਸਪੁਰ ਤੋਂ ਚੋਰੀ ਹੋਈਆਂ, ਕਿਉਂਕਿ ਪਹਿਲਾਂ ਤੇ ਸ਼ੱਕ ਇਹਦੇ ਤੇ ਗਿਆ ਕਿ ਜਿਹੜੀਆਂ AK-47 ਚੋਰੀ ਹੋਈਆਂ ਨੇ ਉਹ ਇਹੀ ਆ। ਪਰ ਬਾਅਦ ਦੇ ਵਿੱਚ ਜਦੋਂ ਮਿਲਾਨ ਕੀਤਾ ਗਿਆ ਉਹ AK-47 ਹੋਰ ਸਨ। ਤੇ ਇੱਕ ਚੀਜ਼ ਜਿਹੜੀ ਹੈ ਉਹ ਬੜੀ ਹੈਰਾਨ ਕਰਦੀ ਹੈ ਰਾਜਕਰਨਵੀਰ ਜੀ, ਇਸ ਕਰਤਾਰਪੁਰ ਥਾਣੇ ਦੇ ਵਿੱਚੋਂ ਇਹ ਦੋ AK-47 20 ਸਾਲ ਪਹਿਲਾਂ ਚੋਰੀ ਹੋਈਆਂ ਸਨ, ਮਤਲਬ 1997 ਦੇ ਵਿੱਚ। 1997 ਦੇ ਵਿੱਚ ਚੋਰੀ ਹੋਈਆਂ ਸਨ, ਕਿੰਨੇ ਅਫਸਰ ਆਏ, ਕਿੰਨੇ ਗਏ, ਕਿੰਨਿਆਂ ਨੇ ਮਾਲਖਾਨੇ ਦੀ ਗਿਣਤੀ ਕੀਤੀ ਹੋਊ, ਕਿੰਨਿਆਂ ਨੇ ਮਿਣਤੀ ਕੀਤੀ ਹੋਊ, ਕਿਸੇ ਨੇ ਅੱਜ ਤੱਕ ਇਹ ਨੀ ਦੱਸਿਆ ਕਿ ਉੱਥੋਂ ਦੋ AK-47 ਚੋਰੀ ਹੋ ਗਈਆਂ। ਹੁਣ ਇਹ ਤੇ ਹੈ ਨੀ ਕਿ ਕੋਈ ਵਸਤੂ ਭੰਗੀ ਅਮਲੀ ਤੁਰਿਆ ਗਿਆ ਹੋਊਗਾ ਤੇ ਮੋਢੇ ਪਾ ਕੇ AK-47 ਉੱਥੋਂ ਤੁਰਾਇਆ ਹੋਊਗਾ। ਥਾਣੇ ਦੇ ਵਿੱਚ ਕੋਈ ਚਿੜੀ ਜਨੌਰ ਵੀ ਨੀ ਛੇਤੀ ਜਾਂਦੀ, ਉੱਥੇ ਕੋਈ ਕਿਆ ਮਾਲਖਾਨੇ ਚ ਕੋਈ ਕੱਢ ਕੇ ਲਿਆਇਆ, ਕੋਈ ਇਹਨਾਂ ਦਾ ਆਪਦਾ ਬੰਦਾ ਹੀ ਹੈ। ਹੁਣ ਦੂਜੇ ਪਾਸੇ ਜਦੋਂ ਇਹ ਸਪਸ਼ਟ ਹੋਈ ਜਾਂਦਾ ਕਿ ਇੰਦਰਜੀਤ ਵਾਲੀਆਂ AK-47 ਨਹੀਂ, ਇਹਦਾ ਮਤਲਬ ਆ ਕਿ ਕੋਈ ਨਾ ਕੋਈ ਮਹਿਕਮੇ ਚ ਇੰਦਰਜੀਤ ਹੋਰ ਵੀ ਹੈਗਾ, ਇਹ ਮਾਲਖਾਨੇ ਦੇ ਵਿੱਚੋਂ ਹੋਰ ਤੇ ਪਤਾ ਨੀ ਕੁਛ ਖੜਿਆ ਹੋਵੇ ਜਾਂ ਨਾ ਖੜਿਆ ਹੋਵੇ, ਪਰ 47 ਜ਼ਰੂਰ ਖੜੀਆਂ। ਉਹ 47 ਦਾ ਉਹਨੇ ਕੀ ਕੀਤਾ ਇਹ ਪੁੱਛਣਾ ਪੜਦਾ। ਇਸੇ ਕਰਕੇ ਹੁਣ DGP ਨੇ ਹੁਕਮ ਦੇ ਦਿੱਤੇ ਆ ਕਿ ਜਲੰਧਰ ਜ਼ਿਲ੍ਹੇ ਦੇ ਸਾਰੇ ਜਿੰਨੇ ਮਾਲਖਾਨੇ ਆ ਉਹਨਾਂ ਦੇ ਵਿੱਚ ਗੇੜਾ ਮਾਰੋ, ਚੈੱਕ ਕਰੋ ਕਿ ਕੀ ਮਾਲਖਾਨਿਆਂ ਦੇ ਵਿੱਚ ਸੁਰੱਖਿਅਤ ਪਿਆ ਜਾਂ ਸੰਨ ਮਾਰੀ ਹੋ ਗਈ ਹੈ। ਮੈਂ ਕਹਿੰਦਾ ਆ ਕਿ ਜਲੰਧਰ ਹੀ ਕਿਉਂ, ਇਹ ਜਿਹੜੀ ਜਾਂਚ ਪੜਤਾਲ ਹੈ ਜਲੰਧਰ ਤੱਕ ਹੀ ਮਹਿਸੂਸ ਰੱਖੀ ਜਾਵੇ, ਸਾਰੇ ਪੰਜਾਬ ਦੇ ਵਿੱਚ ਪੜਤਾਲ ਹੋਣੀ ਚਾਹੀਦੀ ਹੈ। ਰਾਜਕਰਨਵੀਰ ਜੀ ਤੁਸੀਂ ਵੇਖਿਆ ਮੁਹੱਲੇ ਦੇ ਵਿੱਚ ਡਾਕਟਰ ਮੰਗਲ ਸਿੰਘ ਸੰਧੂ ਦਾ ਸਮਾਨ ਜਿਹੜਾ ਫੜਿਆ ਸੀ ਉਹ ਚੋਰੀ ਹੋ ਗਿਆ, ਚੋਰੀ ਦੇ ਦੋਸ਼ ਕਿਤੇ ਲੱਗੇ? ਸਾਬਕਾ ਅਕਾਲੀ ਸਰਪੰਚ ਦਾ ਉਹ ਮੁੰਡਾ ਕਾਂਸਟੇਬਲ ਸੀ, ਅਸੀਂ ਦੋ ਵਾਰੀ ਡਕੈਤੀ ਦੇ ਕੇਸ ਦੇ ਵਿੱਚ ਵੀ ਗੰਭੀਰ ਹੋ ਚੁੱਕਾ, ਉਹਨੇ ਸਮਾਨ ਗਾਇਬ ਕਰਤਾ ਥਾਣੇ ਚ ਸਿਪਾਹੀ ਸੀਗਾ। ਇਸ ਤੋਂ ਇਲਾਵਾ ਫਾਜ਼ਿਲਕਾ ਦੇ ਵਿੱਚੋਂ ਇਸ ਤਰ੍ਹਾਂ ਦਾ ਕੇਸ ਸਾਹਮਣੇ ਆ ਚੁੱਕਾ, ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿੱਚੋਂ ਇਸ ਤਰ੍ਹਾਂ ਦਾ ਕੇਸ ਸਾਹਮਣੇ ਆ ਚੁੱਕਾ, ਕਰਤਾਰਪੁਰ ਵਾਲਾ ਆਪਾਂ ਹੁਣੇ ਡਿਸਕਸ ਕੀਤੇ ਹੈਗੇ ਆ। ਸੋ ਸਾਰੇ ਪਾਸਿਓਂ ਤੇ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਫਿਰ ਇਹ ਜਾਂਚ ਪੜਤਾਲ ਜਲੰਧਰ ਤੱਕ ਹੀ ਕਿਉਂ ਰੱਖੀ ਜਾ ਰਹੀ ਹੈ? ਇਹਦਾ ਪੈਰਾ ਖੁੱਲਣਾ ਚਾਹੀਦਾ ਔਰ ਸਾਰੇ ਪੰਜਾਬ ਦੇ ਮਾਲਖਾਨਿਆਂ ਦੀ ਪੜਤਾਲ ਕਰਕੇ ਪਤਾ ਲਾਉਣਾ ਚਾਹੀਦਾ ਹੈ ਕਿ ਕਿਹੜੇ ਕਿਹੜੇ ਮਾਲਖਾਨਿਆਂ ਦੇ ਖਾਨਿਆਂ ਨੇ ਚਾਬੀਆਂ ਪਾਨਿਆਂ ਨਾਲ ਸਮਾਨ ਧੋਇਆ, ਜਿਹਨੇ ਜਿਹਨੇ ਵੀ ਸਮਾਨ ਧੋਇਆ ਉਹਨੂੰ ਹੱਥ ਖੜੀ ਦੇ ਨਾਲ ਧੋ ਕੇ ਥਾਣੇ ਲਿਆਉਣਾ ਚਾਹੀਦਾ, ਉਹਨੂੰ ਪੁੱਛਣਾ ਚਾਹੀਦਾ ਕਿ ਉਹ ਮਾਲ ਕੱਢਿਆ ਉਹਨੇ ਰੱਖਿਆ ਤੇ ਰੱਖਿਆ ਕਿੱਥੇ ਆ, ਜੇ ਵੇਚਿਆ ਤੇ ਵੇਚਿਆ ਕਿਹਨੂੰ ਹੈ। ਜੇ ਮੇਰੇ ਖਿਆਲ ਦੇ ਨਾਲ ਇਸ ਰਸਤੇ ਤੇ ਤੁਰਨਗੇ ਤੇ ਫਿਰ ਕੰਡੇ ਬਹੁਤ ਵੱਜਣਗੇ, ਕਿਉਂਕਿ ਕੰਡੇ ਖਿਲ ਰਹੇ ਆ। ਇੰਦਰਜੀਤ ਨੂੰ ਚੁੱਪ ਚੁੱਪੀ ਤੇ ਜੇਲ੍ਹ ਚ ਵੀ ਇਸੇ ਕਰਕੇ ਛੱਡ ਕੇ ਆਏ ਆ ਕਿਉਂਕਿ ਅੱਧੀ ਵੱਡੇ ਅਧਿਕਾਰੀਆਂ ਦੇ ਉਹਨੇ ਨਾਂ ਲੈ ਕੇ ਸੀ। ਜੀ 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 ਮਿੰਟੋ ਜੀ, ਅਤੇ ਸਰੋਤਿਓ ਨਾਲ ਹੀ ਹੁਣ ਆਪਾਂ ਤੁਹਾਨੂੰ ਵੀ ਆਖਦੇ ਹਾਂ ਵੀ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈਗਾ ਆ ਤਾਂ ਤੁਸੀਂ ਹੁਣ ਮਿੰਟੂ ਗੁਰੂਸਰੀਆ ਜੀ ਨੂੰ ਪੁੱਛ ਸਕਦੇ ਹੋ। ਨੰਬਰ ਹੈਗਾ ਸਵਾਲ ਪੁੱਛਣ ਦੇ ਲਈ 408-272-5200 408-272-5200, ਇਸ ਨੰਬਰ ਦੇ ਉੱਤੇ ਜਿਹੜੀ ਹੈ ਜੀ ਤੁਸੀਂ ਸਾਨੂੰ ਕਾਲ ਹੁਣ ਕਰ ਸਕੋਗੇ। ਅਤੇ ਮਿੰਟੂ ਜੀ ਆਪਾਂ ਜਿੰਨੀ ਦੇਰ ਦੇ ਵਿੱਚ ਆਪਣੀਆਂ ਸਰੋਤੇ ਕਾਲਸ ਕਰਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਜਲਦੀ ਜਲਦੀ ਮੁੜ ਕੇ ਵਾਪਸ ਆਉਂਦੇ ਹਾਂ ਅਤੇ ਸਰੋਤੇ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ, ਅਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਭਾਈ ਜੀ ਟੂਲ ਬਾਕਸ ਚੱਕਿਆ, ਕਿਹੜੇ ਅਸਮਾਨ ਨੂੰ ਟਾਕੀ ਲਾਉਣ ਚੱਲੇ ਹੋ? ਉਹ ਟਾਕੀ ਨਹੀਂ, ਘਰ ਫਿਕਸ ਕਰਨ ਚੱਲਿਆ। ਹੈ ਕੀ ਹੋ ਗਿਆ? ਉਹ ਘਰ ਵਿਕਣਾ ਲਾਇਆ ਸੀ, 3 ਮਹੀਨੇ ਹੋ ਗਏ, ਬਾਇਰ ਆਉਂਦਾ ਪਰ ਵਿਕਦਾ ਨਹੀਂ। ਰਿਐਲਟਰ ਨੇ ਪਹਿਲਾਂ ਫੜ ਕੇ ਕੰਟਰੈਕਟ ਸਾਈਨ ਕਰਵਾ ਲਿਆ, ਹੋਰ ਕਿਤੇ ਜਾਣ ਨਹੀਂ ਦਿੰਦੇ ਤੇ ਹੁਣ ਕਹਿੰਦੇ ਆ ਫਿਕਸ ਕਰੋ ਫੇਰ ਵਿਕੂ। ਉਹ ਬਾਈ ਜੀ ਬਾਇਰ ਮਾਰਕੀਟ ਹੋਵੇ ਜਾਂ ਸੈਲਰ ਮਾਰਕੀਟ, ਤੁਸੀਂ JP ਸਿੰਘ ਤੇ ਸੰਜੀਵ ਵਰਮਾ ਨੂੰ ਕਾਲ ਕਰੋ, ਉਹ ਪਿਛਲੇ 15 ਸਾਲ ਤੋਂ ਇਸੇ ਕੰਮ 'ਚ ਆ ਤੇ ਤੁਹਾਡੀ ਪ੍ਰਾਪਰਟੀ ਵੇਚ ਵੀ ਦੇਣਗੇ ਤੇ 1031 ਐਕਸਚੇਂਜ ਵੀ ਕਰ ਦੇਣਗੇ। ਓਏ ਬੈਂਕਾਂ ਦੇ ਡਾਇਰੈਕਟ REO ਲਿਸਟਿੰਗ ਏਜੰਟ ਰਹਿ ਚੁੱਕੇ ਆ। ਜੇ ਤੁਸੀਂ ਵੀ ਬੇ ਏਰੀਆ, ਸੈਨ ਹੋਜ਼ੇ, ਫ੍ਰੀਮੌਂਟ, ਹੇਵਰਡ ਜਾਂ ਫਿਰ ਸੈਕਰਾਮੈਂਟੋ ਤੱਕ ਚਾਹੁੰਦੇ ਹੋ ਆਪਣੀ ਪ੍ਰਾਪਰਟੀ ਵੇਚਣਾ ਜਾਂ ਖਰੀਦਣਾ, ਯੂ ਕੈਨ ਕਾਊਂਟ ਔਨ ਦ ਪ੍ਰੋਫੈਸ਼ਨਲਿਜ਼ਮ ਆਫ JP ਸਿੰਘ ਐਂਡ ਸੰਜੀਵ ਵਰਮਾ ਟੀਮ 650-273-0477 ਐਂਡ 916-320-8820 ਐਂਡ elitenorcalteam.com। ਸਮਝਦਾਰੀ ਵਿਖਾਓਗੇ ਤਾਂ ਹੀ ਜਾਇਦਾਦ ਵਧਾਓਗੇ। JP's BRE license 01374632, NMLS ID 333264, Sanjeev BRE license 01450573, NMLS ID 291587।
ਬੱਗਾ ਜਵੈਲਰਸ ਸੈਕਰਾਮੈਂਟੋ ਜਿਨ੍ਹਾਂ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 1 ਜੁਲਾਈ ਦਿਨ ਸ਼ਨਿਚਰਵਾਰ ਨੂੰ ਚਾਈਨਾ ਟਾਊਨ ਸੁਪਰ ਮਾਰਕੀਟ ਦੇ ਵਿੱਚ 6930 65th ਸਟਰੀਟ ਨੰਬਰ 115 ਸੈਕਰਾਮੈਂਟੋ ਵਿਖੇ ਬੱਗਾ ਜਵੈਲਰਸ ਉੱਥੋਂ ਤੁਸੀਂ ਲੈ ਸਕੋਗੇ ਪੂਰੇ ਹੀ ਸੈਕਰਾਮੈਂਟੋ ਦੇ ਵਿੱਚ ਸਭ ਤੋਂ ਸਸਤੇ ਰੇਟ ਦੇ ਉੱਤੇ ਸੋਨਾ ਤੇ ਲੋੜ ਪੈਣ ਦੇ ਉੱਤੇ ਸੋਨੇ ਦੇ ਬਦਲੇ ਕੈਸ਼ ਨਵੇਂ ਤੋਂ ਨਵੇਂ ਡਿਜ਼ਾਈਨ ਕਸਟਮ ਡਿਜ਼ਾਈਨ ਤੇ ਹੋਰ ਸੋਨੇ ਦੀ ਹਰ ਇੱਕ ਤਰੀਕੇ ਦੀ ਆਈਟਮ ਬੱਗਾ ਜਵੈਲਰਸ ਤੋਂ ਲੈ ਸਕੋਗੇ ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਜੌਨੀ 9169128842 916-912-8842 ਇੱਕ ਵਾਰੀ ਫੇਰ ਬੱਗਾ ਜਵੈਲਰਸ ਸੈਕਰਾਮੈਂਟੋ ਜਿਨ੍ਹਾਂ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 1 ਜੁਲਾਈ ਦਿਨ ਸ਼ਨਿਚਰਵਾਰ ਨੂੰ 6930 65th ਸਟਰੀਟ ਨੰਬਰ 150 ਸੈਕਰਾਮੈਂਟੋ ਚਾਈਨਾ ਟਾਊਨ ਸੁਪਰ ਮਾਰਕੀਟ ਦੇ ਵਿੱਚ ਕਾਲ ਜੌਨੀ 9169128842 ਬੱਗਾ ਜਵੈਲਰਸ ਗ੍ਰੈਂਡ ਓਪਨਿੰਗ 1 ਜੁਲਾਈ ਦਿਨ ਸ਼ਨਿਚਰਵਾਰ ਮਿਰਾਜ ਬੈਂਕਟ ਹਾਲ ਜੋ ਕਿ ਆਪਣੀ ਐਨੀਵਰਸਰੀ ਦੇ ਮੌਕੇ ਦੇ ਉੱਤੇ 14 ਜੁਲਾਈ ਤੱਕ ਲਾ ਰਹੇ ਹਨ ਵਿਸ਼ੇਸ਼ ਆਫਰ ਹਰ ਇੱਕ ਪਰਿਵਾਰ ਨੂੰ 5 ਪਾਊਂਡ ਮਠਿਆਈ ਫ੍ਰੀ ਦੇਣਗੇ ਤੁਸੀਂ ਬਸ ਆਉਣ ਤੋਂ ਪਹਿਲਾਂ ਇਤਲਾਹ ਕਰ ਦੇਣੀ ਜਾਂਦਿਆਂ ਨੂੰ ਮਠਿਆਈ ਤਿਆਰ ਇਸ ਆਫਰ ਦਾ ਫਾਇਦਾ ਚੁੱਕਣ ਦੇ ਲਈ ਕਾਲ ਰਾਜਾ ਸਿੰਘ 9168656659 ਜਾਂ ਪਰਮਪ੍ਰੀਤ ਸਿੰਘ ਡੱਡੀ 6615103143 ਮਿਰਾਜ ਬੈਂਕਟ ਹਾਲ ਦੇ 300 ਅਤੇ 1000 ਬੰਦਿਆਂ ਦੀ ਕਪੈਸਿਟੀ ਵਾਲੇ 2 ਹਾਲ ਹਨ ਨੰਬਰ 1 ਫੂਡ ਅਤੇ ਐਂਬੀਅੰਸ ਦਾ ਕੋਈ ਜਵਾਬ ਹੀ ਨਹੀਂ ਜਿਹੜੇ ਵੀ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਤੁਹਾਡੀ ਪਾਰਟੀ ਤੇ ਮਿਰਾਜ ਬੈਂਕਟ ਹਾਲ ਵਿੱਚ ਆਉਣਗੇ ਆਸ਼ ਆਸ਼ ਕਰਕੇ ਜਾਣਗੇ ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਅੰਸ ਫਾਰ ਮੋਰ ਇਨਫੋਰਮੇਸ਼ਨ ਕਾਲ ਰਾਜਾ ਸਿੰਘ 9168656659 ਜਾਂ ਪਰਮਪ੍ਰੀਤ ਸਿੰਘ ਡੱਡੀ 6615103143 ਇੰਨੀ ਜ਼ੋਰ ਦੀ ਧੱਕ ਧੱਕ ਬੇਬੇ ਕੀ ਗੱਲ ਦਵਾਈ ਨਹੀਂ ਖਾਧੀ ਅੱਜ ਵੇ ਕਿੱਥੇ ਪੁੱਤ ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ ਓ ਸ਼ਾਨਿਆ ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ ਮੈਂ ਗਿਆ ਸੀ ਡੈਡ ਉੱਥੇ ਲਾਈਨ ਬਹੁਤ ਲੰਬੀ ਸੀ ਚਾਚਾ ਫੇਰ ਤਾਂ ਆਪਾਂ ਨੂੰ ਜਾਣਾ ਪੈਣਾ ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ ਫੋਨ ਖੜਕਾ ਦਵਾਈ ਅਗਲਿਆਂ ਘਰ ਦੇ ਜਾਣੀ ਆ ਜੀ ਹਾਂ ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਦੇ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ ਓਪਨ ਮੰਡੇ ਟੂ ਸੈਟਰਡੇ ਦਵਾਈ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਅਤੇ ਮੈਡੀਕੇਅਰ ਇੰਸ਼ੋਰੈਂਸ ਅਸੈਪਟ ਕਰਦੇ ਨੇ ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ 2087 ਅਰੀਨਾ ਬੁਲੇਵਾਰਡ ਸਵੀਟ 160 ਸੈਕਰਾਮੈਂਟੋ ਕਾਲ 9165757827 ਹੁਣ ਇਹਨਾਂ ਦੀ ਨਵੀਂ ਬ੍ਰਾਂਚ ਮੈਡੀਕੇਅਰ ਫਾਰਮੇਸੀ 4241 ਫਲੋਰਿਨ ਰੋਡ ਸੈਕਰਾਮੈਂਟੋ ਤੇ ਖੁੱਲ ਚੁੱਕੀ ਹੈ ਕਾਲ ਪ੍ਰਭਦੀਪ ਸਿੱਧੂ 9167062400 ਇਹ ਦੋਨਾਂ ਲੋਕੇਸ਼ਨ ਦੇ ਉੱਤੇ ਟ੍ਰੈਵਲ ਸ਼ਾਟ ਵੀ ਲਗਾਉਂਦੇ ਹਨ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM ਪੰਜਾਬੀ ਰੇਡੀਓ USA ਸੁਣ ਰਹੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਮਿੰਟੂ ਜੀ ਸਵਾਗਤ ਹੈ ਜੀ ਐਨੂ ਜੀ ਸ਼ੁਕਰੀਆ ਜੀ ਤੇ ਸੋਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਨੰਬਰ ਹੈਗਾ 408-272-5200 408-272-5200 ਇਸ ਨੰਬਰ ਦੇ ਉੱਤੇ ਜਿਹੜੇ ਜੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਤੇ ਦੱਸ ਜਾਈ ਵੀ ਕੱਲ੍ਹ ਨੂੰ 9 ਵਜੇ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੁੰਦਾ ਆ ਅਪਡੇਟ ਅਮੈਰੀਕਾ ਅੱਜ ਦੀ ਸਵੇਰ ਜਿਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜੀ ਆ ਗੱਲਬਾਤ ਹੁੰਦੀ ਆ ਕੀ ਉਹਦੇ ਵਿੱਚ ਚੇਂਜਿਸ ਆ ਰਹੇ ਆ ਕੀ ਕੁਛ ਨਵੀਆਂ ਖਬਰਾਂ ਨੇ ਕੀ ਲਾਅਸ ਦੇ ਵਿੱਚ ਚੇਂਜਿਸ ਨੇ ਉਹ ਤੁਹਾਨੂੰ ਜਿਹੜੀ ਆ ਜਾਣਕਾਰੀ ਆਪਾਂ ਦਿੰਦੇ ਹਾਂ ਹਰ ਸ਼ਨਿਚਰਵਾਰ ਨੂੰ ਸਵੇਰੇ 9 ਵਜੇ ਤੋਂ 9:30 ਤੱਕ ਖਬਰ 'ਤੇ ਨਜ਼ਰ ਪ੍ਰੋਗਰਾਮ ਤੋਂ ਅੱਧਾ ਘੰਟਾ ਪਹਿਲਾਂ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਮਿੰਟੂ ਜੀ ਹੁਣ ਆਪਾਂ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇ ਹਾਂ ਆਪਣੇ ਨਾਲ ਜੁੜੇ ਹੋਏ ਨੇ ਸੁਖਜਿੰਦਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਦੋਵੇਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਪੁੱਛਣਾ ਸੀ ਮਿੰਟੂ ਕੋਲ ਸ੍ਰੀਆਂ ਨੂੰ ਜਿਹੜੇ ਇਹ ਆਪਣੇ ਮੋਕ ਅਸੈਂਬਲੀ ਲਾ ਕੇ ਬਾਹਰ ਬਹਿ ਜਾਂਦੇ ਨੇ ਪਹਿਲਾਂ ਜਿੱਦਾਂ ਕਾਂਗਰਸ ਵੀ ਕਰਦੇ ਰਹੀ ਆ ਹੁਣ ਆਪ ਤੇ ਅਕਾਲੀਆਂ ਨੇ ਇਕੱਠਿਆਂ ਨੇ ਕੀਤਾ ਇਹਦੇ ਵਿੱਚ ਆਪਾਂ ਨੂੰ ਕੀ ਫਾਇਦਾ ਜਨਤਾ ਨੂੰ ਜਾਂ ਇਹ ਉਹੀ ਚੋਰ ਸਪਾਹੀ ਵਾਲੀ ਗੇਮ ਹੀ ਆ ਬਸ ਉਹ ਬਾਹਰ ਬਹਿ ਕੇ ਆਪਣਾ ਮਨੋਰੰਜਨ ਕਰਕੇ ਆ ਜਾਂਦੇ ਨੇ ਇਹਦੇ ਚ ਜਨਤਾ ਦਾ ਕੀ ਫਾਇਦਾ ਹੁੰਦਾ ਜੀ ਜਿਹੜੀ ਮੋਕ ਅਸੈਂਬਲੀ ਬਾਹਰ ਲੈ ਕੇ ਬਹਿ ਜਾਂਦੇ ਨੇ ਥੈਂਕ ਯੂ ਜੀ ਜੀ ਉਹਦੇ ਚ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਹੈ ਓਪੋਜੀਸ਼ਨ ਨੂੰ ਵੀ ਕੋਈ ਫਾਇਦਾ ਨਹੀਂ ਹੈ ਪਰ ਫਾਇਦਾ ਇੱਕ ਜ਼ਰੂਰ ਆ ਕਿ ਉਹ ਸੁਰਖੀ ਬਣ ਜਾਂਦੀ ਹੈ ਖਬਰ ਬਣ ਜਾਂਦੀ ਹੈ ਔਰ ਉੱਥੇ ਜ਼ਿਆਦਾਤਰ ਖਬਰਾਂ ਦੀ ਇਹ ਖੇਡ ਆ
ਉਹਦਾ ਫਾਇਦਾ ਕੋਈ ਨਹੀਂ ਹੈ। ਇੱਕ ਵਿਰੋਧ ਕਰਨ ਦਾ ਢੰਗ ਆ, ਵਿਰੋਧ ਕਰਨ ਦੇ ਢੰਗ ਤੇ ਬਹੁਤ ਸਾਰੇ ਆ ਢੰਗ, ਆਪਾਂ ਢੰਗ ਦੇ ਰੰਗ ਤਾਂ ਇਹ ਵੀ ਵੇਖੇ ਆ, ਇੱਕ ਬੰਦੇ ਨੂੰ ਛਿੱਤਰ ਲਾ ਕੇ ਦੂਜੇ ਤੇ ਮਾਰਤਾ ਸੀਗਾ, ਤੇ ਵਿਰੋਧ ਕਰਨ ਦਾ ਢੰਗ ਆ, ਪਰ ਇਹਦੇ ਚ ਕੁਛ ਵੀ ਨਹੀਂ ਜਿਵੇਂ ਤੁਸੀਂ ਕਿਹਾ, ਇਹਦੇ ਚ ਕਿਸੇ ਨੂੰ ਕੁਛ ਵੀ ਫਾਇਦਾ ਨਹੀਂ। ਜਨਤਾ ਨੂੰ ਜਿਸ ਚੀਜ਼ ਦੇ ਵਿੱਚ ਫਾਇਦਾ ਹੈ ਉਹ ਚੀਜ਼ ਹੁੰਦੀ ਨਹੀਂ। ਜਨਤਾ ਦੇ ਮੁੱਦੇ ਤੇ ਉੱਠਣੇ ਚਾਹੀਦੇ, ਉਹਨਾਂ ਤੇ ਬਹਿਸ ਹੋਣੀ ਚਾਹੀਦੀ ਹੈ, ਉਹਨਾਂ ਦੇ ਕੋਈ ਟਿੱਕੇ ਕੱਢਣੇ ਚਾਹੀਦੇ ਆ, ਉਹ ਚੀਜ਼ਾਂ ਨਹੀਂ ਹੁੰਦੀਆਂ। ਤੇ ਇੱਕ ਖਬਰਾਂ ਚ ਰਹਿਣ ਦੀ, ਸੁਰਖੀਆਂ ਚ ਰਹਿਣ ਦੀ ਕਵਾਇਦ ਆ, ਇਸ ਕਵਾਇਦ ਨੂੰ ਕੋਈ ਇੱਕ ਧਿਰ ਨਹੀਂ ਕੈਸ਼ ਕਰਦੀ, ਇਹਦੇ ਲਈ ਸਾਰੇ ਹੀ ਜ਼ਿੰਮੇਵਾਰ ਆ। ਜਿਹੜਾ ਵਿਰੋਧੀ ਧਿਰ ਚ ਹੁੰਦਾ ਉਹ ਇਸ ਤਰ੍ਹਾਂ ਹੀ ਕਰਦਾ, ਹੱਥ ਪੱਲਾ ਮਾਰਦਾ। ਅਕਾਲੀ ਕਾਂਗਰਸੀਆਂ ਦੀ ਮਿਸਾਲ ਤੁਹਾਡੇ ਸਾਹਮਣੇ ਆ, ਜੋ ਕੁਛ ਅਕਾਲੀ ਕਰਦੇ ਆ ਉਹ ਕਦੇ ਕਾਂਗਰਸ ਕਰਦੀ ਸੀ, ਆਉਣ ਵਾਲੇ ਦਿਨਾਂ ਚ ਇਹ ਸੀਨ ਫਿਰ ਬਦਲੇ ਬਦਲੇ ਨਜ਼ਰ ਆ ਸਕਦੇ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜ ਜੀ, ਕੈਨੇਡਾ ਤੋਂ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਹਾਂ, ਮੇਰਾ ਸਵਾਲ ਇਹ ਸੀ, ਆਹਨ ਇਹਦੇ ਨਾਲ ਜੁੜਦਾ ਹੀ ਸੀਗਾ, ਆਪਾਂ ਸੁਣਦੇ ਆਏ ਹੁਣ ਤਾਈ ਖਬਰਾਂ ਵੀ ਮਿੰਟੂ ਗੁਰਸੇਰਨ, ਇਹੀ ਸਵਾਲ ਹੈ ਜੀ ਇੱਕ ਵੀ, ਇਹ ਜਿਹੜੀ ਆਪੋਜੀਸ਼ਨ ਦਾ ਰੋਲ ਸੀ ਉਹ ਵਧੀਆ ਨਹੀਂ ਰਿਹਾ ਜਿੰਨਾ ਲੋਕ ਆਸ ਕਰਦੇ ਸੀਗੇ, ਖਾਸ ਕਰਕੇ ਆਮ ਆਦਮੀ ਪਾਰਟੀ ਦਾ, ਪਰ ਕਦੇ ਕੋਈ ਕਿਸੇ ਨੇ ਸੁਝਾਅ ਨਹੀਂ ਦਿੱਤਾ ਵੀ ਇਹਨਾਂ ਨੂੰ ਕਰਨਾ ਕੀ ਚਾਹੀਦਾ, ਵੀ ਇਹ ਕੀ ਕਰਨਾ ਜੇ ਇਹ ਨਾ ਕਰਨ ਤਾਂ। ਆਪਣੇ ਤੌਰ ਤੇ ਮਿੰਟੂ ਗੁਰਸਰੀਆ ਜੀ ਕੁਛ ਦੱਸ ਸਕਦੇ ਆ ਵੀ ਇਹਨਾਂ ਨੂੰ ਸੁਝਾਅ ਦੇ ਸਕਦੇ ਆ ਵੀ ਕੀ ਕਰਨਾ ਚਾਹੀਦਾ। ਤੇ ਦੂਜਾ ਮੇਰਾ ਸਵਾਲ ਹੈ ਵੀ ਜਿਹੜੇ ਰੇਤਾਂ ਦੇ ਨਾਂ ਤੇ ਬੜਾ ਰੌਲਾ ਪਿਆ ਇੰਨਾ, ਵੀ ਇਹ ਰੇਤਾ ਤਾਂ ਉੱਥੇ ਹੀ ਆ, ਖੱਡਾਂ ਵੀ ਉੱਥੇ ਆ, ਤੇ ਅਸੈਂਬਲੀ ਤੋਂ ਬਾਹਰ ਹੁਣ ਆਣ ਕੇ ਕੋਈ ਇਹ ਸੰਘਰਸ਼ ਪਾਰਟੀ ਕਰ ਰਹੀ ਆ ਜਾਂ ਉਹਨਾਂ ਨੂੰ ਰੋਕ ਰਹੀ ਆ ਉੱਥੋਂ ਜੋ ਬੇਨਿਜ਼ਮੀਆਂ ਹੋ ਰਹੀਆਂ ਜਾਂ ਜਿਵੇਂ ਜਿਸ ਹਿਸਾਬ ਨਾਲ ਉਹਨੂੰ ਲੁੱਟਿਆ ਜਾ ਰਿਹਾ ਰੇਤਾਂ ਨੂੰ, ਇਹਦੇ ਬਾਰੇ ਮੇਰਾ ਸਵਾਲ ਸੀਗਾ ਜੀ। ਥੈਂਕ ਯੂ ਜੀ। ਦੇਖੋ ਇੱਕ ਬੰਦਾ ਤੇ ਰੇਤਾ ਚੋਰੀ ਦੇ ਖਿਲਾਫ ਬੜਾ ਐਕਟਿਵ ਨਜ਼ਰ ਆਉਂਦਾ ਜੀ, ਉਹ ਆ ਆਮ ਆਦਮੀ ਪਾਰਟੀ ਦਾ ਮੇਰੇ ਖਿਆਲ ਦੇ ਨਾਲ ਜਿਹੜਾ ਰੋਪੜ ਤੋਂ ਵਿਧਾਇਕ ਹੈ ਕਿਸੇ ਹਲਕੇ ਤੋਂ, ਅਮਨਦੀਪ ਸ਼ਾਹ ਦਾ ਨਾਮ ਜੀ, ਉਹ ਅਕਸਰ ਇਸ ਮਾਫੀਏ ਦੇ ਪਿੱਛੇ ਪੈਂਦਾ ਨਜ਼ਰ ਆਉਂਦਾ, ਤੌਰ ਤੇ ਘੱਟ ਹੀ ਆ, ਪਰ ਜਿਵੇਂ ਤੁਸੀਂ ਆਖਿਆ ਬਿਲਕੁਲ ਹੁਣ ਉੱਥੇ ਮੋਰਚਾ ਲਾਉਣ ਦੀ ਜ਼ਰੂਰਤ ਆ। ਕਿਸੇ ਸਮੇਂ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ ਮੋਰਚਾ ਲਾਇਆ ਸੀ, ਖੱਡਾਂ ਤੱਕ ਪਹੁੰਚ ਗਏ ਸਨ, ਟਰੈਕਟਰ ਟਰਾਲੀ ਲੈ ਕੇ, ਤੁਹਾਨੂੰ ਯਾਦ ਹੀ ਹੈ। ਸੋ ਇਸ ਤਰ੍ਹਾਂ ਦਾ ਕੋਈ ਨਾ ਕੋਈ ਐਟੀ ਛੇੜਨਾ ਚਾਹੀਦਾ, ਕਿਉਂਕਿ ਸਿੱਧੇ ਰੂਪ ਦੇ ਵਿੱਚ ਲੁੱਟ ਕੀ ਦੀ ਆ, ਲੁੱਟ ਇਹ ਲੋਕਾਂ ਦੇ ਵਸੀਲੇ ਆ, ਜਿਹੜੇ ਕੁਦਰਤੀ ਵਸੀਲੇ ਲੋਕਾਂ ਦੇ ਆ, ਸਾਡੇ ਸਾਰੇ ਪੰਜਾਬ ਦੇ ਸਾਂਝੇ ਆ, ਇਹ ਉਹਨਾਂ ਦੀ ਲੁੱਟ ਹੋ ਰਹੀ ਹੈ, ਤੇ ਇਹਦਾ ਮਤਲਬ ਆ ਮੇਰਾ ਵੀ ਹੱਕ ਲੁੱਟਿਆ ਜਾ ਰਿਹਾ, ਮੇਰੇ ਬੱਚੇ ਦਾ ਵੀ ਹੱਕ ਲੁੱਟਿਆ ਜਾ ਰਿਹਾ, ਮੇਰੇ ਪਿਤਾ ਦਾ ਵੀ ਹੱਕ ਲੁੱਟਿਆ ਜਾ ਰਿਹਾ, ਮੇਰੇ ਆਂਢੀ ਦਾ, ਮੇਰੇ ਗੁਆਂਢੀ ਦਾ, ਸਾਡਾ ਸਾਰਿਆਂ ਦਾ ਹੱਕ ਲੁੱਟਿਆ ਜਾ ਰਿਹਾ। ਥੱਲੇ ਸਿਆਸਤਦਾਨ ਕਿਉਂ, ਸਾਡੇ ਜਿਹੜੇ ਲੋਕ ਆ ਉਹ ਵੀ ਇਹਦਾ ਵਿਰੋਧ ਕਰਨ ਜੀ, ਜਿੱਥੇ ਜਿੱਥੇ ਵੀ ਕੋਈ ਬੈਠਾ ਹੈ, ਜ਼ਰੂਰੀ ਨਹੀਂ ਕੋਈ ਝੰਡਾ ਚੁੱਕ ਕੇ ਕਿਸੇ ਨੇ ਸੰਘਰਸ਼ ਕਰਨਾ ਹੈ, ਜਿੱਥੇ ਜਿੱਥੇ ਕੋਈ ਜਿਹਦੇ ਜਿਹਦੇ ਕੋਲ ਕੋਈ ਮੰਚ ਆ, ਜੇ ਕਿਸੇ ਕੋਲ ਕਲਮ ਆ ਕਲਮ ਨਾਲ ਵਿਰੋਧ ਕਰ ਸਕਦਾ, ਜੇ ਕਿਸੇ ਦੇ ਕੋਲ ਅਲਫਾਜ਼ ਨੇ ਉਹਨਾਂ ਰਾਹੀਂ ਉਹ ਵਿਚਾਰ ਪ੍ਰਗਟ ਕਰ ਸਕਦਾ, ਵਿਰੋਧ ਪ੍ਰਗਟ ਕਰ ਸਕਦਾ, ਤੇ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ। ਇਹਦੇ ਜੇ ਅਸੀਂ ਸਿਆਸਤਦਾਨਾਂ ਤੇ ਸੁੱਟੀਆਂ ਸੁੱਟੀਏ, ਉਹਨਾਂ ਤੇ ਸੁੱਟਾ ਸੁੱਟੀਆਂ ਦਾ ਨਤੀਜਾ ਅਸੀਂ ਭੁਗਤੇ ਪਏ ਹਾਂ। ਦੂਜੀ ਗੱਲ ਜਿਹੜੀ ਇਹਨਾਂ ਨੇ ਪੁੱਛੀ ਸੀ ਕਿ ਮੇਰਾ ਕੀ ਸੁਝਾਅ, ਮੇਰੀ ਇੰਨੀ ਬਸਾਤ ਨਹੀਂ ਹੈਗੀ ਕਿ ਮੈਂ ਉਹਨਾਂ ਨੂੰ ਕੋਈ ਸੁਝਾਅ ਦੇਵਾਂ, ਕੋਈ ਅਕਲ ਦੇਵਾਂ, ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਦੇਖੋ ਇਹ ਤੇ ਆਪਣੇ ਇੱਥੇ ਭਾਰਤੀ ਸਿਆਸਤ ਦੀ ਤਰੀਕ ਬਣ ਗਈ ਹੈ, ਜਿਹੜਾ ਵੀ ਹੁਕਮਰਾਨ ਤੇ ਇੱਥੇ ਹੁੰਦਾ ਦੂਜੇ ਨੂੰ ਬੋਲਣ ਨਹੀਂ ਦਿੰਦਾ, ਉਹਦੀ ਤੰਗੀ ਚ ਦੂਸਰਾ ਰੱਖਦਾ ਹੀ ਰੱਖਦਾ, ਪਰ ਇਹਦਾ ਹੱਲ ਇਹ ਵੀ ਨਜ਼ਰ ਨਹੀਂ ਆਉਂਦਾ ਕਿ ਤੁਸੀਂ ਇੱਕ ਵਾਰੀ ਤੇ ਰੌਲਾ ਪਾਰੋ ਹਤਾ ਹਤਾ ਕਰਕੇ ਤੇ ਬਾਹਰ ਆ ਜਾਓ, ਮੁੜ ਕੇ ਤੁਹਾਨੂੰ ਅੰਦਰ ਵੜਨ ਦਾ ਮੌਕਾ ਹੀ ਨਹੀਂ ਮਿਲੇ, ਇਹਦੇ ਤੋਂ ਵੀ ਬਚਣਾ ਚਾਹੀਦਾ। ਹਾਂ ਠੀਕ ਆ, ਇੰਤਜ਼ਾਰ ਕਰਨਾ ਚਾਹੀਦਾ, ਤੁਹਾਨੂੰ ਮੌਕਾ ਕਿਤੇ ਨਾ ਕਿਤੇ ਤੇ ਮਿਲੇਗਾ ਨਾ, ਰਾਸਤੇ ਵਿੱਚ ਖਾਨਾ ਪੂਰਤੀ ਵਾਸਤੇ ਤੇ ਕਿਤੇ ਨਾ ਕਿਤੇ ਤੁਹਾਨੂੰ ਬੋਲਣ ਦਾ ਮੌਕਾ ਦੇਣਾ ਹੀ ਪੈਣਾ, ਤੇ ਤੁਹਾਡੇ ਕੋਲ ਇਹੋ ਜਿਹਾ ਅੰਦਾਜ਼ ਹੋਣਾ ਚਾਹੀਦਾ ਕਿ ਤੁਸੀਂ ਫਿਰ ਉੱਥੇ ਗਾਗਰ ਤੇ ਸਾਗਰ ਕਰਦੇ, ਤੁਸੀਂ ਫਿਰ ਉੱਥੇ ਕੁੱਝੇ ਚ ਸਮੁੰਦਰ ਬੰਦ ਕਰਦੇ, ਤੁਸੀਂ ਮੈਂ ਕਹਿੰਦਾ ਕੁੱਝੇ ਚ ਸਮੁੰਦਰ ਚ ਬੋਲਤੀਆਂ ਬੰਦ ਕਰਦੇ, ਕਿਉਂਕਿ ਜਿੰਨਾ ਦੇ ਕੋਲ ਸਮਾਂ ਹੁੰਦਾ ਨਾ, ਇੱਥੇ ਸਤਪਾਲ ਡਾਂਗ ਵਰਗੇ, ਅਰਸ਼ੀ ਵਰਗੇ, ਇਸ ਤਰ੍ਹਾਂ ਦੇ ਬੰਦੇ ਰਿਹਾ, ਜਗਨੀਤ ਬਰਾੜ ਆ, ਜਿਹੜੇ ਇੱਕ ਵਾਰੀ ਬੋਲਦੇ ਸਨ ਤੇ ਫਿਰ ਸਪੀਕਰ ਵੀ ਉਹਨਾਂ ਨੂੰ ਚੁੱਪ ਕਰਾਉਣ ਦੀ ਹਿੰਮਤ ਨਹੀਂ ਸੀ ਕਰਦਾ, ਕਹਿੰਦਾ ਸੀ ਚੱਲਣ ਦੇ, ਕਿਉਂਕਿ ਗੱਲ ਹੀ ਇਹੋ ਜਿਹੀ ਕਰਦੇ ਸੀ, ਗੱਲ ਹੀ ਉਹਨਾਂ ਦੀ ਇੰਨੀ ਤਥਾਤਮਕ, ਇੰਨੀ ਵਜਨਦਾਰ ਹੁੰਦੀ ਸੀ ਕਿ ਸਪੀਕਰ ਛੱਡੋ ਜਿਹੜੀ ਹੁਕਮਰਾਨ ਫੇਰ ਹੁੰਦੀ ਸੀ ਉਹ ਵੀ ਇਸ ਗੱਲ ਨੂੰ ਕੱਟਣ ਦੀ ਕੋਸ਼ਿਸ਼ ਨਹੀਂ ਸੀ ਕਰਦੀ, ਕਿਉਂਕਿ ਗੱਲ ਵਜਨਦਾਰ ਹੁੰਦੀ ਸੀ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਵਿੰਦਰ ਸਿੱਧੂ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
ਮੇਰਾ ਸਵਾਲ ਇਹ ਹੈ ਜੀ ਵੀ ਜਿਹੜਾ ਬੇਅੰਤ ਸਿੰਘ ਦਾ ਪੋਤਾ ਡੀ ਐਸ ਪੀ ਭਰਤੀ ਹੋਇਆ ਸੀ ਕੀ ਉਹਦੇ ਅਗੇਂਸਟ ਕਿਸੇ ਨੇ ਰਿੱਟ ਪਾਈ ਹੈ? ਦੂਜਾ ਸਵਾਲ ਮੇਰਾ ਇਹ ਹੈ ਵੀ ਦਿੱਲੀ ਪੂਰਨ ਰਾਜ ਦਰਜੇ ਦੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਕੇਸ ਸੀ ਉਹਦਾ ਫੈਸਲਾ ਆਇਆ ਕਿ ਨਹੀਂ? ਇਹ ਦੋ ਸਵਾਲ ਜੀ, ਥੈਂਕ ਯੂ। ਨਹੀਂ ਇਹ ਦੋਨੇ ਹੀ ਕੁਛ ਵੀ ਨਹੀਂ ਹੋਇਆ ਨਾ ਦੋਨਾਂ ਦਾ, ਨਾ ਪੂਰਨ ਰਾਜਾ ਲਈ ਜਿਹੜੀ ਰਿੱਟ ਪਟੀਸ਼ਨ ਉਹਦਾ ਕੋਈ ਫੈਸਲਾ ਹੋ ਸਕਿਆ ਤੇ ਨਾ ਹੀ ਇਸ ਨਿਯੁਕਤੀ ਨੂੰ ਹੁਣ ਤੱਕ ਕਿਸੇ ਨੇ ਚੁਣੌਤੀ ਦਿੱਤੀ ਹੈ। ਉਤਰਾ ਚੁਣੌਤੀ ਦੇ ਦੇਣੀ ਚਾਹੀਦੀ ਸੀ ਕਿਉਂਕਿ ਜਿਹੜਾ ਵੀ ਐਸ ਪੀ ਭਰਤੀ ਕਰਨ ਦਾ ਕ੍ਰਾਈਟੇਰੀਆ ਜੋ ਵੀ ਇਹਨਾਂ ਦਾ ਪੈਰਾਮੀਟਰ ਹੋਇਆ ਉਹ ਕਿਸੇ ਵੀ ਜੱਜ ਚ ਨਹੀਂ ਆਉਂਦਾ। ਮੁੰਡਾ ਉਮਰ ਦੇ ਹਿਸਾਬ ਨਾਲ ਵੀ ਉਹ ਓਵਰ ਏਜ ਆ, ਕਿਸੇ ਵੀ ਤਰੀਕੇ ਦੀ ਉਹਦੀ ਨਿਯੁਕਤੀ ਬਣਦੀ ਨਹੀਂ ਕਿਉਂਕਿ ਉਹਨਾਂ ਨੂੰ ਅੱਤਵਾਦ ਪੀੜਿਤ ਪਰਿਵਾਰ ਦਾ ਜਿਹੜਾ ਦਰਜਾ ਮਿਲਿਆ ਉਸ ਦਰਜੇ ਦੇ ਮੁਤਾਬਿਕ ਕਈ ਵਾਰੀ ਸਹੂਲਤਾਂ ਮਿਲ ਚੁੱਕੀਆਂ, ਉਸ ਕੋਟੇ ਦੇ ਵਿੱਚੋਂ ਕਈ ਵਾਰੀ ਸਹੂਲਤਾਂ ਅੱਗੇ ਮਿਲ ਚੁੱਕੀਆਂ। ਜੇਕਰ ਚੁਣੌਤੀ ਦੇ ਦਿੱਤੀ ਗਈ ਉਸ ਨਿਯੁਕਤੀ ਨੂੰ, ਮੇਰੇ ਖਿਆਲ ਦੇ ਨਾਲ ਉਹਦੀਆਂ ਜਿਹੜੀਆਂ ਫੀਤੀਆਂ ਲੱਗੀਆਂ ਸਜਰੀਆਂ ਸਜਰੀਆਂ ਉਹ ਖਤਰੇ 'ਚ ਪੈ ਜਾਂਦੀਆਂ। ਜੀ ਜੀ, ਅਗਲੇ ਕਾਲਰ ਅਮਰਦੀਪ ਢਿੱਲੋਂ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮਿੰਟੂ ਗੁਰਸਰੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇੱਕ ਗੱਲ ਕਰਨੀ ਚਾਹੁੰਦੀ, ਜਿਵੇਂ ਇਲੈਕਸ਼ਨਾਂ ਵੇਲੇ ਅਫਵਾਹ ਸੀਗੀ ਵੀ ਕੈਪਟਨ ਤੇ ਬਾਦਲ ਰਲ ਕੇ ਗੇਮ ਖੇਡ ਰਹੇ ਆ, ਜਿਹੜੇ ਹਿਸਾਬ ਨਾਲ ਕੈਪਟਨ ਸਾਹਿਬ ਉਹ ਕੰਮ ਕਰ ਰਹੇ ਆ, ਕੀ ਉਹ ਗੱਲ ਸੱਚ ਸਾਬਤ ਨਹੀਂ ਹੋ ਰਹੀ ਜੀ? ਥੈਂਕ ਯੂ। ਸੱਚ ਸਾਬਤ ਇਹ ਹੁਣ ਆਪਾਂ ਨਹੀਂ ਕਹਿ ਸਕਦੇ ਕਿਹੜਾ ਕਿਸੇ ਨੇ ਕੁਛ ਵੇਖਿਆ, ਪਰ ਗੱਲ ਨੀਤੀਆਂ ਵੀ ਆਉਂਦੀ ਹੈ, ਜਦੋਂ ਨੀਤੀਆਂ ਜਿਹੜੀਆਂ ਉਹ ਉਸੇ ਤਰਜ਼ੇ ਅਮਲ ਦੀਆਂ ਹੋਣਗੀਆਂ ਫਿਰ ਇਸ ਚੀਜ਼ ਦਾ ਸੁਭਾਅ ਵੇਖਿਆ। ਇਹ ਜੋ ਕੈਪਟਨ ਅਮਰਿੰਦਰ ਸਿੰਘ ਨੇ ਵੇਖਣਾ ਸੀਗਾ ਨਾ ਕਿ ਉਹਨੇ ਇਸ ਪਾਰੀ ਚ ਕੀ ਖੱਟਣਾ, ਉਹ ਆਪ ਹੀ ਕਹਿ ਚੁੱਕਾ ਕਿ ਮੇਰੀ ਪਾਰੀ ਆਖਰੀ ਹੈ, ਹੁਣ ਉਹਨੇ ਇਹਨੂੰ ਯਾਦਗਾਰ ਬਣਾਉਣਾ ਹੈ ਜਾਂ ਭੈੜੀ ਯਾਦ ਬਣਾਉਣਾ, ਇਹ ਉਹਦੇ ਤੇ ਨਿਰਭਰ ਕਰਦਾ ਹੈ। ਪਰ ਜਿਸ ਤਰੀਕੇ ਦਾ ਉਹਦਾ ਕੰਮ ਕਰਨ ਦਾ ਢੰਗ ਹੈ, ਹਾਲਾਂਕਿ ਦੇਖੋ ਹਾਲੇ ਸ਼ੁਰੂਆਤ ਆ, ਤਿੰਨ ਕੁ ਮਹੀਨੇ ਹੋਏ ਉਹਨਾਂ ਨੂੰ, ਸਵਾ ਕੁ ਤਿੰਨ ਮਹੀਨੇ ਹੋਏ ਆ, ਪਰ ਜਿਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਪਏ ਆ, ਪਤਾ ਨੀ ਕਿ ਉਹਨਾਂ ਦੇ ਕੰਮ ਕਰਨ ਦੇ ਵਿੱਚ ਕਿਤੇ ਨਾ ਕਿਤੇ ਉਹ ਤੇਜ਼ੀ ਨਹੀਂ ਆ ਰਹੀ, ਕਿਤੇ ਨਾ ਕਿਤੇ ਉਹ ਸੰਭਲ ਕੇ ਚੱਲਣ ਦੀ ਕੋਸ਼ਿਸ਼ ਕਰਦੇ ਪਏ, ਜਾਂ ਕਿਤੇ ਉਹ ਲਚਾਰ ਹਾਰੇ ਹੋਏ ਖਿਡਾਰੀ ਵਰਗੇ, ਕੁਛ ਨਾ ਕੁਛ ਤੇ ਹੈ। ਦੇਖੋ ਕਿਉਂਕਿ ਇਹਨਾਂ ਕੋਲੋਂ ਬਦਲੀਆਂ ਹੀ ਨੀ ਸੂ ਪਈਆਂ, ਆਹ ਹੁਣ ਅੱਜ ਫਿਰ ਇਹਨਾਂ ਨੇ ਜੁਲਾਈ ਤੱਕ ਦੀ ਅੱਗੇ ਮਿਆਦ ਵਧਾ ਦਿੱਤੀ ਕਿ ਜਿਹੜੀਆਂ ਆਮ ਬਦਲੀਆਂ ਇਹ ਜੁਲਾਈ ਤੱਕ ਅਸੀਂ ਕਰਾਂਗੇ, ਇਹਨੇ ਚਾਰ ਮਹੀਨਿਆਂ ਚ ਸਰਕਾਰ ਤੋਂ ਬਦਲੀਆਂ ਨੀ ਸੂ ਪਾਉਣ ਡਈਆਂ। ਕਮਾਲ ਦੀ ਗੱਲ ਹੈ, ਜਿਹੜੇ ਬਹੁਤੇ ਵਿਗੜੇ ਅਫਸਰ ਆ, ਤੁਸੀਂ ਧਾਰਾ 311 ਵਰਤ ਕੇ ਘਰ ਨੂੰ ਤੋੜ ਦਿਓ, ਤੁਹਾਡੇ ਕੋਲ ਕਿਹੜਾ ਇੱਥੇ ਘਾਟ ਹੈ ਮੁੰਡਿਆਂ ਦੀ, ਹੋਰ ਆ ਜਾਣਗੇ ਤੇ ਫਿਰ ਤੁਰੇ ਫਿਰਦੇ ਆ। ਸੋ ਜੇ ਤੁਹਾਡੇ ਕੋਲ ਬਦਲੀਆਂ ਨੀ ਸੂ ਪਾਉਂਦੀਆਂ ਤੇ ਫਿਰ ਤੁਸੀਂ ਇਸ ਰਾਜ ਦੀ ਬਦਲੀ ਕਦੋਂ ਕਰੋਗੇ? ਉਹ ਬਿਲਕੁਲ ਮੈਂ ਤੁਹਾਡੀ ਰਾਏ ਜਿਹੜੀ ਹੈ ਉਹ ਠੀਕ ਹੈ, ਤੁਹਾਡੀ ਆਪਦੀ ਰਾਏ ਆ, ਪਰ ਉਸ ਰਾਏ ਦੇ ਨਾਲ ਮਿਲਦੀ ਜੁਲਦੀ ਰਾਏ ਇਹੀ ਦਊਂਗਾ ਕਿ ਬਹੁਤਾ ਫਰਕ ਨਹੀਂ ਨਜ਼ਰ ਆਇਆ। ਜੇ ਤੁਸੀਂ ਅਫਸਰ ਚਾਹੀਦੀਆਂ ਸਫਾ ਦੇ ਵਿੱਚ ਜਾਓਗੇ ਨਾ, ਉਹ ਕਹਿੰਦੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਸਰਕਾਰ ਬਦਲੀ ਆ। ਇਹਦਾ ਮਤਲਬ ਆ ਕਿ ਜਿਹੋ ਜਿਹੇ ਕੰਮ ਕਰ ਤੁਰੇ ਆਉਂਦੇ ਸਨ ਉਹੋ ਜਿਹਾ ਸਿਲਸਿਲਾ ਸ਼ੁਰੂ ਹੋ ਗਿਆ। ਹਾਂ, ਕੁਛ ਨੁਕਤਿਆਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਚੰਗਾ ਕੰਮ ਕੀਤਾ, ਪਰ ਬਹੁਤੇ ਨੁਕਤੇ ਆ ਜਿਹੜੇ ਉਹ ਹੁਣ ਵਿਗੜਦੇ ਜਾਂਦੇ ਆ, ਇਹਨਾਂ ਨੂੰ ਸੰਭਾਲਿਆ ਵੀ ਜਾ ਸਕਦਾ, ਠੀਕ ਵੀ ਕੀਤਾ ਜਾ ਸਕਦਾ। ਪਰ ਕੈਪਟਨ ਅਮਰਿੰਦਰ ਸਿੰਘ ਅੱਜ ਸੁਣੀਦਾ ਪਹਾੜਾਂ ਨੂੰ ਚੜ ਗਿਆ, ਅੱਜ ਸੁਣੀਦਾ ਦਿੱਲੀ ਨੂੰ ਚੜ ਗਿਆ, ਪੰਜਾਬ ਦੇ ਵਿੱਚ ਟਿਕੇਗਾ, ਟਿਕ ਕੇ ਕੁਛ ਨਾ ਕੁਛ ਬਿਆਨ ਕਰੇਗਾ, ਤੇਰੀ ਗੱਲ ਮੰਨੀ ਹੈ। ਹਾਲ ਦੀ ਘੜੀ ਤੇ ਉਹਨੇ ਕੱਲ ਕਰਜ਼ਾ ਮਾਫ਼ੀ ਦਾ ਐਲਾਨ ਕੀਤਾ, ਜਿਹੜਾ ਉਹਦੇ ਬਾਰੇ ਵੀ ਕਹਿਤਾ ਕਿ ਨੋਟੀਫਿਕੇਸ਼ਨ 2-3 ਮਹੀਨਿਆਂ ਨੂੰ ਕਰਾਂਗੇ। ਕਮਾਲ ਦੀ ਗੱਲ ਹੈ ਕਿ ਇਜਲਾਸ ਦੇ ਵਿੱਚ ਤੁਸੀਂ ਐਲਾਨ ਕਰ ਦਿੱਤਾ ਕਰਜ਼ਾ ਮਾਫ਼ੀ ਦਾ, ਨੋਟੀਫਿਕੇਸ਼ਨ ਤੁਸੀਂ 3 ਮਹੀਨਿਆਂ ਬਾਅਦ ਕਰ ਦਿਓ, ਇਹਦਾ ਮਤਲਬ ਕਿ ਤੁਹਾਡੇ ਕੋਲ ਹੋਰ ਪਾਲਿਸੀ ਕੋਈ ਨਹੀਂ, ਤੀਰ ਤੁੱਕਾ ਹੈ, ਬਣੀ ਤੋਂ ਬਣੀ ਨਹੀਂ ਤੋਂ ਅਬਦਲ ਗਣੀ। ਜੀ ਜੀ, ਲਖਵਿੰਦਰ ਕੌਸ਼ਿਕ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਕਿ ਜੇ ਆਮ ਬੰਦਾ ਜਿਹੜਾ ਹੁੰਦਾ, ਜੇ ਮਾੜਾ ਜਿਹਾ ਪੁਲਿਸ ਵਾਲੇ ਨੂੰ ਕਿਤੇ ਧੱਫਾ ਮਾਰ ਦਿੰਦਾ, ਪੁਲਿਸ ਵਾਲੇ ਤੇ ਪਰਚਾ ਦਰਜ ਕਰ ਦਿੰਦੇ ਨੇ ਜਾਂ ਕੋਈ ਨਾ ਕੋਈ ਧਾਰਾ ਲਾ ਦਿੰਦੇ ਨੇ, ਸਾਰਾ ਕੰਮ ਕਰ ਦਿੰਦੇ। ਜਿਵੇਂ ਹੁਣ ਇਹ ਆਪਣੇ ਵਿਧਾਨ ਸਭਾ ਦੇ ਬਾਹਰ ਪੁਲਿਸ ਵਾਲਿਆਂ ਨੂੰ ਆਮ ਆਦਮੀ ਪਾਰਟੀ ਵਾਲੇ ਨੇ ਧੱਕੇ ਮਾਰਦੇ ਨੇ, ਕੀ ਇਹਨਾਂ ਤੇ ਕੋਈ ਪਰਚਾ ਦਰਜ ਹੁੰਦਾ ਜੀ ਜਾਂ ਕੋਈ ਕਾਨੂੰਨ ਲਾਗੂ ਹੁੰਦਾ ਇਹਨਾਂ ਤੇ? ਤੇ ਦੂਸਰਾ ਸਰ ਹੈਗਾ ਵੀ ਜਿਹੜਾ ਇੱਕ ਤਹਿਸੀਲਦਾਰ ਵਾਲਾ ਮਾਮਲਾ ਸੀਗਾ ਲੁਧਿਆਣੇ ਵਾਲਾ, ਜਿਹੜੇ ਬੈਂਕ ਭਰਾਵਾਂ ਵਾਲਾ ਸੀ, ਕੀ ਉਹਨਾਂ ਤੇ ਕੋਈ ਕਾਰਵਾਈ ਹੋਈ? ਜੀ ਦੇਖੋ, ਜਿਹੜਾ ਇਹ ਮਸਲਾ ਤੁਸੀਂ ਕਹਿ ਰਹੇ ਨਾ ਧੱਕ ਧੱਕਾ ਕਰਦੇ ਆ, ਇਹਦੇ ਚ ਹੋ ਸਕਦਾ ਸਭ ਕੁਛ ਹੋ ਸਕਦਾ, ਉਸ ਮੁਲਾਜ਼ਮ ਚੋਣ ਤੇ ਸਭ ਕੁਛ ਹੋ ਸਕਦਾ। ਜੇ ਪੁਲਿਸ ਮੁਲਾਜ਼ਮ ਕੰਪਲੇਂਟ ਦਰਜ ਕਰਵਾ ਦੇਣ ਕਿ ਇਹਨਾਂ ਨੇ ਸਾਡੀ ਸਥਿਤੀ ਚ ਵਿਘਨ ਪਾਇਆ ਜਾਂ ਸਾਡੀ ਵਰਦੀ ਨੂੰ ਹੱਥ ਪਾਇਆ,
ਖਰਚਾ ਕਰ ਸਕੋਗੇ, ਪਰ ਉਸ ਤੋਂ ਬਾਅਦ ਕੀ ਹੋਣਾ? ਤੁਹਾਨੂੰ ਮੈਂ ਇੱਕ ਮਿਸਾਲ ਦੱਸ ਦਿੰਦਾ ਜੀ ਕਿ ਸਿਕੰਦਰ ਸਿੰਘ ਮਲੂਕਾ ਨੇ ਬਠਿੰਡਾ ਦੀ ਇੱਕ ਰੈਲੀ ਦੇ ਵਿੱਚ ਪੁਲਿਸ ਮੁਲਾਜ਼ਮ ਨੂੰ ਗਾਲ ਕੱਢੀ ਸੀ, ਤੁਸੀਂ ਸਾਰਿਆਂ ਨੇ ਵੇਖੀ ਹੋਣੀ ਆ। ਪੁਲਿਸ ਮੁਲਾਜ਼ਮ ਅੱਗੋਂ ਪੈ ਨਿਕਲਿਆ ਸੀ, ਰੋਣਾ ਕਰਦਾ ਦਿੱਤੀ ਜਿਹਨੂੰ ਗਾਲੀ ਕੱਢਤੀ ਉਹਦੇ ਪੱਲੇ ਕੀ ਰਹਿ ਗਿਆ, ਫਿਰ ਉਹ ਪੈ ਨਿਕਲਿਆ ਸੀ। ਸਾਰਿਆਂ ਨੇ ਆਪੋ ਝਗੜਾ ਵੇਖਿਆ, ਬਾਅਦ ਵਿੱਚ ਹੋਇਆ ਕੀ ਸੀ? ਸਾਨੂੰ ਪਤਾ ਕਿ ਉਸ ਬੰਦੇ ਨੂੰ ਬਦਲੀ ਦਾ ਵੀ ਸਾਹਮਣਾ ਕਰਨਾ ਪਿਆ, ਬਦਲੇ ਦਾ ਵੀ ਸਾਹਮਣਾ ਕਰਨਾ ਪਿਆ। ਐਸ ਐਸ ਪੀ ਨੇ ਆਖਿਆ ਕਿ ਵੇਖ ਲਾ, ਫਿਰ ਜੇ ਤੂੰ ਸੂਤ ਨਾ ਆਇਆ ਫਿਰ ਸੂਤ ਕਰ ਦਿਆਂਗੇ। ਹੁਣ ਜਿੱਥੇ ਆਪਦੇ ਵੱਡੇ ਅਫਸਰ ਹੀ ਥੱਲੇ ਲਾਈ ਜਾਂਦੇ ਲੀਡਰਾਂ ਦੇ, ਉੱਥੇ ਛੋਟੇ ਅਫਸਰਾਂ ਦੀ ਕੀ ਦਿੱਤਾ ਪਿਆ, ਛੋਟੇ ਕਰਮਚਾਰੀਆਂ ਦੀ ਕੀ ਦਿੱਤਾ ਪਿਆ? ਸੋ ਇਹ ਮਾਹੌਲ ਇਹੋ ਜਿਹਾ ਕਿ ਕੋਈ ਚਾਹ ਕੇ ਵੀ ਨਹੀਂ ਕਰਦਾ ਕਿ ਦੋ ਡੰਗ ਦੀ ਰੋਟੀ ਬਣੀ ਜਾਂਦੀ ਹੈ। ਸ਼ਿਕਾਇਤ ਕਰਦੇ ਕਰਦੇ ਅਣਖ ਵਿਖਾਉਂਦੇ ਵਿਖਾਉਂਦੇ ਡਿਊਟੀ ਲਗਾਉਂਦੇ ਲਵਾਉਂਦੇ ਕਿਤੇ ਜਾ ਜਾਂਦੀ ਨਾ ਹੋ ਜਾਵੇ। ਇਹ ਸੋਚ ਕੰਮ ਕਰਦੀ ਹੈ ਕਿਤੇ ਨਾ ਕਿਤੇ। ਜਿਹੜੀ ਇਹਨਾਂ ਨੇ ਦੂਜੀ ਗੱਲ ਕਹੀ ਸੀ ਉਹ ਹੁਣ ਮੈਨੂੰ ਭੁੱਲ ਗਈ ਹੈ, ਜੇ ਤੁਹਾਨੂੰ ਚੇਤਾ ਤੇ ਲੁਧਿਆਣੇ ਵਾਲੇ ਤਹਿਸੀਲਦਾਰ ਦੀ ਗੱਲ ਕਰਦੇ ਸੀ ਜਿਹੜੇ ਬੈਂਸ ਭਰਾਵਾਂ ਦੇ ਨਾਲ। ਹਾਂਜੀ ਹਾਂਜੀ, ਉਹਦੇ ਮਾਮਲੇ ਦੇ ਵਿੱਚ ਇਹ ਆ ਕਿ ਦੇਖੋ ਚਾਰਜਸ ਫਰੇਮ ਹੋ ਗਏ ਆ, ਚਾਰਜਸ ਫਰੇਮ ਹੋ ਗਏ। ਉਸ ਬੰਦੇ ਨੇ ਖੜਾ ਨਹੀਂ ਛੱਡਿਆ ਇਹਨਾਂ ਦਾ, ਉਹਦਾ ਨਾਂ ਹੈ ਡਾਕਟਰ ਗੁਰਜਿੰਦਰਪਾਲ ਬਹਿਣੀਵਾਲ, ਐਸਾ ਨਾਮ ਹੈ ਉਹਦਾ ਤਹਿਸੀਲਦਾਰ ਦਾ, ਗੁਰਜਿੰਦਰਪਾਲ ਸਿੰਘ ਬਹਿਣੀਵਾਲ। ਤੇ ਉਹਨੇ ਖੜਾ ਨਹੀਂ ਛੱਡਿਆ, ਸੁਪਰੀਮ ਕੋਰਟ ਤੱਕ ਗਿਆ, ਅਖੀਰੀ ਚਾਰਜਸ ਫਰੇਮ ਹੋ ਗਿਆ। ਚਾਰਜਸ ਫਰੇਮ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਤੇ ਦੋਸ਼ ਐਡ ਹੋ ਗਿਆ, ਤੁਹਾਨੂੰ ਟ੍ਰਾਇਲ ਫੇਸ ਕਰਨਾ ਪਵੇਗਾ। ਅੱਗੇ ਟ੍ਰਾਇਲ ਦੇ ਵਿੱਚ ਕੁਛ ਵੀ ਹੋ ਸਕਦਾ, ਅਦਾਲਤ ਬਰੀ ਵੀ ਕਰ ਸਕਦੀ ਹੈ, ਅਦਾਲਤ ਸਜ਼ਾ ਵੀ ਕਰ ਸਕਦੀ ਹੈ। ਜੇ ਇਸ ਕੇਸ ਦੇ ਵਿੱਚ ਸਜ਼ਾ ਹੋਈ ਤੇ ਫਿਰ ਸਜ਼ਾ ਥੋੜੀ ਨਹੀਂ ਹੁੰਦੀ, ਘੱਟੋ ਘੱਟ 4 ਜਾਂ 5 ਸਾਲ ਦੀ ਸਜ਼ਾ ਮੰਨ ਕੇ ਚੱਲੋ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ, ਸਤਨਾਮ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਵੀਰਾਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ, ਮੇਰੇ ਦੋ ਸਵਾਲ ਆ ਮਿੰਟੂ ਗੁਰੂ ਸਾਹਿਬ। ਇੱਕ ਤਾਂ ਜੇ ਜੀ ਐਸ ਟੀ ਹੈ ਥੋੜ੍ਹਾ ਵਿਸਤਾਰ ਨਾਲ ਸਮਝਾਇਓ ਕੀ ਚੀਜ਼ ਹੈ, ਅਤੇ ਦੂਜਾ ਮੇਰਾ ਹੈਗਾ ਪਿੱਛੇ ਰੌਲਾ ਪੈਂਦਾ ਵੀ ਜਿਹੜਾ ਆਪਣੇ ਆਧਾਰ ਕਾਰਡ ਬਣਨੇ ਆ, ਜੇ ਆਧਾਰ ਕਾਰਡ ਨਾ ਹੋਵੇ ਤਾਂ ਉਹਨਾਂ ਬੈਂਕਾਂ 'ਚ ਆਪਣਾ ਬੰਦਾ ਕੋਈ ਟ੍ਰਾਂਜੈਕਸ਼ਨ ਨਹੀਂ ਕਰਦਾ ਕਰ ਸਕਦਾ। ਅਤੇ ਜਿੰਨਾ ਐੱਨ ਆਰ ਆਈ ਦੇ ਉੱਤੇ ਅਕਾਊਂਟ ਆ ਉਹਨਾਂ ਦਾ ਕੀ ਹੋਊਗਾ ਜੀ, ਉਹਨਾਂ ਦਾ ਕੀ ਪ੍ਰੋਸੀਜਰ ਹੋਊ? ਧੰਨਵਾਦ ਜੀ। ਕੱਟਿਓ ਨਾ ਵੀਰ ਜੀ। ਮੈਂ ਤੁਹਾਨੂੰ ਦੱਸ ਦਿੰਦਾ ਕਿ ਐੱਨ ਆਰ ਆਈ ਖਾਤੇ ਅਲੱਗ ਤੌਰ ਤੇ ਖੁਲਵਾ ਸਕਦੇ, ਉਹਦੇ 'ਚ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਹੈਗੀ। ਉਹ ਦੋ ਆ, ਇੱਕ ਤਾਂ ਸਧਾਰਨ ਖਾਤਾ ਖੁਲਵਾ ਸਕਦੇ ਹੋ ਤੁਸੀਂ, ਤੁਹਾਡੇ ਕੋਲ ਜਿਹੜੇ 2 ਕਾਰਡ ਹੁੰਦੇ ਮੇਰੇ ਖਿਆਲ ਦੇ ਨਾਲ, ਇੱਕ ਓ ਸੀ ਆਈ ਕਾਰਡ ਕਹਿੰਦੇ ਆ, ਇੱਕ ਪੀ ਓ ਆਈ ਕਾਰਡ ਹੁੰਦਾ ਸ਼ਾਇਦ, ਉਹ ਉਸ ਹਿਸਾਬ ਕਿਤਾਬ ਦੇ ਨਾਲ ਜਿੱਦਾਂ ਦਾ ਤੁਹਾਡਾ ਲੈਣ ਦੇਣ ਆ, ਤੁਸੀਂ ਉੱਥੇ 2 ਖਾਤੇ 2 ਕਿਸਮ ਦੇ, ਇੱਕ ਆਰਡਨਰੀ ਇੱਕ ਈ ਹੁੰਦਾ ਸ਼ਾਇਦ ਮੇਰੇ ਜੀ ਜੀ ਐਕਸਟਰਾ ਆਰਡਨਰੀ ਜੀ। ਹਾਂਜੀ ਹਾਂਜੀ, ਉਹ ਖਾਤੇ ਤੁਸੀਂ ਖੁਲਾ ਸਕਦੇ ਹੋ, ਤੁਹਾਨੂੰ ਕੋਈ ਬਹੁਤੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਲਈ ਉਹ ਵੱਖਰਾ ਹੈ, ਇੱਕ ਵੱਖਰੀ ਵਿਵਸਥਾ ਕੀਤੀ ਗਈ ਹੈ, ਤੁਹਾਡੇ ਖਾਤੇ ਚੱਲਦੇ ਰਹਿਣਗੇ। ਜੇ ਤੁਹਾਡਾ ਦੂਜਾ ਖਾਤਾ ਹੈ ਤੇ ਉਹਨੂੰ ਤਬਦੀਲ ਜ਼ਰੂਰ ਕਰਾ ਦਿਓ, ਆਹ ਦਸੰਬਰ ਆਉਂਦਿਆਂ ਉਹਨੂੰ ਤਬਦੀਲ ਜ਼ਰੂਰ ਕਰਾ ਲਓ, ਇੱਧਰ ਕਰਾ ਲਓ, ਆਰਡਨਰੀ ਕਰਾ ਲਓ, ਚਾਹੇ ਦੂਸਰਾ ਹੁੰਦਾ ਜਿਹੜਾ ਇਹਦੇ 'ਚ ਕਰਵਾ ਲਓ। ਦੂਜੀ ਗੱਲ ਇਹਨਾਂ ਨੇ ਕੀ ਕਹੀ ਹੈ ਜੀ ਐਸ ਟੀ ਦੱਸੀ ਚੱਲਿਆ ਜੀ ਐਸ ਟੀ ਇਹਦੇ ਬਾਰੇ ਤੇ ਮੈਨੂੰ ਖੁਦ ਨੂੰ ਸਮਝ ਨਹੀਂ ਲੱਗਦੀ ਪਈ ਸਰਕਾਰ, ਮੈਂ ਤੇ ਆਪ ਦੁਚਿੱਤੀ ਚ ਆ ਕਿ ਹੋ ਕੀ ਰਿਹਾ, ਪੂਰਾ ਦੇਸ਼ ਦੁਚਿੱਤੀ ਚ ਆ ਜੀ। ਦੇਖੋ ਇਹਦੇ 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 ਬਾਰੇ ਤੁਹਾਨੂੰ ਮੈਂ ਥੋੜੀ ਜਿਹੀ ਪਰਿਭਾਸ਼ਾ ਦੱਸ ਦਿੰਦਾ ਕਿ ਦੇਖੋ ਅੱਗੇ ਸਾਡੇ ਮੁਲਕ ਦੇ ਵਿੱਚ ਬਹੁਤ ਕਿਸਮ ਦੇ ਟੈਕਸ ਲੱਗਦੇ ਸਨ, ਜਿੱਦਾਂ ਐਕਸਾਈਜ਼, ਵੈਟ, ਐਂਟਰੀ, ਤਨਖਾਹ, ਕਈ ਟੈਕਸ ਲਾ ਲਓ, 12-14 ਟੈਕਸ ਵੀ ਲੱਗ ਜਾਂਦੇ ਸਨ ਕਈ ਵਾਰੀ ਇੱਕ ਵਸਤੂ ਤੇ। ਹੁਣ ਇਹ ਇਹ ਜਿਹੜੇ ਸਾਰੇ ਟੈਕਸ ਆ, ਇਹ ਸਮਝ ਲਓ ਵੀ ਇੱਕ ਛਤਰੀ ਹੇਠ ਆ ਜਾਣਗੇ, ਉਹ ਛਤਰੀ ਕਿਹੜੀ ਹੈ? ਜੀ ਐਸ ਟੀ। ਉੱਥੇ ਆ ਕੇ ਸਾਰੇ ਇੱਕ ਨੇ ਹੋ ਜਾਣਗੇ, ਮਤਲਬ ਕਿ ਇੱਕ ਹੀ ਟੈਕਸ ਆ ਪੂਰੇ ਮੁਲਕ ਦੇ ਵਿੱਚ, ਇੱਕ ਟੈਕਸ, ਉਹਨੂੰ ਕਹਿੰਦੇ ਆ ਗੁਡਸ ਐਂਡ ਸਰਵਿਸ ਟੈਕਸ। ਸੋ ਇਹ ਇੱਕ ਸਾਰ ਟੈਕਸ ਪ੍ਰਣਾਲੀ ਹੈ, ਇਹਦੇ ਵਿੱਚ ਦੇਖੋ ਬਹੁਤ ਕੁਛ ਹੋ ਸਕਦਾ, ਸੁਧਾਰ ਬਹੁਤ ਆ ਸਕਦਾ, ਜਿਹੜੀ ਟੈਕਸ ਚੋਰੀ ਆ ਰੁਕ ਸਕਦੀ ਆ, ਇਹਨਾਂ ਦੀ ਇਕਾਨਮੀ ਹੈ ਜਿਹੜੀ ਮਜ਼ਬੂਤ ਹੋ ਸਕਦੀ ਹੈ, ਪਰ ਮਸਲਾ ਇਹ ਹੈ ਕਿ ਇਹ ਇੰਪਲੀਮੈਂਟ ਕਿਵੇਂ ਹੋਏਗੀ ਆਰਥਿਕ ਤੌਰ ਤੇ। ਔਰ ਇਹਦੇ ਲਈ ਜਿੰਨਾ ਪ੍ਰਬੰਧ ਕਰਨਾ ਸੀ ਇਹ ਸਰਕਾਰ ਨੇ ਕੀਤਾ, ਪਰ ਇਹਦੇ 'ਚ ਕਈ ਤਰੁੱਟੀਆਂ ਨੇ, ਜਿਵੇਂ ਮੈਂ ਅੱਗੇ ਪ੍ਰੋਗਰਾਮ ਦੇ ਸ਼ੁਰੂ 'ਚ ਕਹਿ ਕੇ ਗਿਆ ਕਿ ਐਨ 2 ਘੰਟੇ ਪਹਿਲਾਂ ਵੀ ਉਹ ਸੋਧ ਕਰੀ ਜਾਂਦੇ ਆ ਕਿ ਫਰਟੀਲਾਈਜ਼ਰ ਨੂੰ ਹੈ ਜਿਹੜਾ ਉਹ 12 ਵਾਲੀ ਜੱਦ 'ਚੋਂ ਕੱਢ ਕੇ 5 ਵਾਲੀ 'ਚ ਲੈ ਰਹੇ ਆ, ਟਰੈਕਟਰਾਂ ਦੇ ਜਿਹੜੇ ਕਲ ਪੁਰਜੇ ਆ 28 ਵਾਲੀ 'ਚੋਂ ਕੱਢ ਕੇ 18 'ਚ ਲੈ ਰਹੇ ਆ। ਹੋਰ ਵੀ ਕੁਛ ਤੁਹਾਨੂੰ ਨੁਕਤੇ ਦੱਸ ਦੇਣਾ, 1947 ਤੋਂ ਲੈ ਕੇ ਹੁਣ ਤੱਕ ਕੱਪੜੇ 'ਤੇ ਕੋਈ ਟੈਕਸ ਨਹੀਂ ਸੀ, ਪਰ ਮਤਲਬ ਹੁਣ ਜੇ ਤੁਸੀਂ ਜੀਨ, ਮੈਂ ਤੇ ਵੈਸੇ ਇੰਨੀ ਮਹਿੰਗੀ ਜੀਨ ਪਾਉਂਦਾ ਨਹੀਂ, ਜੇ ਕੋਈ 1000 ਤੋਂ ਉੱਤੇ ਲਊਗਾ ਉਹਦੇ 'ਤੇ ਸਲੈਬ ਵੱਖਰੀ ਹੈ, ਜੇ 1000 ਤੋਂ ਘੱਟ ਲਊਗਾ ਉਹਦੇ 'ਤੇ ਸਲੈਬ ਵੱਖਰੀ ਹੈ। ਤੇ ਇੱਕ ਹੋਰ ਵੀ ਮਸਲਾ, ਜਿੱਦਾਂ ਕਾਜੂ ਹੈ, ਜਿਹੜਾ ਕਾਜੂ ਨੂੰ ਤੇ ਰੱਖਿਆ 5% ਵਾਲੀ ਸਲੈਬ ਦੇ ਵਿੱਚ, ਜਿਹੜਾ ਅਮੀਰਾਂ ਦੀ ਖੁਰਾਕ ਆ,
ਜਿਹੜਾ ਗਰੀਬਾਂ ਦੀ ਪਹੁੰਚ ਤੋਂ ਬਾਹਰ ਆ, ਤੇ ਜਿਹੜਾ ਆਚਾਰ ਆ ਜਿਹੜਾ ਹਰੇਕ ਗਰੀਬ ਦੇ ਆ, ਔਖੇ ਸੌਖੇ ਵੇਲੇ ਡੰਗ ਸਾਰਦਾ, ਰੋਟੀ ਤੇ ਪਾੜੀ ਰੱਖੀ ਤੇ ਢਿੱਡ ਭਰ ਲਿਆ, ਉਹ ਆਚਾਰ ਆ ਜਿਹੜਾ ਉਹ 18 ਵਾਲੀ ਸਲੈਬ ਦੇ ਵਿੱਚ ਆ। ਤੋਂ ਬਹੁਤ ਕੁਛ ਇਹੋ ਜਿਹਾ, ਕੋਈ ਕਹਿ ਦਿੰਦਾ ਕਾਰਾਂ ਸਸਤੀਆਂ ਹੋ ਜਾਣੀਆਂ, ਦੂਜਾ ਅਖਬਾਰ ਕਹਿ ਦਿੰਦਾ ਨਹੀਂ ਕਾਰਾਂ ਮਹਿੰਗੀਆਂ ਹੋ ਜਾਣੀਆਂ। ਸਾਨੂੰ ਆਪ ਨੂੰ ਨੀ ਪਤਾ ਲੱਗਦਾ ਪਿਆ। ਮੈਂ ਤੇ ਖੁਦ ਦੋ ਤਿੰਨ ਬੁੱਧੀਜੀਵੀਆਂ ਦੇ ਨਾਲ ਅੱਜ ਗੱਲਬਾਤ ਕੀਤੀ ਹੈ, ਉਹ ਕਹਿੰਦੇ ਭਰਾਵੋ ਅਸੀਂ ਵੀ ਤੁਹਾਡੇ ਵਰਗੇ ਆ, ਸਾਨੂੰ ਵੀ ਕੋਈ ਪੱਲੇ ਨੀ ਪੈ ਰਿਹਾ, ਸਾਡੇ ਵੀ ਕੁਛ ਨੀ ਪਤਾ ਲੱਗਦਾ ਪਿਆ। ਇਹ 2 ਮਹੀਨਾ ਚੱਲੇਗਾ, ਫਿਰ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਇਹਨੇ ਗੁਆਇਆ ਕੀ ਆ, ਪਾਇਆ ਕੀ ਆ। ਬਹੁਤ ਸਾਰੇ ਸ਼ੰਕੇ ਸੰਸਿਆ ਦੇ ਦਰਮਿਆਨ ਇਸ ਗੱਲ ਦੀ ਉਮੀਦ ਜ਼ਰੂਰ ਆ ਕਿ ਜਿਹੜੀ ਅਪ੍ਰਤੱਖ ਟੈਕਸ ਪ੍ਰਣਾਲੀ ਹੈ ਸ਼ਾਇਦ ਇਹਦੇ ਨਾਲ ਮਜ਼ਬੂਤ ਹੋਵੇਗੀ। ਜੀ ਜੀ, ਅਗਲੇ ਕਾਲਰ ਅਵਤਾਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਰਨਵੀਰ ਸਿੰਘ ਜੀ, ਮਿੰਟੂ ਸਾਹਿਬ ਜੀ। ਮੇਰਾ ਸਵਾਲ ਹੈ ਕਿ ਜਿਹੜੀ GST ਲੱਗਣ ਜਾ ਰਹੀ ਹੈ ਅੱਜ ਰਾਤ ਤੋਂ, ਤੇ ਮੈਂ ਸੁਣਿਆ ਕਿ ਇਹਦੀ ਲਪੇਟ ਦੇ ਵਿੱਚ ਗੁਰਦੁਆਰੇ ਵੀ ਆਏ ਆ, ਦਰਬਾਰ ਸਾਹਿਬ ਵੀ ਤੇ ਹੋਰ ਵੀ। ਚਲੋ ਜਿਹੜੇ ਰੈਸਟੋਰੈਂਟ ਆ ਉਹ ਤਾਂ GST ਉਹਨੂੰ ਤੇ ਮੰਨਿਆ, ਉਹ ਕਿਉਂ ਬਿਜ਼ਨਸ ਕਰਦੇ ਆ, ਪਿੱਛੋਂ ਜੇ ਪੇ ਕਰਨਗੇ ਤਾਂ ਕਸਟਮਰ ਤੋਂ ਉਹ ਚਾਰਜ ਕਰਨਗੇ। ਜਿਹੜੇ ਗੁਰਦੁਆਰੇ ਕਰਨਵੀਰ ਸਾਹਿਬ, ਇਹ ਤਾਂ ਆਲਰੇਡੀ ਗਰੀਬ ਗੁਰਬ ਆ ਕਿ ਉੱਥੇ ਲੰਗਰ ਛਕਦੇ ਆ, ਉਹਨਾਂ ਨੇ ਲੰਗਰ ਛਕਣ ਵਾਲਿਆਂ ਤੋਂ ਕੋਈ ਚਾਰਜ ਕਰਨਾ ਨੀ, ਤੇ ਇਹ ਥੋੜਾ ਜਿਹਾ ਦੱਸਿਓ ਵੀ ਇਹ ਗੁਰਦੁਆਰੇ ਤੇ ਕਿਉਂ ਲਾਗੂ ਕੀਤਾ ਗਿਆ ਜੀ? ਕੱਟਿਓ ਨਾ ਮੈਨੂੰ ਸੁਣ ਲੈ। ਗੁਰਦੁਆਰਿਆਂ ਤੇ ਨਹੀਂ ਲਾਗੂ ਕੀਤਾ ਹੋਣਾ, ਪਰ ਜਿਹੜੀਆਂ ਗੁਰਦੁਆਰੇ ਚ ਚੀਜ਼ਾਂ ਵਰਤੀਆਂ ਜਾਂਦੀਆਂ, ਮਤਲਬ ਅੱਗੇ ਇਹਨਾਂ ਨੂੰ ਇੱਕ ਸਪੈਸ਼ਲ ਸਬਸਿਡੀ ਮਿਲਦੀ ਸੀ ਜਿਹੜੇ ਲੰਗਰ ਵਾਸਤੇ ਇਹਨਾਂ ਦੇ ਸਿਲੰਡਰ ਆਉਂਦੇ ਸਨ, ਹੁਣ ਕਿਉਂ ਸਬਸਿਡੀ ਖਤਮ ਕਰ ਦਿੱਤੀ ਗਈ? ਪਤਾ ਨੀ ਹੁਣ ਮੈਨੂੰ ਦੁਬਾਰਾ ਉਹ ਸਬਸਿਡੀ ਇਹਨਾਂ ਨੂੰ ਆਉਂਦੀ ਹੈ ਜਾਂ ਨਹੀਂ ਆਉਂਦੀ। ਚੀਜ਼ਾਂ ਦਾ ਇਹ ਨੀ ਹੈ ਕਿ ਗੁਰਦੁਆਰੇ ਤੇ ਕੋਈ ਟੈਕਸ ਲਾ ਦਿੱਤਾ ਕਿ ਤੁਹਾਡੀ ਇੱਥੇ ਇਮਾਰਤ ਖੜੀ ਹੈ ਇਹਦੇ ਤੇ GST ਹੈ, ਨਹੀਂ। ਜਿਹੜੀਆਂ ਚੀਜ਼ਾਂ ਵਰਤੋਂ ਚ ਆਉਂਦੀਆਂ ਉਹ ਤੇ GST ਦੀ ਜਦ ਚ ਆਉਣਗੀਆਂ। ਹੁਣ ਜੇ ਗੁਰਦੁਆਰਿਆਂ ਨੂੰ ਛੂਟ ਦੇਣਗੇ ਤੇ ਮੰਦਰ ਵਾਲੇ ਕਹਿਣਗੇ ਸਾਨੂੰ ਵੀ ਛੂਟ ਦਿਓ, ਜੇ ਮੰਦਰ ਵਾਲੇ ਕਹਿਣਗੇ ਤੇ ਫਿਰ ਗਿਰਜਾ ਘਰ ਵਾਲੇ ਆ ਜਾਣਗੇ ਤੇ ਸਾਨੂੰ ਵੀ ਛੂਟ ਦਿਓ, ਫਿਰ ਮਸੀਤ ਵਾਲੇ ਆ ਜਾਣਗੇ ਤੇ ਭਾਈ ਅਸੀਂ ਕਿਹੜਾ ਮਾਂ ਮਾਰੇ ਖੁਦਾ ਦੇ, ਸਾਨੂੰ ਵੀ ਛੂਟ ਦਿਓ। ਫਿਰ ਹੋ ਸਕਦਾ ਆ ਜਿਹੜੇ ਸੜਕਾਂ ਤੇ ਡੇਰੇਦਾਰ ਬੈਠੇ ਆ ਇਹ ਵੀ ਕਹਿ ਦੇਣ ਕਿ ਜਿਹੜੀ ਅਸੀਂ ਚਿਲਮ ਵਾਲਾ ਭੂਗਲੂ ਜਾਂ ਖਰੀਦ ਕੇ ਲਿਆਉਣੇ ਆ, ਸਾਨੂੰ ਇਹਦੇ ਤੇ ਵੀ ਛੋਟ ਦਿਓ। ਸੋ ਇਹ ਫਿਰ ਅੱਗੇ ਕੰਮ ਚੱਲ ਪਵੇਗਾ, ਤੁਹਾਨੂੰ ਪਤਾ ਹੀ ਹੈ। ਇਸੇ ਕਰਕੇ ਉਹਨਾਂ ਨੇ ਇਹ ਕਿਸੇ ਵੀ ਪਾਸੇ ਇਸ ਤਰ੍ਹਾਂ ਦੀ ਕੋਈ ਛੋਟ ਨਹੀਂ ਦਿੱਤੀ, ਪਰ ਗੁਰਦੁਆਰਿਆਂ ਤੇ ਕੋਈ ਟੈਕਸ ਨਹੀਂ ਲੱਗਾ। ਇਹ ਗੱਲ ਜ਼ਰੂਰ ਹੈ ਕਿ ਇਹ ਬਿਲਕੁਲ ਤੁਸੀਂ ਕਿਸੇ ਚੁੰਨ ਦੇ ਵਿੱਚ ਮਾੜਾ ਮੋਟਾ ਕੋਈ ਭੁਲੇਖਾ ਖਾ ਬੈਠੇ ਹੋ ਕਿ ਇਸ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਾ। ਹਾਂ, ਜੋ ਵਰਤੋਂ 'ਚ ਚੀਜ਼ਾਂ ਆਉਂਦੀਆਂ ਨੇ ਉਹ ਤੇ ਸਾਰੇ ਪਾਸੇ ਟੈਕਸ ਦੀ ਗੱਲ 'ਚ ਆਉਣਗੀਆਂ ਆਉਣਗੀਆਂ। ਸਿਰਫ ਤੇ ਸਿਰਫ ਇੱਕ ਸ਼ਰਾਬ, ਇੱਕ ਪੈਟਰੋਲੀਅਮ ਔਰ ਇੱਕ ਰੀਅਲ ਅਸਟੇਟ, ਇਹ ਛੱਡ ਕੇ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ, ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਜੀ ਤੇ ਮਿੰਟੂ ਗੁਰਸਰੀਆ ਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਪਹਿਲਾਂ ਮੈਂ ਕਮੈਂਟ ਕਰ ਦਿਆਂ, ਕੈਪਟਨ ਸਾਹਿਬ ਤੇ ਸੁਸਤ ਕਿਉਂ ਆ, ਸੁਸਤ ਕਿਉਂ ਆ ਜੀ? ਅੱਛਾ ਜੀ, ਵੇਖੋ ਇਹ ਆਉਂਦੇ ਹੁੰਦੇ ਨਾ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਇਹ ਸੁਸਤੀ ਤਾਂ ਇਹਨੇ ਫੜ ਲਈ, ਜਦ ਇਹਨੇ ਖਜ਼ਾਨਾ ਦਾ ਖਾਲੀ ਕਰੇਗੀ ਇਹਦੇ ਹੱਥ ਵੱਸ ਨਹੀਂ। ਤੇ ਦੂਜਾ ਕਹਿੰਦੇ ਹੁੰਦੇ ਆ ਜੱਟ ਖੇ ਮਜਲਾ ਖਦਾਨੂ ਲੈ ਗਏ ਚੋਰ, ਇਹ ਖਦਾਨੂ ਲੈ ਗਿਆ ਖੇ ਮੂਸਾ ਤੇ ਸਾਰੀਆਂ ਦੀਆਂ ਉਹ ਜਿਹੜੀਆਂ ਖੁਸ਼ੀਆਂ ਸੀਆਂ ਤੇ ਉਹ ਤਾਂ ਖੋ ਕੇ ਲੈ ਗਈ ਬੀਬੀ ਰੂਸਾ। ਬੂਟਾ ਸਿੰਘ ਜੀ, ਪੁੱਛੋ ਸਵਾਲ ਜੀ ਆਪਣਾ। ਅੱਛਾ ਜੀ, ਉਹ ਦੂਜਾ ਕੰਮ ਇਹ ਸੀਗਾ ਵੀ ਆਪਣਾ ਨਾ ਜਿਹੜਾ ਗਊ ਰੱਖਿਆ ਵਾਲਾ ਕੰਮ ਹੈ ਇਹ ਸਰਕਾਰ ਦੀ ਸ਼ੈ ਹੈ। ਸਰਕਾਰ ਕਹਿੰਦੀ ਆ ਵੀ ਇਹ ਸਵਾਰ ਕੇ ਇਹਨਾਂ ਨੂੰ ਮੈਂ ਵੀ ਉੱਤੋਂ ਉੱਤੋਂ ਕਹਿੰਦੇ ਆ ਇਹ ਦਿਲੋਂ ਨਹੀਂ, ਜੇ ਨਹੀਂ ਇਹਨਾਂ ਨੂੰ ਕੀ ਲੋੜ ਆ ਬਿਆਨਾ ਦੇਣ ਦੀ ਵੀ ਨਹੀਂ ਲੋੜ ਆ, ਤੇ ਪੁਲਿਸ ਸਾਹਿਬ ਦਾ ਤੇ ਕਾਨੂੰਨ ਆਪਦਾ ਕੰਮ ਕਰੇ ਤੇ ਮੰਡੀਰਾਂ ਨੂੰ ਐਂ ਤੋੜਨ ਦਾ, ਇਹ ਤਾਂ ਇਹਨਾਂ ਨੂੰ ਹੱਲਾ ਸ਼ੇਰੀ ਦਿੰਦੇ ਆ ਜੀ। ਇਹੀ ਕਹਿਣਾ ਸੀਗਾ ਜੀ। ਓਕੇ, ਥੈਂਕ ਯੂ, ਵਾਹਿਗੁਰੂ ਜੀ ਕੀ ਫਤਿਹ ਜੀ। ਮਿੰਟੂ ਜੀ, ਵੈਸੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ, ਇੱਕ ਆਡੀਓ ਬੜੀ ਚਰਚਿਤ ਹੋ ਰਹੀ ਸੀ, ਆਈ ਥਿੰਕ ਯੂਪੀ ਦੇ ਇੱਕ ਥਾਣੇ ਦੀ ਪੁਲਿਸ ਇੰਸਪੈਕਟਰ ਸੀਗੀ, ਉਸ ਨੂੰ ਧੱਕੇ ਦੇ ਨਾਲ RSS ਦੇ ਉੱਥੇ ਬੁਲਾ ਰਹੇ ਸੀ ਵੀ ਤੁਹਾਡੇ ਖਿਲਾਫ਼ ਬੜੀਆਂ ਕੰਪਲੇਨਾਂ ਆ ਰਹੀਆਂ। ਬਹੁਤ ਕਰਦੇ ਪਏ ਆ, ਦੇਖੋ ਆ ਪਿੱਛੇ ਦੇ ਹਿੰਦੂ ਬਾਬਾਨੀ ਵਾਲਿਆਂ ਤੇ ਬਲਾਤਕਾਰ ਦਾ ਕੇਸ ਦਰਜ ਹੋਇਆ ਜੀ, ਤੇ ਉਹਨੂੰ ਪੁਲਿਸ ਫੜ ਕੇ ਲੈ ਗਈ ਪਿੱਛੇ ਥਾਣੇ ਦੇ ਵਿੱਚ, ਵੜ ਗਏ ਉੱਥੇ ਥਾਣੇਦਾਰ ਕੁੱਟ ਘੱਟਿਆ। ਉਹ ਤੋਂ ਪਹਿਲਾਂ ਇਹਨਾਂ ਦੇ ਇੱਕ MP ਨੇ, ਬਹੁਤ ਸੀਨੀਅਰ ਪੁਲਿਸ ਅਫਸਰ ਸੀਗੀ,
ਉਹਨੂੰ ਰਵਾਈ ਕੱਟਿਆ ਸੀ ਸੜਕ ਤੇ, ਇੰਨਾ ਜਲੀਲ ਕੀਤਾ, ਇੰਨਾ ਜਲੀਲ ਕੀਤਾ। ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਥਾਣੇ ਦੇ ਵਿੱਚ ਵੜ ਕੇ ਆਗਰੇ ਬਹੁਤ ਭੰਨ ਤੋੜ ਕੀਤੀ ਸੀ, ਇਹ ਤਾਂ ਕਰੀ ਜਾਂਦੇ ਆ। ਉੱਥੇ ਯੂਪੀ ਦੇ ਵਿੱਚ ਤੇ ਹੱਥ ਬਹੁਤਾ ਖੁੱਲਿਆ, ਉਹਦਾ ਕਾਰਨ ਇਹ ਆ ਕਿ ਉੱਥੇ ਯੋਗੀ ਆਦਿੱਤਿਆ ਨਾਥ ਦਾ ਜਿਹੜਾ ਉਹ ਸੰਗਠਨ ਹੈ ਹਿੰਦੂ ਯੁਵਾ ਵਾਹਿਨੀ, ਉੱਥੇ ਜਿਹੜੇ ਕਾਰਕੁਨ ਆ ਉਹ ਇਸ ਸਮੇਂ ਠੀਕ ਉਸਦੇ ਉਤਰੇ ਫਿਰਦੇ ਆ, ਜਿਸ ਤਰ੍ਹਾਂ ਕੁੰਡੇ ਤੋਂ ਬਗੈਰ ਕੋਈ ਹਾਥੀ ਗੁੰਡਾ ਤੁਰਿਆ ਫਿਰਦਾ, ਕੁਛਲੀ ਜਾਂਦਾ ਕੁਛਲੀ ਜਾਂਦਾ। ਉਹਨਾਂ ਨੇ ਤੇ ਇੱਕ ਬਾਗ ਦੇ ਵਿੱਚ ਸੁੱਤਾ ਪਿਆ ਬਜ਼ੁਰਗ ਮੁਸਲਮਾਨ ਕਤਲ ਕਰ ਦਿੱਤਾ ਬਿਨਾਂ ਗੱਲ ਤੋਂ। ਸੁੱਤੇ ਦਾ ਬਜ਼ੁਰਗ ਦਾ ਪਤਾ ਨੀ ਕੀ ਗੁਨਾਹ ਸੀਗਾ, ਕਿ ਸਿਰਫ ਤੇ ਸਿਰਫ ਉਹਨੇ ਸ਼ਰੀਅਤ ਮੁੱਛਾਂ ਰੱਖੀਆਂ ਹੋਣੀਆਂ, ਸਿਰ ਤੇ ਸ਼ਰੀਅਤ ਟੋਪੀ ਹੋਏਗੀ, ਵੇਖ ਕੇ ਕਤਲ ਕਰ ਦਿੱਤਾ ਗਿਆ। ਇੱਦਾਂ ਦੀਆਂ ਬਹੁਤ ਸਾਰੀਆਂ ਉਹਨਾਂ ਦੀਆਂ ਆਪ ਗੁਜ਼ਰੀਆਂ ਨੇ। ਉਹਨਾਂ ਬਾਰੇ ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਤੇ ਇਸ ਸਮੇਂ ਸਿਰਾਂ ਤੇ ਕਾਲ ਚੁੱਕੀ ਫਿਰਦੇ ਆ, ਪਰ ਯੋਗੀ ਸਾਹਿਬ ਜਿਸ ਤਰੀਕੇ ਦਾ ਇੱਕ ਸੁਪਨਾ ਲੈ ਕੇ ਆਏ ਸਨ, ਇੱਕ ਸੰਕਲਪ ਲੈ ਕੇ ਆਏ ਸਨ, ਉਹ ਬਿਲਕੁਲ ਮਲੀਆ ਲੈ ਕੇ ਆਏ ਸਨ ਜੀ। ਇਹ ਕਹਿੰਦੇ ਸਨ ਕਿ ਅਸੀਂ 100 ਦਿਨਾਂ ਦਾ ਵਾਈਟ ਪੇਪਰ ਲੈ ਕੇ ਆਵਾਂਗੇ। ਹੁਣ ਵਾਈਟ ਪੇਪਰ ਤੋਂ ਪਿੱਛੇ ਹਟ ਗਏ, ਵਾਈਟ ਪੇਪਰ ਚ ਲਿਆਉਣਗੇ ਕੀ ਕਿ ਹਾਈਵੇ ਤੇ ਬਲਾਤਕਾਰ ਹੋ ਗਏ ਆ ਤੇ ਸਾਡੇ ਹਿੰਦੂ ਯੁਵਾ ਵਹਿਲੀ ਵਾਲਿਆਂ ਨੇ ਆਹ ਚੰਦ ਚੜੇ ਆ। ਸੋ ਇਹਨਾਂ ਦੇ ਕੁਛ ਵੀ ਹੈ ਨੀ ਕੋਲ। ਹੁਣ ਕਹਿੰਦੇ ਵੀ ਅਸੀਂ ਵਾਈਟ ਪੇਪਰ ਬਾਅਦ ਚ ਲੈ ਕੇ ਆਵਾਂਗੇ। ਪ੍ਰੈਸ ਕਾਨਫਰੰਸ ਕੀਤੀ, ਉੱਥੇ ਇੱਕ ਹੀ ਪੱਤਰਕਾਰ ਨੂੰ ਬੋਲਣ ਦਾ ਹੁਕਮ ਸੀਗਾ, ਇੱਕ ਹੀ ਪੱਤਰਕਾਰ, ਕਿ ਉਹ ਪੱਤਰਕਾਰ ਗੋਦੀ ਪੱਤਰਕਾਰ ਹੋਣਾ। ਇਸ ਤਰ੍ਹਾਂ ਦਾ ਮਾਹੌਲ ਆ ਉੱਥੇ ਯੂਪੀ ਦੇ ਵਿੱਚ ਹੀ ਕਿਉਂ, ਝਾਰਖੰਡ ਦੇ ਵਿੱਚ ਚਲੇ ਜਾਓ, ਝਾਰਖੰਡ ਚ ਵੀ ਆ ਜਿਹੜਾ ਰਾਮਗੜ੍ਹ ਕਤਲ ਦਾ ਤੁਹਾਨੂੰ ਮੈਂ ਜ਼ਿਕਰ ਕੀਤਾ, ਇਸ ਤਰ੍ਹਾਂ ਦੀਆਂ ਉੱਥੇ ਵੀ ਨਿਰੰਤਰ ਘਟਨਾਵਾਂ ਵਾਪਰਦੀਆਂ। ਯਾਨੀ ਇਹ 3-4 ਜਿਹੜੇ ਸੂਬੇ ਆ, ਇਹਨਾਂ ਸੂਬਿਆਂ ਦੇ ਵਿੱਚ ਤੇ ਬਹੁਤ ਜ਼ਿਆਦਾ ਜਾਨ ਲੰਘੇ ਪਏ ਆ। ਇਹ ਤਾਂ ਹੀ ਰੁਕਣਾ, ਇਹ ਮਾੜੀ ਮੋਟੀ ਇਹ ਸਖਤੀ ਕਰਨਗੇ, ਸਖਤੀ ਇਹ ਬੋਲਾਂ ਦੇ ਰਾਹੀਂ ਤੇ ਭਾਵੇਂ ਕਰ ਲੈਣਾ, ਉਂਝ ਸਖਤੀ ਜੇ ਕਰਨੀ ਹੈ ਤੇ ਕਰਨੀ ਆਰ ਐਸ ਐਸ ਨੇ ਆ। ਸੋ ਆਰ ਐਸ ਐਸ ਵਾਲੇ ਤੇ ਇਹੋ ਜਿਹਾ ਕਿ ਇੱਕ ਵਾਰੀ 2008 ਦੇ ਵਿੱਚ ਨਰਿੰਦਰ ਮੋਦੀ ਨੇ 80-90 ਮੰਦਰ ਢਾਉਣ ਦੇ ਹੁਕਮ ਦੇ ਦਿੱਤੇ ਸਨ। ਮੰਦਰ ਵੈਸੇ ਨੀ, ਮਤਲਬ ਕਿ ਉਹ ਕੰਸਟਰਕਸ਼ਨ ਦੇ ਵਿੱਚ ਆਉਂਦੇ ਸਨ, ਜਾਇਜ਼ ਨਜਾਇਜ਼ ਬਣੇ ਸੀਗੇ, ਉਹਨਾਂ ਨੂੰ ਹਟਾ ਦਿੱਤਾ ਸੀ, ਢਾ ਦਿੱਤਾ ਸੀਗਾ। ਤੇ ਉਹ ਤੋਂ ਬਾਅਦ ਇਹਨਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੇ ਮੋਦੀ ਨੂੰ ਕਿਹਾ ਸੀਗਾ ਕਿ ਇਹ ਤੇ ਮੋਦੀ ਤੇ ਬਾਬਰ ਆ, ਭਾਰਤ ਦਾ ਇਹ ਹੁਣ ਅੱਜ ਦੇ ਦੌਰ ਦਾ ਬਾਬਰ ਆ, ਔਰੰਗਜ਼ੇਬ ਆ। ਉਦੋਂ ਇਹਦੀ ਪਰਵਾਹ ਨੀ ਸੀ ਕਰਦੇ ਜਦੋਂ ਚੀਫ ਮਿਨਿਸਟਰ ਸੀ, ਹੁਣ ਚਲੋ ਠੀਕ ਆ, ਹੁਣ ਇਸ ਸਮੇਂ ਪ੍ਰਧਾਨ ਮੰਤਰੀ ਆ, ਪਰ ਪ੍ਰਭਾਵ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਹੁਣ ਵੀ ਨੀ ਕਰਦੇ ਆਏ ਨੇ। ਜਦੋਂ ਪਿਛਲੀ ਵਾਰੀ ਬਿਆਨ ਦਿੱਤਾ ਸੀਗਾ ਕਿ 70-80% ਗਊ ਰੱਖੇ ਆ ਜਿਹੜੇ, ਉਹ ਦਿਨੇ ਖੁਸ਼ ਹੁੰਦੇ ਰਾਤ ਨੂੰ ਖੁਸ਼ ਹੁੰਦੇ ਆ, ਤੇ ਪ੍ਰਵੀਨ ਤੋਗੜੀਆ ਪੈ ਗਿਆ ਸੀ, ਉਹ ਕਹਿੰਦਾ ਕਿ ਸਾਡੇ ਗਊ ਰੱਖਿਆ ਦੇ ਹੌਸਲੇ ਤੋੜਨ ਦੀ ਕੋਸ਼ਿਸ਼ ਨਾ ਕਰੇ। ਨਹੀਂ ਸਮਝਦੇ ਆਰ ਐਸ ਐਸ ਵਾਲੇ, ਆਰ ਐਸ ਐਸ ਵਾਲੇ ਜਿੰਨਾ ਚਿਰ ਇਹ ਤੇ ਸਖਤੀ ਨੀ ਕਰਨਗੇ, ਉਹਦੀ ਤੱਕ ਮੈਨੂੰ ਨੀ ਲੱਗਦਾ ਇਹਨਾਂ ਦੀ ਅਕਲ ਆਈ ਜੀ। ਜੀ ਜਾਂਦੇ ਜਾਂਦੇ ਆਪਾਂ ਥੋੜੇ ਜਿਹੜੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਜਾਂਦੇ ਆ। ਸੁਖੀ ਗਰੇਵਾਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀਗਾ ਮਿੰਟੂ ਜੀ, ਜਿਵੇਂ ਆਪਾਂ ਦੇਖਦੇ ਹਾਂ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲਦਾ, ਇੰਨਾ ਇਹਦੇ ਤੇ ਖਰਚਾ ਆਉਂਦਾ ਵਾ, ਪਰ ਉਹ ਚਲੋ ਆਪਾਂ ਨੂੰ ਇਹ ਤਾਂ ਪਤਾ ਹੀ ਆ ਵੀ ਮੌਜੂਦਾ ਸਰਕਾਰ ਜਿਵੇਂ ਮੈਜੋਰਿਟੀ ਦੇ ਵਿੱਚ ਆ, ਕਰਨਾ ਤਾਂ ਉਹਨਾਂ ਨੇ ਆਪਦੀ ਮਰਜ਼ੀ ਨਾਲੇ ਹੁੰਦਾ ਜੋ ਵੀ ਬਿੱਲ ਪਾਸ ਕਰਨਾ, ਪਰ ਜਿਵੇਂ ਵਿਰੋਧੀ ਧਿਰ ਆ ਉਹਨਾਂ ਨੂੰ ਵੀ ਜੇ ਉਹਨਾਂ ਦੇ ਨਾਂ ਲਿਸਟ ਦੇ ਵਿੱਚ ਸ਼ਾਮਿਲ ਹੁੰਦੇ ਨੇ, ਉਹਨਾਂ ਨੂੰ ਪ੍ਰੋਪਰ ਢੰਗ ਦੇ ਨਾਲ ਟਾਈਮ ਦਿੱਤਾ ਜਾਵੇ ਆਪਣੀ ਗੱਲ ਬੋਲਣ ਦਾ। ਹੁਣ ਜੇ ਦੇਖਿਆ ਜਾਵੇ ਕਿੰਨੀ ਟੈਕਨੋਲੋਜੀ ਹਾਈ ਹੋਈ ਆ, ਇਹ ਕਿਤੇ ਨਾ ਕਿਤੇ ਇੱਕ ਬੂਥ ਜਿੱਥੇ ਸਪੀਕਰ ਸਾਹਿਬਾਨ ਬੈਠੇ ਹੁੰਦੇ ਆ ਸਾਈਡ ਤੇ ਕੱਢ ਕੇ, ਜਿਹਨੇ ਬੋਲਣਾ ਉਹਨੂੰ ਵਧੀਆ ਮਾਇਕ ਦਿੱਤਾ ਜਾਵੇ ਤੇ ਉਹਨੂੰ ਅਲੱਗ ਉਹਨਾਂ ਦੀ ਗੱਲ ਸੁਣੀ ਜਾਵੇ, ਬਜਾਏ ਕਿ ਹੁਣ ਜਿਵੇਂ ਇਹਨਾਂ ਦੇ ਪੱਗਾਂ ਲਾਉਂਦੇ ਨੇ ਤੇ ਕੀ ਕੁਛ ਉੱਥੇ ਕਰਦੇ ਨੇ ਸਪੀਕਰ ਸਾਹਿਬਾਨ। ਪਹਿਲਾਂ ਵੀ ਤਾਂ ਇਹ ਚੀਜ਼ਾਂ ਕਹਿ ਸਕਦੇ ਵੀ ਜੇ ਕਿਸੇ ਨੇ ਕੋਈ ਇੱਥੇ ਗਲਤੀ ਕੀਤੀ ਤਾਂ ਉਹਨੂੰ ਮੁਅੱਤਲ ਕੀਤਾ ਜਾਊਗਾ ਜੀ, ਇਹਨਾਂ ਬਾਰੇ ਕੋਈ ਵਿਚਾਰ ਕੀਤੀ ਜਾ ਸਕਦੀ ਹੈ ਇਹਦੇ ਬਾਰੇ? ਜੀ ਥੈਂਕ ਯੂ ਜੀ। ਜੀ ਬਿਲਕੁਲ, ਇਹਦਾ ਹੱਲ ਕਿ ਵੀ ਨਿਕਲ ਸਕਦਾ ਕਿ ਇਹ ਸਾਰੀ ਜਿਹੜੀ ਕਾਰਵਾਈ ਉਹ ਲਾਈਵ ਕੀਤੀ ਜਾਵੇ, ਲਾਈਵ ਪ੍ਰਸਾਰਿਤ ਕੀਤੀ ਜਾਵੇ, ਫਿਰ ਸਾਰਿਆਂ ਨੂੰ ਡਰ ਹੋਊਗਾ ਕਿ ਲੋਕੀ ਸਾਨੂੰ ਵਹਿੰਦੇ ਆ। ਔਰ ਤੁਹਾਨੂੰ ਯਾਦ ਹੋਣਾ ਜਦੋਂ ਸੰਸਦ ਦੀ ਲਾਈਵ ਕਾਰਵਾਈ ਸ਼ੁਰੂ ਹੋਈ ਹੈ ਨਾ, ਉਦੋਂ ਪਹਿਲਾਂ ਬਹੁਤ ਰੌਲਾ ਪੈਂਦਾ ਰਿਹਾ ਸੰਸਦ ਦੇ ਵਿੱਚ, ਹੁਣ ਤੁਸੀਂ ਦੇਖੋਗੇ ਕਿ ਉੱਥੇ ਮਾਹੌਲ ਠੀਕ ਆ। ਹਾਲਾਂਕਿ ਵਿੱਚੋਂ ਵਿੱਚੋਂ ਕੁਛ ਨਾ ਕੁਛ ਘਟਨਾਵਾਂ ਵਾਪਰ ਜਾਂਦੀਆਂ, ਉਹ ਜਿਹੜਾ ਅੰਦਰ ਜਿੰਨ ਬੈਠਾ ਹੁੰਦਾ ਉਹ ਲੜਾਈ ਕਿਸੇ ਨਾ ਕਿਸੇ ਲੈ ਜਾਂਦਾ, ਪਰ ਬਹੁਤੇ ਸ਼ਰਮ ਦੇ ਬਾਰੇ ਬੋਲਦੇ ਨੀ ਕਿਉਂਕਿ ਕੈਮਰੇ ਲੱਗੇ ਹੁੰਦੇ ਆ। ਤੇ ਮੇਰੇ ਖਿਆਲ ਦੇ ਨਾਲ ਇੱਥੋਂ ਵੀ ਨੌਬਤ ਆ ਗਈ ਹੈ ਕਿ ਇਹਨਾਂ ਦੀ ਸਾਰੀ ਕਾਰਵਾਈ ਹੈ ਜਿਹੜੀ ਲਾਈਵ ਹੋਵੇ, ਔਰ ਲਾਈਵ ਡੀਡੀ ਪੰਜਾਬੀ ਤੇ ਕੀਤੀ ਜਾਵੇ। ਮਤਲਬ ਕਿ ਜਿਹੜੇ ਘਰ ਕੇਬਲ ਕਨੈਕਸ਼ਨ ਨਹੀਂ ਵੀ ਹੈ, ਜਿਹਦੇ ਘਰ ਡੀਟੀਐਚ ਵੀ ਨਹੀਂ ਹੈ, ਸਧਾਰਨ ਟੈਲੀਵਿਜ਼ਨ ਜਿਹੜੀ ਛੱਤਰੀ ਹੈ ਉਹਦੇ ਤੇ ਦੇਖ ਸਕੇ ਕਿ ਸਾਡੇ ਨੁਮਾਇੰਦੇ ਉੱਥੇ ਕੀ ਬਿੱਲ ਖਿਲਾਉਂਦੇ ਪਏ ਆ। ਸੋ ਇੱਕੋ ਇੱਕ ਹੱਲ ਹੈ। ਦੂਸਰਾ ਇਹ ਹੈ ਜਿਹੜਾ ਸਪੀਕਰ ਚੁਣਿਆ ਜਾਂਦਾ, ਹੁਣ ਕਿਤੇ ਨਾ ਕਿਤੇ ਉਹਦੀ ਚੋਣ ਵੀ ਹੈ ਜਿਹਦੀ,
अगले कॉलर हरमिंदर सिंह जी, स्वागत है, सत श्रीकाल जी। सत श्रीकाल दुने वीरां नूं, सत श्रीकाल जी। सत श्रीकाल जी बीर जी, मेरे दो सवाल है निके निके। एक पहला हैगा भी आप जून दे पहले हफ्ते एक वीडियो आई सी जो हिंदू वीर अपने पुतला थान गए पिंडराणे का जी, ओहदा की बनिया? ओ मुंडा देखो पुलिस दे विच ही नहीं, कि उहने जाके श्री साहब कढ के जकारा छड के ओह 50-60 बंदे भजाए, ओ किथे अपने कमेटी ने किसी ने समाप्त किया जां नहीं किया? दूजा हैगा भी जिहड़ा अपनी देखो पंजां ककारां दे सोढ़ी कृपानता आपां मानदे आ, वड्डी जहेदार वड्डी कृपान दे फिरदे हुंदे आ जी, ओह 1948 बाद किसी ने वरती कि नहीं वरती, ओह चक्की फिरदे आ जी। चंगा जी, वर्तनी किथे जी उन्होंने वड्डी कृपान जी, ਸਨਮਾਨਿਤ ਕੀਤਾ ਪਰ ਸੋਸ਼ਲ ਮੀਡੀਆ ਨੇ ਸਨਮਾਨਿਤ ਕਰ ਦਿੱਤਾ ਤੇ ਤੁਸੀਂ ਵੀ ਹੁਣ ਤੱਕ ਸਨਮਾਨਿਤ ਕਰੀ ਜਾਂਦੇ ਹੋ, ਮੇਰੇ ਖਿਆਲ ਨਾਲ ਸਨਮਾਨ ਬਹੁਤ ਵੱਡਾ, ਤੁਸੀਂ ਉਹਨੂੰ ਯਾਦ ਕਰੀ ਜਾਂਦੇ ਹੋ, ਪੰਜਾਬ ਦੇ ਵਿੱਚ ਜੋ ਕਿਸੇ ਨੂੰ ਆਉਣ ਦੀ ਯਾਦ ਵੀ ਨਹੀਂ ਹੋਣਾ, ਪ੍ਰਗਟ ਸਿੰਘ ਜੀ ਜੁੜੇ ਨੇ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਭ ਨੂੰ ਸੁਣਨ ਵਾਲਿਆਂ ਨੂੰ ਜੀ। ਸਤਿ ਸ੍ਰੀ ਅਕਾਲ। GST ਵਸਤਾਂ ਦੇ ਉੱਤੇ ਜਿਹੜਾ ਸੇਲ ਟੈਕਸ ਲੱਗਣਾ ਜੀ, ਉਹ ਸਾਰੇ ਗੁਰਦੁਆਰਿਆਂ ਮੰਦਰਾਂ ਨੂੰ ਸਾਰਿਆਂ ਨੂੰ, ਤੇ ਮੇਨ ਗੱਲ ਆ ਗਈ ਕਿਸਾਨਾਂ ਦੀ ਕਰੀਏ, ਟਰੈਕਟਰਾਂ ਦਾ ਜਿਹੜਾ ਟੈਕਸ ਹੈ ਉਹ ਵੱਧ ਜਾਣਾ, 18% ਹੋ ਜਾਣਾ ਘੱਟ ਹੀ, ਅੱਗੇ ਕਾਰਾਂ ਦਾ 30%, 28% ਸੀ ਉਹ ਘੱਟ ਕੇ 18% ਆ ਜਾਣਾ, ਇਲੈਕਟ੍ਰੋਨਿਕਸ ਹੋਰ ਵੀ ਮੀਰਾਂ ਦਾ ਟੈਕਸ ਜਿਹੜਾ ਉਹ ਘਟਣਾ ਵਾ, ਅਤੇ ਜਿਹੜਾ ਕਿਸਾਨਾਂ ਦਾ ਦਵਾਈਆਂ ਖਾਦਾਂ ਇਹ ਸਾਰਾ ਵੱਧ ਜਾਣਾ ਜੀ, ਇਸ ਕਰਕੇ ਹਾਹਾਕਾਰ ਮੱਚੀ, ਕੱਪੜਾ ਖਾਣ ਪੀਣ ਵਾਲੀਆਂ ਚੀਜ਼ਾਂ ਮਹਿੰਗਾ। ਦੂਜਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਸਹੀ 2-3 ਵਾਰ ਕਰਕੇ ਲਾਗੂ ਕੀਤਾ ਸੀ, ਅਤੇ ਇੱਕਦਮ ਮਹਿੰਗਾਈ ਵੀ ਬੜੀ ਹੋ ਗਈ ਸੀ, ਅਤੇ ਇਹਨਾਂ ਦੇ ਪਤਾ ਨਹੀਂ ਕੀ ਗੋਰੀਆਂ ਗਿੰਦੀਆਂ ਜੀ, ਉਤਲੇ ਲੈਵਲ 'ਚ ਹੀ ਆ। ਦੂਜੀ ਗੱਲ ਆ ਗਈ ਜੀ, ਕੈਪਟਨ ਸਾਹਿਬ ਨੇ ਅੱਗੇ 10 ਸਾਲ ਖੂੰਡਾ ਨਹੀਂ ਛੱਡਿਆ, ਅਤੇ ਲੋਕਾਂ ਵੋਟਾਂ ਨਹੀਂ ਪਾ ਕੇ ਲਿਆਉਂਦੀਆਂ, ਉਹ ਐਕ ਨੀਤੀ ਥੋੜ੍ਹੀ ਠੰਡੀ ਲਿਆਉਂਦੀ ਹੈ, ਤੁਸੀਂ ਵੇਖਿਆ ਮਜੀਠੇ ਹਲਕੇ 'ਚ ਮਾੜਾ ਜਿਹਾ ਜੇ ਢਿੱਲ ਦਿੱਤੀ, ਅਤੇ ਮੰਤਰੀਆਂ ਨੂੰ ਵੀ ਪੈ ਗਏ, ਅਤੇ ਇੱਕ ਦਲਿਤ ਪਰਿਵਾਰ ਨੂੰ ਕਿੱਦਾਂ ਪਿੰਡੋਂ ਕੱਢਣ ਤੱਕ ਗਏ, ਜੇ ਮਾੜੀ ਜੀ ਖੁੱਲ ਦੇ ਦੇਣਾ ਵੀ ਜੋ ਕਰ ਲਈਏ ਕਰਦੇ ਉੱਦਾਂ ਹੀ ਇਹ ਜਾਇਦਾਦ ਬਣ ਜਾਣਾ, ਫਿਰ ਹਾਹਾਕਾਰ ਮੱਚ ਜਾਣੀ, 2-4 ਕਦਮ ਤੇ ਉੱਦਾਂ ਹੀ ਕਰ ਦਿੰਦੇ ਲੋਕੀ, ਤੇ ਫਿਰ ਹੋਰ ਜ਼ਿਆਦਾ ਹੋ ਜਾਣੇ ਆ। ਦੂਜਾ ਮੇਰਾ ਤੁਹਾਨੂੰ ਸਵਾਲ ਹੈ ਜੀ, ਤੁਸੀਂ ਹਿੰਦੁਸਤਾਨ 'ਚ ਨਿਆਂ ਕੀ ਲੈਣਾ ਜੀ, 7-8 ਸਾਲ ਹੋ ਚੱਲੇ ਮੇਰਾ ਖਿਆਲ ਉਹਨੂੰ ਬੈਨੀਪਾਲ ਨੂੰ ਸੁਪਰੀਮ ਕੋਰਟ ਤੱਕ ਜਾਂਦਿਆਂ, ਅਤੇ ਸਜ਼ਾ ਹੋਣ ਲੱਗਿਆ ਕੁਝ ਵੀ ਨਹੀਂ ਬਣਨਾ, ਇਸੇ ਤਰ੍ਹਾਂ ਰੂਪਮ ਬਜਾਜ ਵਿਚਾਰੀ ਉੱਜੜ ਗਈ, ਅਤੇ KPS ਗਿੱਲ ਨੂੰ ਹੱਸ ਗਿਆ, ਤਾਂ ਚਲੋ ਥੋੜ੍ਹਾ ਜੁਰਮਾਨਾ ਕਰਦੀ, ਨਿਆਂ ਹੀ ਬੜਾ ਮਹਿੰਗਾ ਜੀ, ਇਹ 'ਤੇ ਕੋਈ ਤਬਦੀਲੀ ਹੋਵੇ। ਬਾਕੀ ਧੰਨਵਾਦ ਤੁਹਾਡਾ ਜੀ, ਮੇਰਾ ਕਾਲ ਲਾਟ 'ਤੇ ਲੱਗੀ, ਥੈਂਕ ਯੂ ਤੁਹਾਡਾ, ਤੁਸੀਂ ਬਹੁਤ ਵਧੀਆ ਚਾਨਣਾ ਪਾਇਆ ਜੀ, ਮਿਹਰਬਾਨੀ ਜੀ। ਬਾਕੀ ਗੱਲ ਸਾਹਿਬ ਅਸੀਂ ਵੀ ਅਪੀਲ ਕਰਾਂਗੇ ਕਿ ਖੂੰਡਾ 'ਤੇ ਨਾ ਹੀ ਚੁੱਕਣ, ਅਤੇ ਨਾ ਹੀ ਕਿਸੇ ਨੂੰ ਇਜਾਜ਼ਤ ਦੇਣ ਖੁੱਲ੍ਹ ਦੇ ਕੇ ਕੋਈ ਕਤਲ ਵਗਾਰਤ ਹੋਵੇ, ਕਿਉਂਕਿ ਕਤਲ ਚਾਹੇ ਉੱਧਰੋਂ ਹੋਵੇ ਚਾਹੇ ਉੱਧਰੋਂ ਹੋਵੇ, ਉਹ ਸਾਡੇ ਭਰਾ ਹੋਣਗੇ, ਚਾਹੇ ਅਕਾਲੀ ਹੈ ਚਾਹੇ ਕਾਂਗਰਸੀ ਹੈ, ਇੱਥੋਂ ਤੱਕ ਤੇ ਨੌਬਤਾਂ ਲਾਏ ਜਾਣ। ਅਸੀਂ ਨੀਤੀਆਂ ਦੀ ਗੱਲ ਕਰਦੇ ਹਾਂ ਕਿ ਨੀਤੀਆਂ ਦੇ ਵਿੱਚ ਬਹੁਤ ਸਾਰੀ ਢਿੱਲਤਾ ਨਜ਼ਰ ਆਉਂਦੀ ਹੈ, ਨੀਤੀਆਂ ਦੇ ਵਿੱਚ ਬਹੁਤ ਸਾਰੀਆਂ ਬਦਨੀਤੀਆਂ ਨਜ਼ਰ ਆਉਂਦੀਆਂ ਨੇ, ਸੋ ਉਹਨਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ, ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ GST ਬਾਰੇ, GST ਬਾਰੇ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਬਹੁਤ ਕੁਛ ਆ,
ਜਿਵੇਂ ਜਿਵੇਂ ਇਹਨੂੰ ਖੋਲਾਂਗੇ ਉਹਦੇ ਚ ਤਰੁੱਟੀਆਂ ਨਿਕਲਣੀਆਂ ਨੇ, ਉਹਨਾਂ ਤਰੁੱਟੀਆਂ ਨੂੰ ਅੱਗੇ ਕਿਸ ਤਰ੍ਹਾਂ ਸੁਧਾਰਦੇ ਆ, ਇਹ ਚੀਜ਼ ਅਹਿਮ ਹੋਏਗੀ। ਵਧੀਆ ਤੁਸੀਂ ਇਹ ਲਿਖੀ ਹੈ ਜਿਹੜੀ ਚੁੱਕੀ ਆ, ਪਰ ਜੀ ਐਸ ਟੀ ਦਾ ਫਾਇਦਾ ਜ਼ਰੂਰ ਹੋਏਗਾ ਜੀ। ਜੀ ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਸਮਾਪਤ ਹੈ, ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ